ਤੁਸੀਂ ਜੇ ਯੂਪੀ ਦੇ ਘਲਾੜੇ ਤੇ ਕਿਸੇ ਤੇ ਚਲੇ ਜਾਓ, ਤੁਹਾਡੇ ਦਸਤਾਰ ਸਜਾਈ ਹੋਵੇ, ਤੁਸੀਂ ਗੁੜ ਮੰਗੋ ਤਾਂ ਤੁਹਾਨੂੰ ਗੁੜ ਨਹੀਂ ਦਿੰਦੇ। ਉਹ ਕਹਿਣਗੇ ਸਰਦਾਰ ਜੀ ਆਪਕੇ ਖਾਣੇ ਕਾ ਨਹੀਂ ਆ। ਮੇਰਾ ਤਜਰਬਾ, ਮੈਂ ਹਰ ਸਾਲ ਜਾਂਦਾ, ਉਹ ਕਹਿੰਦੇ ਤੋ ਆਪਕੇ ਖਾਣੇ ਕਾ ਨਹੀਂ ਆ। ਮੈਂ ਕਿਹਾ ਫਿਰ ਇਹ ਕਿੱਥੇ ਜਾਊਗਾ? ਇਹ ਤੋਂ ਜੇ ਦਿੱਲੀ ਜਾਏਗਾ, ਹਰਿਆਣਾ ਜਾਏਗਾ, ਪੰਜਾਬ ਜਾਏਗਾ, ਰਾਜਸਥਾਨ ਜਾਏਗਾ। ਉਹ ਮੈਂ ਕਿਹਾ ਫਿਰ ਅਸੀਂ ਪੰਜਾਬ 'ਚੋਂ ਹੀ ਹਾਂ। ਪੰਜਾਬ ਜੇ ਤੁਹਾਡਾ ਗੁੜ ਪੰਜਾਬ ਜਾਏਗਾ ਤਾਂ ਫਿਰ ਖਾਏਗਾ ਕੌਣ? ਖਾਊਗਾ ਤਾਂ ਬੰਦਾ ਹੀ ਖਾਊਗਾ। ਅਸਲ ਦੇ ਵਿੱਚ ਉਹ ਜਿਹੜੇ ਗੁੜ ਬਣਾ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਗੁੜ ਕਿੱਥੇ ਜਾ ਰਿਹਾ। ਜਿਹੜਾ ਲੈ ਕੇ ਆਇਆ ਉਹਨੂੰ ਪਤਾ ਹੀ ਨਹੀਂ ਗੁੜ ਬਣਿਆ ਕਿਵੇਂ ਆ। ਉਹਨੂੰ ਲੱਗਿਆ ਵੀ ਸਸਤਾ ਮਿਲ ਗਿਆ, ਜਾ ਆਪਾਂ ਵੇਚੋ 10 ਰੁਪਏ ਕਮਾ ਲਓ। ਜਿਹੜੇ ਨੇ ਖਾਧਾ ਉਹਨੂੰ ਵੀ ਨਹੀਂ ਪਤਾ ਵੀ ਯਾਰ ਗੁੜ ਕਿਹੋ ਜਿਹਾ ਸੀ, ਕਿਵੇਂ ਬਣਿਆ। ਉਹਨੂੰ ਗੁੜ ਲੱਗਿਆ, ਉਹ ਗੱਲ ਗੁੜ ਨਹੀਂ ਹੈ, ਗੁੜ ਵਰਗਾ ਹੈ। ਤੁਹਾਨੂੰ 80-85 ਰੁਪਿਆਂ ਤੋਂ ਘੱਟ ਗੁੜ ਨਹੀਂ ਪੈਂਦਾ। ਜੇ ਤੁਹਾਨੂੰ ਮੰਨ ਲਓ ਆਪਾਂ 70 ਰੁਪਏ ਵੀ ਲਾ ਲਓ, ਜੇ ਤੁਹਾਨੂੰ 40 ਰੁਪਏ ਕੋਈ ਗੁੜ ਹੋਕਾ ਵੇਚ ਕੇ ਤੁਹਾਡੀ ਗਲੀ 'ਚ ਵੇਚ ਕੇ ਜਾਂਦਾ ਤਾਂ ਫਿਰ ਉਹ ਗੁੜ ਨਹੀਂ, ਕੋਈ ਹੋਰ ਚੀਜ਼ ਦੇ ਕੇ ਜਾਂਦਾ। ਮੈਂ ਕਹਿੰਦਾ ਉਹ ਕਹਿਣ ਚਾਹੇ ਜ਼ਹਿਰ ਵੇਚ ਜਾਣ, ਗੱਲ ਕਰ ਲਿਖ ਕੇ ਤਾਂ ਲਾ ਲੈਣ ਵੀ ਸਾਡਾ ਇਹ ਗੁੜ ਨਹੀਂ ਹੈ ਜੀ, ਗੁੜ ਵਰਗਾ ਹੈ। ਇਹਦੇ ਵਿੱਚ ਕੀ ਰਲਿਆ? ਗਾਜ ਨਹੀਂ ਰਲੀ ਹੈ, ਜਿਪਸਮ ਰਲੀ ਹੈ। ਜਿਪਸਮ ਨੂੰ ਫਿੱਕੀ ਹੈ, ਉਹਨੂੰ ਮਿੱਠਾ ਕਰਨ ਵਾਸਤੇ ਅਸੀਂ ਰਾਵਖੰਡ ਰਲਾਈ ਹੈ। ਰਾਵਖੰਡ ਚਿੱਟੀ ਹੈ, ਉਹਨੂੰ ਗੁੜ ਵਰਗਾ ਬਣਾਉਣ ਵਾਸਤੇ ਅਸੀਂ ਰੰਗ ਰਲਾਇਆ। ਲਿਖ ਕੇ ਲਾ ਦੇਣ, ਕੋਈ ਗੁੱਸਾ ਨਹੀਂ। ਜਨਮ ਤੋਂ ਬਾਅਦ ਇੱਕ ਪਹਿਲੀ ਚੀਜ਼ ਹੁੰਦੀ ਹੈ, ਉਹਨੂੰ ਗੁੜਤੀ ਕਹਿੰਦੇ ਨੇ, ਤਾਂ ਉਹ ਗੁੜ ਨਾਲ ਹੀ ਜੁੜਦੀ ਹੈ। ਤਾਂ ਫਿਰ ਗੁੜ ਤੋਂ ਪੰਜਾਬੀਆਂ ਨੂੰ ਪਾਸੇ ਨਹੀਂ ਕੀਤਾ ਜਾ ਸਕਦਾ, ਮਿੱਠੇ ਤੋਂ ਪੰਜਾਬੀਆਂ ਨੂੰ ਪਾਸੇ ਨਹੀਂ ਕੀਤਾ ਜਾ ਸਕਦਾ। ਜਿਵੇਂ ਮੱਖੀ ਹੈ ਨਾ, ਉਹ ਕੋਈ ਉਹਨੂੰ ਸੱਦਾ ਨਹੀਂ ਦਿੰਦਾ ਉਹਨਾਂ ਦੇ ਗੁੜ ਦੀ ਡਲੀ ਰੱਖਦਾ ਕੋਈ, ਤਾਂ ਉਹ ਆਪਣੇ ਆਪ ਆ ਜਾਂਦੀ ਹੈ। ਪੰਜਾਬੀ ਵੀ ਇਹੀ ਆਉਂਦੇ ਨੇ। ਪਰੰਤੂ ਦੁੱਖ ਹੈ ਵੀ ਪੰਜਾਬੀ ਗੁੜ ਖਾਣਾ ਚਾਹੁੰਦੇ ਨੇ, ਗੁੜ ਖਾਣਾ ਪਸੰਦ ਕਰਦੇ ਨੇ ਅਤੇ ਗੁੜ ਖਾਂਦੇ ਵੀ ਨੇ, ਗੱਲ ਕਰ ਪੈਦਾ ਨਹੀਂ ਕਰਦੇ। ਇੱਥੇ ਹੀ ਬਸ ਸ਼ੁਰੂ ਹੋ ਜਾਂਦਾ ਪੁੱਠੀ ਕਹਾਣੀ। ਰਸੋਈ ਦੀ ਥਾਂ 'ਤੇ, ਖੇਤਾਂ ਦੀ ਥਾਂ 'ਤੇ ਹਸਪਤਾਲ ਜਾਣ ਦਾ ਦੌਰ, ਬਸ ਇਹੀ ਗਲਤੀ ਹੈ ਸਾਡੀ ਅਤੇ ਉਹ ਭੁਗਤਣਾ ਪੈ ਰਿਹਾ ਸਾਨੂੰ। ਪੰਜਾਬ ਦੇ ਲੋਕ ਬਿਮਾਰ ਹੋ ਕੇ ਲੁਧਿਆਣੇ ਤੋਂ ਦਵਾਈ ਲੈਣਾ ਪਸੰਦ ਤਾਂ ਕਰਦੇ ਨੇ, ਗੱਲ ਕਰ ਆਪਦੇ ਗੰਨੇ ਦੇ ਜਿਹੜੇ ਚੀਰੇ ਕਦੇ ਕਦੇ ਉਹਨਾਂ ਦੀ ਬਾਂਹ 'ਤੇ ਵੱਜ ਜਾਂਦੇ ਨੇ, ਉਹਨਾਂ ਨੂੰ ਨਫ਼ਰਤ ਕਰਦੇ ਨੇ ਪਤਾ ਨਹੀਂ ਕਿਉਂ। ਕਈ ਵਾਰੀ ਕਦੇ ਸਵਾਲ ਕਰ ਜਾਂਦੇ ਨੇ ਵੀ ਯਾਰ ਇਹ ਤਾਂ ਟੂਟੀ ਵਾਲੀਆਂ ਪੱਗਾਂ ਜਿਵੇਂ ਪੁਰਾਣਾ ਪੰਜਾਬੀ ਦਾ ਕਲਚਰ ਸੀ, ਪੜ੍ਹੇ ਲਿਖਿਆਂ ਨੂੰ ਉਹ ਟੂਟੀ ਵਾਲੀਆਂ ਪੱਗਾਂ ਕਹਿੰਦੇ ਸੀ ਜਾਂ ਫਾੜੀਆਂ ਵਾਲੀਆਂ, ਵੀ ਇਹ ਤਾਂ ਟੂਟੀ ਵਾਲੀਆਂ ਪੱਗਾਂ ਬੰਨ੍ਹਣ ਵਾਲੇ ਬੰਦੇ ਨੇ, ਤੁਹਾਡੇ 'ਤੇ ਵੀ ਸਵਾਲ ਉੱਠ ਸਕਦੇ ਨੇ, ਕਦੇ ਮੇਰੇ 'ਤੇ ਵੀ ਉੱਠਣਗੇ, ਅਤੇ ਵੀ ਖੇਤੀ ਨਹੀਂ ਕਰਦੇ। ਨਹੀਂ, ਕਿਉਂਕਿ 10 ਸਾਲ ਪਹਿਲਾਂ ਜ਼ਮਾਨਾ ਹੋਰ ਸੀ, ਹੁਣ ਬਹੁਤਿਆਂ ਦੇ ਦੰਦ ਨਹੀਂ ਰਹੇ, ਨੌਜਵਾਨਾਂ ਕੋਲ ਗੰਨਾ ਚੂਪਣ ਦਾ ਟਾਈਮ ਨਹੀਂ ਰਿਹਾ, ਅਤੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਗੰਨਾ ਚੂਪਣਾ ਹੁੰਦਾ ਕਿ ਖਾਣਾ ਹੁੰਦਾ। ਇਹਦੇ ਵਿੱਚ ਵੀ ਔਰਗੈਨਿਕ ਵਾਲਾ ਕੰਸੈਪਟ ਆਉਂਦਾ ਹੈ, ਰੇਹਾਂ ਸਪਰੇਹਾਂ ਤੋਂ ਮੁਕਤ ਗੰਨਾ ਆਉਂਦਾ ਹੈ, ਜਾਂ ਸਿਹਤ ਲਈ ਲਾਹੇਵੰਦ ਗੰਨਾ ਬਣਾਉਣ ਦੇ ਲਈ ਕੀ ਕਰਦੇ ਹੋ? ਪਹਿਲਾਂ ਤਾਂ ਜਿਹੜਾ ਔਰਗੈਨਿਕ ਸ਼ਬਦ ਹੈ ਨਾ ਜੀ, ਉਹ ਪੰਜਾਬ ਦੇ ਵਿੱਚ ਫਿਲਹਾਲ ਲਾਗੂ ਨਹੀਂ ਹੁੰਦਾ, ਕਿਉਂਕਿ ਸਾਡੇ ਭੋਜਨ ਦੇ ਵਿੱਚ ਵੱਡੇ ਪੱਧਰ ਦੇ ਵਿੱਚ ਮਿਲਾਵਟ ਕੀਤੀ ਜਾਂਦੀ ਹੈ। ਉਹਨੂੰ ਚਾਹੇ ਤੁਸੀਂ ਮਿਰਚ ਲੈ ਲਓ, ਹਲਦੀ ਲੈ ਲਓ, ਚਾਹੇ ਤੁਸੀਂ ਬੇਸਣ ਲੈ ਲਓ, ਕੋਈ ਵੀ ਆਟਾ ਲੈ ਲਓ, ਚਾਹੇ ਤੁਸੀਂ ਤੇਲ ਲੈ ਲਓ, ਉਹਦੇ ਵਿੱਚ ਪ੍ਰੋਸੈਸਿੰਗ ਦੇ ਦੌਰਾਨ ਜਿਹੜੀ ਮਿਲਾਵਟ ਹੁੰਦੀ ਹੈ ਉਹ ਸਭ ਤੋਂ ਖਤਰਨਾਕ ਹੈ। ਸਾਡਾ ਫੂਡ ਸੇਫਟੀ ਵਿਭਾਗ ਫੂਡ ਦੀ ਸੇਫਟੀ ਤਾਂ ਕਰਦਾ, ਪਤਾ ਨਹੀਂ ਪੰਜਾਬ ਦੇ ਦੀ ਕਰਦਾ, ਬਾਹਰ ਦੇ ਦੀ ਨਹੀਂ ਕਰਦਾ। ਚੰਗਾ ਭੋਜਨ ਲੈਣ ਵਾਸਤੇ ਅਸੀਂ ਖੇਤ ਨਹੀਂ ਜਾਂਦੇ, ਘੋਲ ਕਰ ਜਾਂਦੇ ਹਾਂ, ਪਰੰਤੂ ਦਵਾਈਆਂ ਲੈਣ ਵਾਸਤੇ ਲੁਧਿਆਣੇ ਵਗ ਜਾਂਦੇ ਹਾਂ, 3-3, 4-4 ਦਿਨ ਬੈਠੇ ਰਹਿੰਦੇ ਹਾਂ। ਆਲੂ ਬੀਜਣ ਨਾਲ ਆਲੂ ਦੀ ਸਬਜ਼ੀ ਨਹੀਂ ਬਣਾਉਂਦਾ, ਭਿੰਡੀਆਂ ਬੀਜਣ ਵਾਲਾ ਭਿੰਡੀਆਂ ਦੀ ਸਬਜ਼ੀ ਨਹੀਂ ਬਣਾਉਂਦਾ, ਕੱਦੂ ਖਰੀਦਦਾ, ਅਤੇ ਕੱਦੂਆਂ ਵਾਲਾ ਕੱਦੂ ਦੀ ਸਬਜ਼ੀ ਨਹੀਂ ਬਣਾਉਂਦਾ, ਆਲੂ ਖਰੀਦਦਾ। ਆਲੂ ਵਾਲਾ ਉਹਨੂੰ ਐਵੇਂ ਮੈਂ ਜ਼ਹਿਰ ਪਾਈ ਹੈ, ਕੱਦੂ ਵਾਲੇ ਨੂੰ ਐਂ ਲੱਗਦਾ ਮੈਂ ਜ਼ਹਿਰ ਪਾਈ ਹੈ, ਭਿੰਡੀ ਵਾਲੇ ਨੂੰ ਲੱਗਦਾ ਮੈਂ ਜ਼ਹਿਰ ਪਾਈ ਹੈ, ਅਤੇ ਗੁੜ ਵਾਲੇ ਨੂੰ ਲੱਗਦਾ ਮੈਂ ਜ਼ਹਿਰ ਪਾਈ। ਬਸ ਤੋਂ ਵਟਾਂਦਰਾ ਖਤਮ ਹੋ ਗਿਆ, ਪੈਸਿਆਂ ਦਾ ਮੁੱਲ ਹੋ ਗਿਆ, ਅੱਜ ਤਾਂ ਪੈਸੇ ਵੀ ਉਹ ਆ ਗਏ ਜਿਹੜੇ ਦਿੰਦੇ ਹੀ ਨਹੀਂ, ਔਨਲਾਈਨ ਇਕੱਲਾ ਟੁੰਗ ਟੁੰਗ ਹੀ ਸੁਣਦੀ ਹੈ।
ਪੈਸਾ ਦਿੰਦੇ ਨਹੀਂ ਕਿਸੇ ਨੂੰ। ਕਾਰਾਂ ਜੀਪਾਂ 'ਚ ਬੈਠ ਕੇ ਕੌਣ ਬੈਠੇ ਨੇ? ਬਿਮਾਰ ਲੋਕ ਬੈਠੇ ਨੇ, ਇਹੋ ਜਿਹੇ ਲੋਕ ਨੇ ਜਿਹੜੇ ਕਾਰ ਦੀ ਸੀਟ 'ਤੇ ਲੰਮੇ ਪੈਂਦੇ ਨੇ। ਜੇ ਘੋੜੇ 'ਤੇ ਪਾ ਦਿਓ ਮੈਨੂੰ ਲੱਗਦਾ ਥਾਂ ਡਿੱਗ ਪੜ, ਕਿਉਂਕਿ ਸਰੀਰਕ ਤੌਰ 'ਤੇ ਅਨਫਿੱਟ ਨੇ। ਘੋੜੇ 'ਤੇ ਕੌਣ ਬਹਿੰਦਾ? ਤੰਦਰੁਸਤ ਬੰਦਾ। ਤੰਦਰੁਸਤੀ ਵਾਸਤੇ ਫਿਰ ਸਾਈਕਲ 'ਤੇ ਵੀ ਉਹੀ ਚੜ੍ਹੋ ਜਿਹੜਾ ਤੰਦਰੁਸਤ ਹੈ, ਨਹੀਂ ਤਾਂ ਫਿਰ ਮੋਟਰਸਾਈਕਲਾਂ ਵੀ ਆਪ ਨਹੀਂ ਚੱਲਦੇ, ਮਗਰ ਬੈਠੇ ਰਹਿੰਦੇ ਨੇ ਜਨਾਨੀਆਂ ਵਾਂਗ ਲੱਤਾਂ 'ਤੇ ਲੱਤਾਂ। ਜਿਨ੍ਹਾਂ ਦੀ ਅਸੀਂ ਅੰਸ਼ਾਂ, ਜਿਨ੍ਹਾਂ ਦੀ ਔਲਾਦ ਹਾਂ, ਜਿਹੜੀਆਂ ਜ਼ਮੀਨਾਂ ਜਾਇਦਾਦਾਂ ਦੀਆਂ ਅਸੀਂ ਮਾਲਕੀਆਂ ਸ਼ੋ ਕਰਦੇ ਹਾਂ, ਆਪਦੇ ਨਾਮ ਖੁਸ਼ੀਆਂ ਮਹਿਸੂਸ ਕਰਦੇ ਹਾਂ, ਉਹ ਚੰਗੇ ਲੋਕਾਂ ਦੀਆਂ ਦੇਣਾ ਹੀ ਨੇ। ਉਹ ਗੱਲ ਕਦੋਂ ਜੇਨ 'ਚ ਆਉਂਦੀ ਹੈ, ਉਹ ਇਹ ਗੱਲ ਇਸ ਗੱਲ ਦੀ ਸਮਝ ਕਦੋਂ ਪੈਂਦੀ ਹੈ ਕਿ ਯਾਰ ਖੇਤੀਬਾੜੀ ਨੂੰ ਰਸੋਈ ਨਾਲ ਪੂਰਨ ਤੌਰ 'ਤੇ ਜੋੜਨ ਦੀ ਲੋੜ ਹੈ। ਆਪਣੇ ਇਸ ਜਰਖੇਜਰੀ ਧਰਤੀ 'ਚੋਂ, ਆਪਣੇ ਇਹ ਖੇਤਾਂ ਦੇ ਵਿੱਚੋਂ ਰਸੋਈ ਦੀ ਹਰ ਚੀਜ਼ ਪੈਦਾ ਕਰਨ ਦੀ ਲੋੜ ਹੈ। ਇਕੱਲੇ ਅਸੀਂ ਗੁਰੂਆਂ ਦੀ, ਗੁਰੂ ਨਾਨਕ ਦੇਵ ਜੀਆਂ ਦੀ ਰੋਟੀ 'ਚੋਂ ਦੁੱਧ ਨਿਚੋੜਨ ਵਾਲੀ ਕਥਾ ਤਾਂ ਅਸੀਂ ਜ਼ਰੂਰ ਉਹ ਕਰਦੇ ਹਾਂ, ਅਤੇ ਪਰੰਤੂ ਉਹ ਕਿਹੜੀ ਰੋਟੀ ਹੈ ਜਿਹੜੀ 'ਚੋਂ ਦੁੱਧ ਨਿਕਲਦਾ? ਕੀ ਹੁਣ ਪੰਜਾਬ 'ਚ ਹੈ ਜਦੋਂ ਸਕੂਲਾਂ ਦੇ ਵਿੱਚ ਜਵਾਕਾਂ ਦੇ ਬੱਚਿਆਂ ਦੇ ਕੰਨ ਫੜਾਉਣੇ ਬੰਦ ਕਰਤੇ, ਸਹਿਣਸ਼ੀਲ ਤਾਂ ਮਰ ਗਈ। ਦੂਜੇ ਨੰਬਰ 'ਤੇ ਸਹਿਣਸ਼ੀਲ ਤਾਂ ਉਦੋਂ ਮਰੀ ਜਦੋਂ ਚਾਚੇ ਤਾਏ ਬੱਚਿਆਂ ਨੂੰ ਕੁੱਟਣਾ ਬੰਦ ਕਰ ਗਏ। ਸਹਿਣਸ਼ੀਲ ਤਾਂ ਉਦੋਂ ਮਰ ਗਈ ਜਦੋਂ ਪਿੰਡ ਦਾ ਕੋਈ ਬਜ਼ੁਰਗ ਗਲਤੀ ਕਰਦੇ ਬੱਚੇ ਦੇ ਮਗਰ ਫਿੱਡਾ ਛਿੱਤਰ ਮਾਰਨਾ ਬੰਦ ਕਰਤਾ ਉਹਨੇ, ਉਦੋਂ ਸਹਿਣਸ਼ੀਲ ਤਾਂ ਮਰ ਗਈ। ਘਿਓ ਬਣਾਉਣਾ, ਲੱਸੀ ਬਣਾਉਣਾ, ਦਹੀਂ ਬਣਾਉਣਾ ਇੱਕ ਪ੍ਰੋਸੈਸ ਹੈ ਜਿਹੜਾ ਇਹ ਆ ਪਿਆ। ਇਹ ਚੀਜ਼ ਅਸੀਂ ਮਨਫੀ ਕਰ ਬੈਠੇ, ਖਤਮ ਕਰ ਬੈਠੇ। ਅਦਰ ਇੜਕਿਆ ਵੀ ਕੁਛ ਵਿਸ਼ੇਸ਼ ਕਾਰਜ ਵਾਲੇ ਘਰ ਦੇ ਜਿਹੜੇ ਮਿਹਨਤੀ ਬੰਦੇ ਹੁੰਦੇ ਨੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ, ਜਿਹੜੇ ਸੀ, ਹੁਣ ਨਹੀਂ, ਪਹਿਲਾਂ, ਹੁਣ ਤਾਂ ਘੱਟ ਗਏ, ਜਿਨ੍ਹਾਂ ਨੇ ਕਹੀ, ਕਹਾੜੀ, ਕਸੌਲੀ, ਕਸੀਏ, ਦਾਤੀਆਂ ਦਾ ਕੰਮ ਕਰਨਾ ਹੁੰਦਾ ਸੀ, ਉਹਨਾਂ ਵਾਸਤੇ ਅਦਰ ਇੜਕਿਆ ਵਿਸ਼ੇਸ਼ ਤੌਰ 'ਤੇ ਜਾਂਦਾ ਸੀ। ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ ਨੂੰ ਭੱਜ ਰਹੇ ਨੇ, ਸਬਜ਼ੀ ਲੋਕ ਲਾਉਂਦੇ ਹੈ, ਜਦੋਂ ਛੇਤੀ ਅੱਕ ਜਾਂਦੇ ਨੇ, ਥੱਕ ਜਾਂਦੇ ਨੇ, ਛੱਡੋ ਪਰਾਂ ਯਾਰ। ਜਦੋਂ ਮੈਂ ਛੇਵੀਂ ਕਲਾਸ 'ਚ ਪੜ੍ਹਦਾ ਸੀ ਉਦੋਂ ਮੈਂ 2500 ਮਣ ਕਣਕ ਬੱਠਲਾਂ ਨਾਲ ਚੱਕ ਕੇ ਟਰਾਲੀ 'ਚ ਭਰਦਾ ਰਿਹਾ, ਮੇਰਾ ਢਿੱਡ ਇਕੱਠਾ ਹੋ ਜਾਂਦਾ ਸੀ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਗਾਣੀਆ, ਤੁਸੀਂ ਜੁੜੇ ਹੋ ਸਰਲੇਖ ਦੇ ਨਾਲ। ਅੱਜ ਫਿਰ ਮੇਰੇ ਨਾਲ ਹਾਜ਼ਰ ਨੇ ਹਰਦੀਪ ਸਿੰਘ ਜਟਾਣਾ ਜੀ, ਜਿਹੜੇ ਪਿਛਲੇ ਲੰਮੇ ਸਮੇਂ ਤੋਂ ਕੁਦਰਤੀ ਖੇਤੀ, ਔਰਗੈਨਿਕ ਖੇਤੀ, ਅਤੇ ਸਭ ਤੋਂ ਖੂਬਸੂਰਤ ਗੱਲ ਰਸੋਈ ਨੂੰ ਖੇਤੀਬਾੜੀ ਨਾਲ ਜੋੜ ਲਿਆ, ਖੇਤੀਬਾੜੀ ਨੂੰ ਰਸੋਈ ਨਾਲ ਇੱਕਮਿੱਕ ਕਰ ਰਿਹਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਰਸੋਈ 'ਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਖਾਣ ਲਈ ਵਰਤਦੇ ਹਾਂ, ਪਰ ਉਹ ਚੀਜ਼ਾਂ ਆਉਂਦੀਆਂ ਕਿੱਥੋਂ ਨੇ ਇਹਦੇ ਬਾਰੇ ਸਾਨੂੰ ਖੁਦ ਨੂੰ ਪਤਾ ਨਹੀਂ, ਅਤੇ ਫਿਰ ਅਸੀਂ ਹਸਪਤਾਲਾਂ ਦੇ ਗੇੜੇ ਕੱਢਦੇ ਹਾਂ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਉੱਤਮ ਖੇਤੀ ਦਾ ਸੰਕਲਪ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ, ਪਰ ਅਸੀਂ ਲੋਕ ਕਿੱਧਰ ਨੂੰ ਜਾ ਰਹੇ ਹਾਂ, ਕਿੱਧਰ ਨੂੰ ਗਏ ਹਾਂ, ਕਿਹੜੀਆਂ ਕਮੀਆਂ ਰਹਿ ਗਈਆਂ, ਕਿੱਥੇ ਗਲਤੀਆਂ ਰਹਿ ਗਈਆਂ, ਬਹੁਤ ਸਾਰੇ ਸਵਾਲ ਨੇ। ਕਰਦੇ ਹਾਂ ਗੱਲਬਾਤ ਹਰਦੀਪ ਸਿੰਘ ਜਟਾਣਾ ਦੇ ਨਾਲ। ਸਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇੱਕ ਗੱਲ ਤਾਂ ਇਹ ਹੈ ਕਿ ਲੋਕਾਂ ਨੇ ਜਦੋਂ ਤੁਹਾਡੀ ਇੰਟਰਵਿਊ ਕਰਦੇ ਹਾਂ, ਪੌਡਕਾਸਟ ਕਰਦੇ ਹਾਂ, ਲੋਕਾਂ ਨੇ ਸੁਣਨਾ ਸ਼ੁਰੂ ਕੀਤਾ, ਇਸ ਗੱਲ ਦੀ ਖੁਸ਼ੀ ਦਾ ਇਸ ਗੱਲ ਦੀ ਹਿੱਸੇ ਆ ਗਈ ਹੈ ਕਿ ਬਾਕੀ ਲੋਕ ਚੰਗਾ ਵੀ ਸੁਣਨਾ ਚਾਹੁੰਦੇ ਹੈ। ਬਿਲਕੁਲ ਬਿਲਕੁਲ, ਕੀ ਕਹਿਣਾ ਚਾਹੁੰਦੇ ਹੋ? ਲੋਕ ਅਸਲ ਦੇ ਵਿੱਚ ਚੰਗਾ ਹੀ ਸੁਣਨਾ ਅਤੇ ਚੰਗਾ ਹੀ ਵੇਖਣਾ ਚਾਹੁੰਦੇ ਨੇ,
ਜੀ, ਪਰੰਤੂ ਕਿਤੇ ਨਾ ਕਿਤੇ ਕੋਈ ਘਾਟ ਹੋ ਜਾਂਦੀ ਹੈ। ਚੰਗਾ ਖਾਣਾ ਵੀ ਚਾਹੁੰਦੇ ਨੇ, ਖਾਣਾ ਵੀ ਚਾਹੁੰਦੇ ਨੇ, ਬਿਲਕੁਲ ਬਿਲਕੁਲ, ਖਾਣਾ ਤਾਂ ਖਾਂਦੇ ਵੀ ਰਹੇ ਨੇ, ਕਿਉਂਕਿ ਜਿਨ੍ਹਾਂ ਦੀ ਅਸੀਂ ਅੰਸ਼ ਹਾਂ, ਜਿਨ੍ਹਾਂ ਦੀ ਔਲਾਦ ਹਾਂ, ਜਿਹੜੀਆਂ ਜ਼ਮੀਨਾਂ ਜਾਇਦਾਦਾਂ ਦੀਆਂ ਅਸੀਂ ਮਾਲਕੀਆਂ ਸ਼ੋ ਕਰਦੇ ਹਾਂ, ਆਪਦੇ ਨਾਮ ਖੁਸ਼ੀਆਂ ਮਹਿਸੂਸ ਕਰਦੇ ਹਾਂ, ਉਹ ਚੰਗੇ ਲੋਕਾਂ ਦੀਆਂ ਦੇਣਾ ਹੀ ਨੇ, ਉਹਨਾਂ ਦਾ ਹੀ ਹੈ। ਕਿਉਂਕਿ ਕਿਤੇ ਨਾ ਕਿਤੇ ਜਿਹੜੀਆਂ ਜ਼ਮੀਨ ਜਾਇਦਾਦਾਂ ਕਿਸੇ ਦਾ ਨਾਮ ਬੋਲਦੀਆਂ ਨੇ, ਜੇ ਪੁਰਾਣਾ ਦੇਖਾਂਗੇ ਤਾਂ ਖਾਤਾ ਉਹ ਚੰਗੇ ਲੋਕਾਂ ਦੇ ਹਿੱਸੇ ਪੈਂਦਾ ਜਿਹੜੇ ਹੱਥੀਂ ਕਿਰਤ ਕਰਦੇ ਸੀ ਜੀ, ਅਤੇ ਨਾਨਕ ਦੀ ਜਿਹੜੇ ਮੂਲ ਸਿਧਾਂਤ ਸੀ ਉਹਨਾਂ ਦੇ ਧਾਰਨੀ ਸੀ। ਫਿਰ ਕਿਤੇ ਨਾ ਕਿਤੇ ਗਲਤੀਆਂ, ਕਿਤੇ ਨਾ ਕਿਤੇ ਕਾਲਾਂ, ਅਤੇ ਕਿਤੇ ਨਾ ਕਿਤੇ ਲਾਈ ਲੱਗਪੁਣੇ ਦੇ ਵਿੱਚ ਅਸੀਂ ਉਹ ਰਸਤਾ ਛੱਡ ਕੇ ਇੱਧਰ ਨੂੰ ਆ ਗਏ। ਮੈਂ ਸ਼ੁਰੂ 'ਚ ਗੱਲ ਕੀਤੀ ਕਿ ਰਸੋਈ ਨੂੰ ਖੇਤੀਬਾੜੀ ਨਾਲ, ਖੇਤੀਬਾੜੀ ਨੂੰ ਰਸੋਈ ਦੇ ਨਾਲ, ਉਹ ਗੱਲ ਕਦੋਂ ਜੇਨ 'ਚ ਆਉਂਦੀ ਹੈ, ਉਹ ਇਸ ਗੱਲ ਦੀ ਸਮਝ ਕਦੋਂ ਪੈਂਦੀ ਹੈ ਕਿ ਯਾਰ ਖੇਤੀਬਾੜੀ ਨੂੰ ਰਸੋਈ ਨਾਲ ਪੂਰਨ ਤੌਰ 'ਤੇ ਜੋੜਨ ਦੀ ਲੋੜ ਹੈ, ਆਪਣੇ ਇਸ ਜਰਖੇਜਰੀ ਧਰਤੀ 'ਚੋਂ, ਆਪਣੇ ਇਹ ਖੇਤਾਂ ਦੇ ਵਿੱਚੋਂ ਰਸੋਈ ਦੀ ਹਰ ਚੀਜ਼ ਪੈਦਾ ਕਰਨ ਦੀ ਲੋੜ ਹੈ? ਬਿਲਕੁਲ ਬਿਲਕੁਲ ਜੀ, ਅਸਲ ਦੇ ਵਿੱਚ ਦੇਖੋ ਜਿਹੜੀ ਖੇਤੀ ਹੈ ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਤੰਦਰੁਸਤ ਲੋਕ, ਕਿਰਤੀ ਕਿਸਾਨ ਚਾਹੋ ਕਹੋ ਚਾਹੇ ਮਜ਼ਦੂਰ ਕਹੋ, ਤਾਂ ਫਿਰ ਉਹਨਾਂ ਦਾ ਜਿਹੜਾ ਫੀਡਬੈਕ ਹੈ, ਜਿੱਥੋਂ ਉਹਨਾਂ ਨੂੰ ਸ਼ਕਤੀ ਮਿਲਦੀ ਹੈ, ਉਹ ਤਾਂ ਝਲਾਨੀ ਆ ਸਾਡੀ ਝਲਾਨੀ, ਅੱਗਾ ਥੋੜ੍ਹਾ ਜਿਹਾ ਸੁਧਰਿਆ, ਟਕਸਾਲੀ ਭਾਸ਼ਾ ਆ ਗਈ, ਰਸੋਈ ਆ ਗਈ, ਅਤੇ ਜਦੋਂ ਸਾਡੇ 'ਤੇ ਪੱਛਮੀ ਪ੍ਰਭਾਵ ਆਇਆ ਤਾਂ ਸਾਡੀ ਜਿਹੜੀ ਝਲਾਨੀ ਸੀ ਰਸੋਈ ਤੋਂ ਹੁੰਦੀ ਹੋਈ ਕਿਚਨ ਬਣ ਗਈ, ਅਤੇ ਕਿਚਨ ਸਾਡੇ ਲਈ ਰੋਗ ਅਤੇ ਬਿਮਾਰੀਆਂ ਲੈ ਕੇ ਆਈ, ਅਕਲਤਾ ਵੀ ਲੈ ਕੇ ਆਈ ਅਤੇ ਪਰੇਸ਼ਾਨੀਆਂ ਵੀ ਲੈ ਕੇ ਆਈ, ਬੇਸਵਾਦਾ ਵੀ ਕਰਿਆ ਸਾਡਾ ਉਹਨੇ ਸਾਰਾ ਕੁਛ, ਅਤੇ ਸਾਨੂੰ ਬਿਮਾਰ ਵੀ ਕਰਤਾ, ਅਤੇ ਸਾਨੂੰ ਫਿਰ ਉੱਥੇ ਹੀ ਫੇਰ, ਕਿਉਂਕਿ ਕਦੇ ਨਾ ਕਦੇ ਜਦੋਂ ਤੀਰ ਛੱਡਦੇ ਨੇ ਨਾ, ਤੁਹਾਨੂੰ ਪਤਾ ਹੀ ਹੋਣਾ, ਕੋਈ ਗੋਲੀ ਛੱਡਦੇ ਨੇ, ਕੋਈ ਵੀ ਤੀਰ, ਉਹ ਇੱਥੇ ਖਿੱਚਿਆ ਜਾਂਦਾ ਫਿਰ ਅੱਗੇ ਚਲਾ ਜਾਂਦਾ, ਜਦੋਂ ਹਿੱਟ ਹੋ ਜਾਂਦਾ ਤਾਂ ਦੁਬਾਰੇ ਫਿਰ ਉਹਨੂੰ ਵਾਪਸ ਲੈ ਕੇ ਆਉਣਾ ਪੈਂਦਾ, ਹੁਣ ਸਾਡਾ ਤੀਰ ਨਿਕਲ ਚੁੱਕਿਆ, ਦੁਬਾਰੇ ਤੀਰ ਭਰਨ ਵਾਸਤੇ ਸਾਨੂੰ ਫਿਰ ਪੁੱਠਾ ਵਾਪਸ ਉੱਥੇ ਹੀ ਆਉਣਾ ਪਊ। ਜਿਹੜੇ ਸਾਡੇ ਦਾਦੇ ਪੜਦਾਦੇ ਸੀ, ਸਾਡੇ ਗੁਰੂ ਸਾਹਿਬਾਨ ਸੀ, ਜਿਨ੍ਹਾਂ ਨੇ ਕਰਤਾਰਪੁਰ ਦੀ ਧਰਤੀ 'ਤੇ ਕਿੰਨੇ ਸਾਲ ਸਾਨੂੰ ਸਬੂਤ ਦੇਣ ਵਾਸਤੇ, ਇਕੱਲੇ ਅਸੀਂ ਗੁਰੂਆਂ ਦੀ, ਗੁਰੂ ਨਾਨਕ ਦੇਵ ਜੀਆਂ ਦੀ ਰੋਟੀ 'ਚੋਂ ਦੁੱਧ ਨਿਚੋੜਨ ਵਾਲੀ ਕਥਾ ਤਾਂ ਅਸੀਂ ਜ਼ਰੂਰ ਉਹ ਕਰਦੇ ਹਾਂ, ਅਤੇ ਪਰੰਤੂ ਉਹ ਕਿਹੜੀ ਰੋਟੀ ਹੈ ਜਿਹੜੀ 'ਚੋਂ ਦੁੱਧ ਨਿਕਲਦਾ, ਕਿ ਹੁਣ ਪੰਜਾਬ 'ਚ ਹੈ, ਅਸੀਂ ਉਹ 'ਤੇ ਕਦੇ ਖੋਜ ਨਹੀਂ ਕੀਤੀ, ਉਹ ਰੋਟੀ ਸਾਨੂੰ ਲੈ ਕੇ ਆਉਣੀ ਪਊ, ਸਾਨੂੰ ਭਾਈ ਲਾਲੋ ਦੇ ਘਰ ਜਾਣਾ ਪਊ, ਗੱਲ ਫਿਰ ਬਣ। ਪੰਜਾਬ ਹੀ ਨਹੀਂ ਕਰੀਏ, ਮੈਨੂੰ ਲੱਗਦਾ ਵੀ ਚਾਹੇ ਪੰਜਾਬੀ ਤਾਂ ਵਿਦੇਸ਼ ਚਲੇ ਜਾਣ, ਪਰ ਉਹ ਗੁੜ ਆਪਦੀ ਰਸੋਈ ਦੇ ਵਿੱਚ, ਅੰਗਰੇਜ਼ੀ ਵਾਲੀ ਕਿਚਨ ਦੇ ਵਿੱਚ ਹਰੇਕ ਬੰਦਾ ਭਾਲਦਾ, ਸ਼ੱਕਰ ਹਰੇਕ ਬੰਦਾ ਭਾਲਦਾ। ਬਿਲਕੁਲ, ਪਹਿਲਾਂ ਇਹਦੇ ਬਾਰੇ ਜ਼ਰੂਰ ਦੱਸ ਦਿਓ ਕਿ ਤੁਸੀਂ ਕਿੰਨੀ ਖੇਤੀ ਗੰਨੇ ਦੀ ਕਰਦੇ ਹੋ, ਕੀ ਸਰ ਸਕਦਾ ਗੁੜ ਸ਼ੱਕਰ ਬਿਨਾਂ? ਨਹੀਂ, ਜੇ ਡਾਕਟਰ ਕਹਿੰਦੇ ਵੀ ਚਾਹ ਛੱਡ ਦੇ। ਦੇਖੋ ਮਿੱਠਾ ਸਾਡਾ ਜਿਹੜਾ ਹੈ ਉਹ ਸਾਡਾ, ਜੇ ਗਲੂਕੋਜ਼ ਦੀ ਗੱਲ ਕਰੀਏ ਬੋਡੀ ਦੇ ਵਿੱਚ, ਇਨਸੁਲਿਨ ਦੀ ਗੱਲ ਕਰੀਏ ਬੋਡੀ ਦੇ ਵਿੱਚ, ਸਾਡੇ ਬਾਲਣ ਦੀ ਗੱਲ ਕਰੀਏ, ਸਾਡੇ ਸੈੱਲਾਂ ਨੂੰ ਜਿਹੜਾ ਐਨਰਜੀ ਦਿੰਦਾ ਤਾਂ ਉਹ ਗਲੂਕੋਜ਼ ਹੀ ਹੈ ਜੀ, ਉਹ ਮਿੱਠਾ ਹੀ ਹੈ, ਉਹ ਤੋਂ ਪੈਦਾ ਹੁੰਦਾ। ਅਤੇ ਪੰਜਾਬ ਦੇ ਵਿੱਚ ਤਾਂ ਜਿਹੜਾ ਜਨਮ ਤੋਂ ਬਾਅਦ ਇੱਕ ਪਹਿਲੀ ਚੀਜ਼ ਹੁੰਦੀ ਹੈ ਉਹਨੂੰ ਗੁੜਤੀ ਕਹਿੰਦੇ ਨੇ,
ਤਾਂ ਉਹ ਗੁੜ ਨਾਲ ਹੀ ਜੁੜਦੀ ਹੈ। ਤਾਂ ਫਿਰ ਗੁੜ ਤੋਂ ਪੰਜਾਬੀਆਂ ਨੂੰ ਪਾਸੇ ਨਹੀਂ ਕੀਤਾ ਜਾ ਸਕਦਾ, ਮਿੱਠੇ ਤੋਂ ਪੰਜਾਬੀਆਂ ਨੂੰ ਪਾਸੇ ਨਹੀਂ ਕੀਤਾ ਜਾ ਸਕਦਾ। ਜਿਵੇਂ ਮੱਖੀ ਹੈ ਨਾ, ਉਹ ਕੋਈ ਉਹਨੂੰ ਸੱਦਾ ਨਹੀਂ ਦਿੰਦਾ ਹੁੰਦਾ ਜੇ ਗੁੜ ਦੀ ਡਲੀ ਰੱਖਦਾ ਕੋਈ, ਤਾਂ ਉਹ ਆਪਣੇ ਆਪ ਆ ਜਾਂਦੀ ਹੈ। ਪੰਜਾਬੀ ਵੀ ਇਹੀ ਆਉਂਦੇ ਨੇ, ਪਰੰਤੂ ਦੁੱਖ ਹੈ ਵੀ ਪੰਜਾਬੀ ਗੁੜ ਖਾਣਾ ਚਾਹੁੰਦੇ ਨੇ, ਗੁੜ ਖਾਣਾ ਪਸੰਦ ਕਰਦੇ ਨੇ ਅਤੇ ਗੁੜ ਖਾਂਦੇ ਵੀ ਨੇ, ਗੱਲ ਕਰ ਪੈਦਾ ਨਹੀਂ ਕਰਦੇ। ਇੱਥੇ ਹੀ ਬਸ ਸ਼ੁਰੂ ਹੋ ਜਾਂਦਾ ਪੁੱਠੀ ਕਹਾਣੀ, ਰਸੋਈ ਦੀ ਥਾਂ 'ਤੇ, ਖੇਤਾਂ ਦੀ ਥਾਂ 'ਤੇ ਹਸਪਤਾਲ ਜਾਣ ਦਾ ਦੌਰ, ਬਸ ਇਹੀ ਗਲਤੀ ਹੈ ਸਾਡੀ ਅਤੇ ਉਹ ਭੁਗਤਣਾ ਪੈ ਰਿਹਾ ਸਾਨੂੰ। ਗੁੜ ਬਿਨਾਂ ਨਹੀਂ ਸਰਦਾ, ਮਿੱਠੇ ਬਿਨਾਂ ਨਹੀਂ ਸਰਦਾ, ਅਤੇ ਤੰਦਰੁਸਤੀ ਲਈ ਸਾਨੂੰ ਸ਼ੁੱਧ ਹੀ ਖਾਣਾ ਪਊਗਾ, ਆਪਦੇ ਬਣਾਉਣਾ ਪਊਗਾ। ਕਿੰਨੀ ਖੇਤੀ ਗੰਨੇ ਦੀ ਕਰਦੇ ਹੋ? ਗੰਨੇ ਦੀ ਖੇਤੀ ਜੇ ਅਸੀਂ ਮੁੱਢਲੇ ਦੌਰ 'ਚ ਜਾਂਦੇ ਹਾਂ 2018 'ਚ ਢਾਈ ਏਕੜ ਤੋਂ ਸ਼ੁਰੂ ਕੀਤੀ ਸੀ ਅਸੀਂ, ਫਿਰ ਅਸੀਂ 11 ਏਕੜ ਤੱਕ ਲੈ ਕੇ ਗਏ ਆਪਦਾ। ਫਿਰ ਸਾਨੂੰ ਲੇਬਰ ਦੀ ਸਮੱਸਿਆ ਆਈ, ਕਿਉਂਕਿ ਪੰਜਾਬ ਦੇ ਲੋਕ ਬਿਮਾਰ ਹੋ ਕੇ ਲੁਧਿਆਣੇ ਤੋਂ ਦਵਾਈ ਲੈਣਾ ਪਸੰਦ ਤਾਂ ਕਰਦੇ ਨੇ, ਗੱਲ ਕਰ ਆਪਦੇ ਗੰਨੇ ਦੇ ਜਿਹੜੇ ਚੀਰੇ ਕਦੇ ਕਦੇ ਉਹਨਾਂ ਦੀ ਬਾਂਹ 'ਤੇ ਵੱਜ ਜਾਂਦੇ ਨੇ, ਉਹਨਾਂ ਨੂੰ ਨਫ਼ਰਤ ਕਰਦੇ ਨੇ ਪਤਾ ਨਹੀਂ ਕਿਉਂ। ਸਾਨੂੰ ਫਿਰ ਸਮੱਸਿਆ ਆਈ ਲੇਬਰ ਦੀ, ਸਾਨੂੰ ਸਾਧਨਾਂ ਦੀ ਪ੍ਰੋਬਲਮ ਆਈ, ਫਿਰ ਪਿੰਡੋਂ ਸਾਨੂੰ ਗੰਨਾ ਜਿਹੜਾ ਮਨਫੀ ਕਰਨਾ ਪਿਆ। ਫਿਰ ਖਿਆਲਾ ਕਲਾਂ ਦੇ ਵਿੱਚ ਅਸੀਂ 4.5 ਏਕੜ ਗੰਨਾ ਬੀਜਿਆ, ਇੱਥੇ ਵੀ ਸੇਮ ਸਮੱਸਿਆ ਰਹੀ। ਹੁਣ ਧੂਰੀ ਖੇਤਰ ਦੇ ਵਿੱਚ ਅਸੀਂ 20 ਏਕੜ ਗੰਨਾ ਤਿਆਰ ਕਰਵਾਇਆ ਆਪਣਾ, ਜਿਹਦਾ ਗੁੜ ਅਗਲੇ ਦਿਨਾਂ ਦੇ ਦੌਰਾਨ ਮਲਵਈ ਸਟੋਰ ਤੋਂ, ਮਲਵਈ ਘਲਾੜੇ ਤੋਂ, ਜਟਾਣਾ ਫਾਰਮ ਤੋਂ, ਲੋਕਾਂ ਦੀਆਂ ਰਸੋਈਆਂ, ਚੁੱਲ੍ਹਿਆਂ ਅਤੇ ਉਹ ਸਟੋਵਾਂ ਤੱਕ ਪਹੁੰਚਣਾ, ਜਿਹਨੇ ਚਾਹ ਦਾ ਰੂਪ ਧਾਰਨਾ ਹੈ ਜਾਂ ਗੁੜ ਦੀਆਂ ਡਲੀਆਂ ਨੇ ਰੋਟੀ 'ਤੇ ਟੇਕ ਕੇ, ਉਹਨਾਂ ਦੀ ਜਿਹੜੀਆਂ ਕੈਲਸ਼ੀਅਮ ਦੀਆਂ ਜਾਂ ਆਇਰਨ ਦੀਆਂ ਜਿਹੜੀਆਂ ਚੀਜ਼ਾਂ ਦੀ ਪੂਰਤੀ ਕਰਨੀ ਹੈ। ਤੁਸੀਂ ਕਿਹਾ ਮਾਨਸਾ ਜ਼ਿਲ੍ਹੇ ਦੇ ਖਿਆਲੇ 'ਚ 4 ਕਿੱਲੇ, ਜਟਾਣੇ 2.5 ਕਿੱਲੇ ਸ਼ੁਰੂਆਤ ਕੀਤੀ, ਕਿਉਂ ਇੱਥੇ ਲੇਬਰ ਬੰਦੇ ਮਿਲੇ ਨਹੀਂ ਕੰਮ ਕਰਨ ਨੂੰ? ਲੇਬਰ ਤਾਂ ਦੇਖੋ, ਗੰਨਾ ਮੈਂ ਖੁਦ ਬੀਜਦਾ, ਖੁਦ ਗੋਡੀ ਕਰਦਾ, ਜੇ ਮੇਰੇ ਨਾਲ ਕੋਈ ਜਾਂਦਾ ਕਦੇ ਖੁਦ ਹੀ ਮੈਂ ਬੰਨਦਾ, ਜੇ ਕੋਈ ਮੇਰੇ ਨਾਲ ਜਾਵੇ ਤਾਂ ਕਦੇ ਮੈਂ ਸਾਰਾ ਕੁਝ ਕਰਕੇ ਦਿਖਾਵਾਂ ਉਹਨਾਂ ਨੂੰ। ਕਈ ਵਾਰੀ ਕਦੇ ਸਵਾਲ ਕਰ ਜਾਂਦੇ ਨੇ ਵੀ ਯਾਰ ਇਹ ਤਾਂ ਟੂਟੀ ਵਾਲੀਆਂ ਪੱਗਾਂ ਜਿਵੇਂ ਪੁਰਾਣਾ ਪੰਜਾਬੀ ਦਾ ਕਲਚਰ ਸੀ, ਪੜ੍ਹੇ ਲਿਖਿਆਂ ਨੂੰ ਉਹ ਟੂਟੀ ਵਾਲੀਆਂ ਪੱਗਾਂ ਕਹਿੰਦੇ ਸੀ ਜਾਂ ਫਾੜੀਆਂ ਵਾਲੀਆਂ, ਵੀ ਇਹ ਤਾਂ ਟੂਟੀ ਵਾਲੀਆਂ ਪੱਗਾਂ ਬੰਨਣ ਵਾਲੇ ਬੰਦੇ ਨੇ, ਤੁਹਾਡੇ 'ਤੇ ਵੀ ਸਵਾਲ ਉੱਠ ਸਕਦੇ ਨੇ, ਕਦੇ ਮੇਰੇ 'ਤੇ ਵੀ ਉੱਠਣਗੇ, ਅਤੇ ਵੀ ਖੇਤੀ ਨਹੀਂ ਕਰਦੇ। ਨਹੀਂ, ਮੈਂ ਯੂਪੀ ਬਿਹਾਰ ਦੇ ਬੰਦੇ ਆਉਂਦੇ ਨੇ ਗੰਨਾ ਬੰਨਣ, ਮੈਂ ਸ਼ਰਤ ਲਾਉਣਾ ਮੈਂ ਉਹਨਾਂ ਨੂੰ ਵੱਧ ਗੰਨਾ ਬੰਨ ਦੂੰਗਾ। ਗੋਡੀ ਦੇ ਮਾਮਲੇ ਦੇ ਵਿੱਚ ਵੀ ਅਤੇ ਗੰਨਾ ਸ਼ਲਾਈ ਦੇ ਮਾਮਲੇ ਦੇ ਵਿੱਚ ਵੀ, ਪਰੰਤੂ ਮਜ਼ਬੂਰੀਆਂ ਨੇ। ਜਦੋਂ ਘਲਾੜੇ ਦੇ ਉੱਪਰ ਗੁੜ ਤਿਆਰ ਕਰਵਾਉਣਾ, ਵੱਖ ਵੱਖ ਬੰਨ ਗਈਆਂ, ਕਿਉਂਕਿ 12 ਕਿਸਮ ਦਾ ਅਸੀਂ ਗੁੜ ਤਿਆਰ ਕਰਦੇ ਹਾਂ, 2 ਕਿਸਮ ਦੀ ਸ਼ੱਕਰ, ਤਾਂ ਫਿਰ ਉੱਥੇ ਹਾਜ਼ਰੀ ਵੀ ਜ਼ਰੂਰੀ ਹੈ ਕਿਤੇ ਨਾ ਕਿਤੇ। ਹੁਣ ਕਿਤੇ ਸਵਾਲ ਉੱਠਦਾ, ਜਿਵੇਂ ਗੰਨੇ ਦੀ ਗੱਲ ਚੱਲੀ, ਪੰਜਾਬ ਦੇ ਵਿੱਚ ਗੰਨਾ ਬੀਜਣਾ ਚੂਪਣਾ ਪਸੰਦ ਕਰਦੇ ਨੇ ਉਹ ਵੀ ਪੱਟ ਕੇ, ਕਿਉਂਕਿ ਸਾਡੇ ਕੋਲ ਮੋਸਟਲੀ ਸ਼ਿਕਾਇਤਾਂ ਆਉਂਦੀਆਂ ਨੇ ਜੇ ਕਿਸੇ ਨੂੰ ਕਹਿੰਦੇ ਹਾਂ ਯਾਰ ਵੀ ਗੁੜ ਸਾਡਾ ਜੇ ਸਾਨੂੰ ਮਹਿੰਗਾ ਲੱਗਦਾ, ਯਾਰ ਮਾੜਾ ਨਾ ਖਰੀਦੋ, ਗੰਨਾ ਆਪਦਾ ਬੀਜ ਲਓ, ਖੇਤੀ ਕਰਦੇ ਹੋ, ਕਨਾਲ 2 ਕਨਾਲਾਂ ਲਾਉਣਾ ਤੁਹਾਨੂੰ ਕੀ ਸਮੱਸਿਆ ਹੈ? ਤਾਂ ਉਹ ਕਹਿੰਦੇ ਨੇ ਜੀ ਗੰਨਾ ਪੱਟਦੇ ਬੜਾ ਨੇ। ਮੈਂ ਕਿਹਾ ਕੌਣ ਪੜਦਾ? ਕਹਿੰਦੇ ਜੀ ਬਸ। ਮੈਂ ਕਿਹਾ ਬੀਜਿਆ ਕਦੋਂ ਹੈ? ਕਈ ਕਹਿਣਗੇ 10 ਸਾਲ ਪਹਿਲਾਂ ਬੀਜਿਆ ਸੀ। ਉਹ ਮੈਂ ਕਿਹਾ 10 ਸਾਲ ਪਹਿਲਾਂ ਜ਼ਮਾਨਾ ਹੋਰ ਸੀ, ਹੁਣ ਬਹੁਤਿਆਂ ਦੇ ਦੰਦ ਨਹੀਂ ਰਹੇ, ਨੌਜਵਾਨਾਂ ਕੋਲ ਗੰਨੇ ਚੂਪਣ ਦਾ ਟਾਈਮ ਨਹੀਂ ਰਿਹਾ, ਅਤੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਗੰਨਾ ਚੂਪਣਾ ਹੁੰਦਾ ਕਿ ਖਾਣਾ ਹੁੰਦਾ। ਪਰੰਤੂ ਫਿਰ ਵੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜੀ ਹੱਥੀ ਕਿਰਤ ਹੈ ਉਹ ਮਨਫੀ ਹੋਣ ਲੱਗ ਗਈ ਹੈ, ਅਤੇ ਗੰਨਾ ਵੱਡੀ ਕਿਰਤ ਹੈ।
ਜੇ ਅਣਗਹਿਲੀ ਨਾਲ ਕਾਰਜ ਕਰਦੇ ਹੋ ਤਾਂ ਇਹਨੇ ਵਾਢੇ ਤੁਹਾਡੇ ਚੀਰੇ ਮਾਰ ਹੀ ਜਾਣੇ ਨੇ, ਅਤੇ ਤੁਹਾਨੂੰ ਪਤਾ ਉਦੋਂ ਲੱਗਣਾ ਜਦੋਂ ਇਸ਼ਨਾਨ ਕਰਦੇ ਹੋ, ਜਦੋਂ ਨਹਾਉਂਦੇ ਹੋ ਨਾ ਉਦੋਂ ਤੁਹਾਡੇ ਚਿਮਰਾਉਂਦੇ ਨੇ, ਮੱਚਦੇ ਨੇ। ਚਿਮਰਾਉਣਾ ਵੀ ਪੰਜਾਬੀ ਦਾ ਸ਼ਬਦ ਹੈ ਅਤੇ ਮੱਚਣਾ ਵੀ ਪੰਜਾਬੀ ਦਾ ਸ਼ਬਦ ਹੈ। ਇਸੇ ਕਰਕੇ ਮਾਨਸਾ ਕਿਉਂ ਨਹੀਂ, ਧੂਰੀ ਹੀ ਕਿਉਂ ਗੰਨਾ ਲਾਉਣਾ ਪੈ ਗਿਆ ਉੱਥੇ, ਫਿਰ ਉਹ ਲੇਬਰ ਪੂਰੀ ਹੋ ਜਾਂਦੀ ਹੈ। ਹਾਂ ਬਿਲਕੁਲ, ਕਿਉਂਕਿ ਉਹ ਸ਼ੂਗਰ ਮਿਲ ਦਾ ਏਰੀਆ, ਉੱਥੇ ਲੋਕਾਂ ਕੋਲ ਸਾਧਨ ਵੀ ਨੇ। ਅਸੀਂ ਜੇ ਗੰਨਾ ਬੀਜਦੇ ਹਾਂ, ਕੱਟਦੇ ਹਾਂ, ਉਹਨੂੰ ਲੈ ਕੇ ਆਉਂਦੇ ਹਾਂ, ਤਾਂ ਸਾਡੇ ਕੋਲ ਟਰਾਲੀਆਂ 11 ਫੁੱਟੀਆਂ ਨੇ ਜਿਹਦੇ ਵਿੱਚ 60-70 ਕੁਆਂਟਲ ਗੰਨਾ ਪੈਂਦਾ। ਸਾਨੂੰ ਤੇਲ ਦਾ ਖਰਚਾ, ਮੇਰਾ ਖੇਤ ਇੱਥੋਂ 43 ਕਿਲੋਮੀਟਰ ਦੂਰ ਹੈ, ਤੇਲ ਦਾ ਖਰਚਾ ਹੀ ਮਾਰ ਜਾਂਦਾ। ਫਿਰ ਸਾਡੇ ਜਿਹੜੇ ਵਹੀਕਲ ਲੈ ਕੇ ਆਉਂਦੇ ਨੇ ਉਹ ਇੰਨੇ ਟ੍ਰੇਨਡ ਨਹੀਂ, ਉਹ ਕਹਿੰਦੇ ਨੇ ਮੈਂ ਟਰੈਕਟਰ ਚਲਾਊਂ, ਇੱਕ ਟਰਾਲੀ 'ਤੇ ਬੰਦਾ ਚਾਹੀਦਾ, ਲੇਬਰ ਇੰਨੀ ਮਹਿੰਗੀ ਹੈ। ਅਤੇ ਧੂਰੀ ਏਰੀਏ ਦੇ ਵਿੱਚੋਂ ਜਿਹੜਾ ਸਾਡੇ ਕੋਲ ਗੰਨਾ ਆਉਂਦਾ ਰਿਹਾ, ਜਿੱਥੋਂ ਸਾਡਾ ਅਸੀਂ ਸਿੱਖੇ, ਉਹਨਾਂ ਦਾ 250 ਕੁਆਂਟਲ ਗੰਨਾ ਆਉਂਦਾ, ਇਕੱਲਾ ਬੰਦਾ ਲੈ ਕੇ ਆਉਂਦਾ, ਰਾਤ ਨੂੰ 4 ਵਜੇ ਚੱਲਦੇ ਨੇ, ਤੜਕੇ 8 ਵਜੇ ਸਾਡੇ ਕੋਲ ਪਹੁੰਚ ਜਾਂਦੇ ਨੇ। ਸਾਡੇ ਬੰਦੇ 8 ਵਜੇ ਜਾਂਦੇ ਨੇ, 2 ਵਜੇ ਤੁਰਦੇ ਨੇ, 5 ਵਜਦੇ ਨੂੰ ਕੁਛ ਨਾ ਕੁਛ ਗੜਬੜ ਕਰ ਜਾਂਦੇ ਨੇ ਰਸਤੇ 'ਚ, ਕੋਈ ਸ਼ਰਾਬ ਪੀ ਲਈ, ਕੁਛ ਹੋ ਗਿਆ। ਇੱਕ ਵਾਰੀ ਗੰਨਾ 'ਚ ਟਰਾਲੀ ਤੋਂ ਆਉਂਦਾ ਬੰਦਾ ਡਿੱਗ ਪਿਆ। ਦੂਜੀ ਗੱਲ, ਉਹ ਬੰਦੇ ਕੌਣ ਨੇ, ਲੋਕਲ ਪੰਜਾਬੀ ਨੇ? ਲੋਕਲ ਵੀ, ਲੋਕਲ ਪੰਜਾਬੀ ਨੇ ਜੀ, ਨਹੀਂ ਬਾਹਰ ਦਾ ਨਹੀਂ, ਆਪਣੇ ਸਾਡੇ ਨਹੀਂ ਆਉਂਦਾ, ਮਾਨਸਾ 'ਚ ਨਹੀਂ ਆਉਂਦਾ। ਧੂਰੀ ਏਰੀਏ ਦੇ ਵਿੱਚ ਸ਼ੂਗਰ ਮਿੱਲ ਹੋਣ ਕਰਕੇ ਉੱਥੇ ਗੰਨੇ ਦੀ ਬਿਜਾਈ ਹੁੰਦੀ ਹੈ, ਉਹਨਾਂ ਕੋਲ ਸਾਧਨ ਨੇ, ਵੱਡੀਆਂ ਟਰਾਲੀਆਂ ਨੇ, ਟਰੈਕਟਰ ਨੇ, ਉਹਨਾਂ ਕੋਲ ਸਾਜੋ ਸਮਾਨ ਹੈ, ਟਰਾਲੀਆਂ ਨਾਲ ਮੰਜੇ ਵੀ ਲੱਗੇ ਹੋਏ ਨੇ ਰਾਤ ਕੱਟਣ ਵਾਸਤੇ, ਮੋਟੀਆਂ ਲਾਸਾਂ ਵੀ ਨੇ ਬੰਨਣ ਵਾਸਤੇ, ਅਤੇ ਸਿਲਾਈ ਵਾਸਤੇ ਉੱਥੋਂ ਦੀ ਪ੍ਰਵਾਸੀ ਮਜ਼ਦੂਰ ਵੀ ਆਉਂਦੇ ਨੇ, ਗਰੁੱਪਾਂ ਦੇ ਵਿੱਚ ਆਉਂਦੇ ਨੇ, ਉਹਨਾਂ ਨੂੰ ਟਰਾਲੀਆਂ ਲੱਦਣੀਆਂ ਵੀ ਆਉਂਦੀਆਂ ਨੇ। 250 ਕੁਆਂਟਲ ਗੰਨਾ ਇੱਕ ਟਰਾਲੀ 'ਚ ਪਾਉਣ ਦਾ ਬਲ ਜਾਣਦੇ ਨੇ ਉਹ, ਅਤੇ ਸਾਡੇ ਬੰਦੇ ਤਾਂ ਨਾ ਤਾਂ ਉਹਨਾਂ ਨੂੰ ਗੰਨਾ ਛਿੱਲਣਾ ਆਉਂਦਾ। ਜੇ ਹੁਣ ਅਸੀਂ ਕਹੀਏ 50 ਤੋਂ ਲੈ ਕੇ 60 ਰੁਪਏ ਲੇਬਰ ਚੱਲਦੀ ਹੈ ਗੰਨੇ ਦੀ ਕੁਆਂਟਲ ਦੀ, ਸਿਲਾਈ ਦੀ। ਜੇ ਆਪਾਂ ਆਪਣੇ ਮਾਨਸਾ ਬਠਿੰਡਾ ਇਹ ਏਰੀਏ ਦਾ ਕੋਈ ਕਾਰੀਗਰ ਮਜ਼ਦੂਰ ਲੈ ਕੇ ਜਾਂਦੇ ਹਾਂ ਤਾਂ ਉਹ 2-3 ਕੁਆਂਟਲ ਛਿੱਲਦਾ, ਅਤੇ ਉਹ 12-15 ਕੁਆਂਟਲ ਛਿੱਲ ਦਿੰਦੇ ਨੇ ਇੱਕ ਜਣਾ। ਬਿਲਕੁਲ ਜੀ, ਇੰਨਾ ਅੰਤਰ ਹੈ। ਉਹਨਾਂ ਨੂੰ ਤਕਨੀਕ ਹੈ, ਉਹਨਾਂ ਕੋਲ ਤਜਰਬਾ ਹੈ। ਅਸੀਂ ਕਦੇ ਕਦੇ ਗੱਲਾਂ 'ਚ ਅਤੇ ਕਦੇ ਕਦੇ ਵੇਖ ਵਿਖਾਵੇ 'ਚ, ਕਦੇ ਕਦੇ ਚਾਹਾਂ ਨੂੰ ਠੰਡੀਆਂ ਕਰਨ ਦੇ ਵਿੱਚ ਟਾਈਮ ਲੰਘਾ ਦਿੰਦੇ ਹਾਂ, ਇਹੀ ਸਮੱਸਿਆਵਾਂ ਆਉਂਦੀਆਂ ਨੇ। ਇਸੇ ਕਰਕੇ ਅਸੀਂ ਧੂਰੀ ਗਏ ਹਾਂ, ਭੋਜੋ ਵਾਲੀ ਪਿੰਡ ਦੇ ਵਿੱਚ ਅਸੀਂ ਬਿਜਾਇਆ ਕਰਨਾ। ਇਹਦੇ ਵਿੱਚ ਵੀ ਔਰਗੈਨਿਕ ਦਾ ਕਨਸੈਪਟ ਆਉਂਦਾ ਹੈ, ਰੇਹਾਂ ਸਪਰੇਹਾਂ ਤੋਂ ਮੁਕਤ ਗੰਨਾ ਆਉਂਦਾ ਹੈ, ਜਾਂ ਸਿਹਤ ਲਈ ਲਾਹੇਵੰਦ ਗੰਨਾ ਬਣਾਉਣ ਦੇ ਲਈ ਕੀ ਕਰਦੇ ਹੋ? ਪਹਿਲਾਂ ਤਾਂ ਜਿਹੜਾ ਔਰਗੈਨਿਕ ਸ਼ਬਦ ਹੈ ਨਾ ਜੀ, ਉਹ ਪੰਜਾਬ ਦੇ ਵਿੱਚ ਫਿਲਹਾਲ ਲਾਗੂ ਨਹੀਂ ਹੁੰਦਾ। ਕਿਉਂ? ਕਿਉਂਕਿ ਜਿਹੜੀਆਂ ਫਸਲਾਂ ਨੇ ਉਹ 3 ਕਿਸਮ ਦਾ, ਉਹਨਾਂ ਨੂੰ ਭੋਜਨ ਚਾਹੀਦਾ, ਪਾਣੀ ਚਾਹੀਦਾ, ਉਹਨਾਂ ਨੂੰ ਹਵਾ ਚਾਹੀਦੀ ਹੈ, ਅਤੇ ਧੁੱਪ ਚਾਹੀਦੀ ਹੈ, ਚੌਥਾ ਖੇਤ ਚਾਹੀਦਾ। ਹੁਣ ਖੇਤ ਹੈ, ਖੇਤ ਦੇ ਵਿੱਚ ਜੇ ਬਰਸਾਤ ਪੈਂਦੀ ਹੈ ਤਾਂ ਉਹਦੇ ਵਿੱਚ ਵੀ ਤੇਜ਼ਾਬੀ ਬਰਸਾਤਾਂ ਹੁੰਦੀਆਂ ਨੇ, ਤਾਂ ਖੇਤ ਨੂੰ ਤੁਸੀਂ ਔਰਗੈਨਿਕ ਕਿਵੇਂ ਕਰ ਦਿਓਗੇ? ਹਵਾ ਦੇ ਵਿੱਚ ਜਿਹੜਾ ਦੇਖੋ, ਹੁਣ ਜਿਹੜਾ ਹਵਾ ਦਾ ਇੰਡੈਕਸ ਹੈ ਉਹ ਕਿੰਨਾ ਪੋਲਿਊਸ਼ਨ ਚੱਲ ਰਿਹਾ, ਤਾਂ ਫਿਰ ਗੰਨੇ ਨੇ ਤਾਂ ਹਵਾ ਵੀ ਲੈਣੀ ਹੈ, ਉਹਨੂੰ ਤੁਸੀਂ ਔਰਗੈਨਿਕ ਕਿਵੇਂ ਕਰ ਦਿਆਂਗੇ ਅਸੀਂ? ਉਸ ਤੋਂ ਬਾਅਦ ਸਾਡੀ ਰੋਸ਼ਨੀ 'ਚ ਵੀ ਸਮੱਸਿਆ ਆਉਂਦੀ ਹੈ, ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ। ਪਹਿਲੀ ਸਮੱਸਿਆ ਜਿਹੜੀ ਹੈ ਜੀ, ਉਹ ਫਾਲਤੂ ਦੇ ਕੀਟਨਾਸ਼ਕ ਵਰਤਣ ਦੀ ਥਾਂ 'ਤੇ ਲੋੜ ਅਨੁਸਾਰ ਜਿਹੜੇ ਤੱਤ ਨੇ ਉਹਨਾਂ ਦੀ ਪੂਰਤੀ ਕਰਨੀ, ਅਤੇ ਪ੍ਰੋਸੈਸਿੰਗ ਦੌਰਾਨ ਮਿੱਠੇ ਦੇ ਵਿੱਚ ਜਾਂ ਗੁੜ ਬਣਵਾਈ ਜਾਂ ਦੇਸੀ ਖੰਡ ਬਣਾਉਣੀ ਹੈ, ਉਹਦੇ ਵਿੱਚ ਕੂੜ ਕੁਆੜ ਨਾ ਮਿਲਾਉਣਾ, ਇਹ ਪਹਿਲਾਂ ਮੰਗ ਹੈ ਪੰਜਾਬ ਦੀ। ਕਿਉਂਕਿ ਸਾਡੇ ਭੋਜਨ ਦੇ ਵਿੱਚ ਵੱਡੇ ਪੱਧਰ ਦੇ ਵਿੱਚ ਮਿਲਾਵਟ ਕੀਤੀ ਜਾਂਦੀ ਹੈ, ਉਹਨੂੰ ਚਾਹੇ ਤੁਸੀਂ ਮਿਰਚ ਲੈ ਲਓ, ਹਲਦੀ ਲੈ ਲਓ, ਚਾਹੇ ਤੁਸੀਂ ਬੇਸਣ ਲੈ ਲਓ,
ਕੋਈ ਵੀ ਆਟਾ ਲੈ ਲਓ ਚਾਹੇ ਤੁਸੀਂ ਤੇਲ ਲੈ ਲਓ, ਉਹਦੇ ਵਿੱਚ ਪ੍ਰੋਸੈਸਿੰਗ ਦੇ ਦੌਰਾਨ ਜਿਹੜੀ ਮਿਲਾਵਟ ਹੁੰਦੀ ਹੈ ਉਹ ਸਭ ਤੋਂ ਖਤਰਨਾਕ ਹੈ। ਔਰਗੈਨਿਕ ਸ਼ਬਦ ਇਸ ਤੋਂ ਦੁੱਧ ਹੈ, ਔਰਗੈਨਿਕ ਸ਼ਬਦ ਹੈ ਜਦੋਂ ਉਦੋਂ ਸਾਡੇ ਲਾਗੂ ਹੁੰਦਾ ਜਦੋਂ ਸਾਡੇ ਦਾਦੇ ਪੜਦਾਦੇ ਖੇਤੀ ਕਰਦੇ ਸੀ ਜੀ, ਅਤੇ ਜਦੋਂ ਦਾ ਸਾਡਾ ਸਿਸਟਮ ਵਪਾਰਕ ਹੋ ਗਿਆ, ਜਦੋਂ ਦੇ ਸਾਡੇ ਟਰੈਕਟਰ ਖੇਤਾਂ ਦੇ ਵਿੱਚ ਲੁੰਬਾਂ ਜਿਹਨੂੰ ਕਹਿੰਦੇ ਹਾਂ ਆਪਾਂ ਸ਼ਬਦ ਹੈ, ਇੱਕ ਧੂੰਏ ਦੀ ਵੱਡੀ ਸਾਰੀ ਲਾਟ ਜਾਂਦੀ ਹੈ ਜਦੋਂ ਉਹਨੂੰ ਲੁੰਬ ਕਹਿੰਦੇ ਨੇ, ਜਦੋਂ ਲੁੰਬਾਂ ਛੱਡਣ ਲੱਗ ਗਏ ਤਾਂ ਫਿਰ ਔਰਗੈਨਿਕ ਤਾਂ ਸਾਡੇ ਖੇਤਾਂ 'ਚੋਂ ਮਰ ਗਈ ਹੈ। ਸਾਡੇ ਤਾਂ ਉਹ ਸੰਗ ਦੇ ਮਾਰੇ ਜੀਵ ਹੀ ਕੁੰਜਾਂ ਵਰਗੇ ਪੰਜਾਬ ਦੇ ਵਿੱਚ ਆਉਣਾ ਹੀ ਬੰਦ ਕਰ ਗਏ, ਜਿਨ੍ਹਾਂ ਨੂੰ ਇੱਥੋਂ ਦਾ ਵਾਤਾਵਰਨ ਪਸੰਦ ਨਹੀਂ ਆਉਂਦਾ ਜੀ। ਕਿੱਥੇ ਉਹ ਗੁਰਬਾਣੀ ਦੇ ਵਿੱਚ ਵੀ ਉਡੋੜ ਆਵੈ ਸਹਿਕੋਸਾ, ਹਜ਼ਾਰਾਂ ਮੀਲਾਂ ਤੋਂ ਦੂਰ ਸਾਡੇ ਆਉਂਦੀਆਂ ਸੀ, ਛੋਲਿਆਂ ਦੇ ਢੰਗੂਰ ਖਾਂਦੀਆਂ ਸੀ, ਖਤਮ ਹੋ ਗਈਆਂ। ਬਗਲੇ ਆਉਂਦੇ ਨੇ, ਕਰੇਨ ਆਉਂਦੇ ਨੇ ਵੱਡੀਆਂ ਵੱਡੀਆਂ ਧੌਣਾਂ ਵਾਲੇ ਆਉਂਦੇ ਨੇ, ਗੱਲ ਕਰ ਕੂੰਜ ਨਹੀਂ ਆਉਂਦੀ, ਕਿਉਂਕਿ ਸੈਂਸਿਟਿਵ ਜੀਵ ਸੀ ਜਿਹੜੇ ਉਹ ਕਿਨਾਰਾ ਕਰ ਗਏ ਨੇ। ਜਿਵੇਂ ਦੇਸੀ ਮੱਖੀਆਂ ਸੀ ਸ਼ਹਿਦ ਦੀਆਂ ਛੋਟੀਆਂ ਮੱਖੀਆਂ, ਉਹ ਵੀ ਕਿਨਾਰਾ ਕਰ ਗਈਆਂ, ਉਹਨਾਂ ਨੂੰ ਵੀ ਲੱਗਿਆ ਵੀ ਸਾਡਾ ਭੋਜਨ ਨਹੀਂ ਇੱਥੇ, ਇੱਥੇ ਤਾਂ ਜਿਗਾੜੀ ਹੋ ਗਿਆ, ਸਾਰਾ ਕੁਛ ਬਨਾਵਟੀ ਹੋ ਗਿਆ, ਛੱਟੀਆਂ ਖਤਮ ਹੋ ਗਈਆਂ, ਸ਼ੌਰ ਖਤਮ ਹੋ ਗਏ, ਲੱਕੜਾਂ ਖਤਮ ਹੋ ਗਈਆਂ, ਅਤੇ ਜਦੋਂ ਫਿਰ ਉਹਨਾਂ ਦੇ ਰਹਿਣ ਬਸੇਰੇ ਖਤਮ ਹੋ ਗਏ ਤਾਂ ਫਿਰ ਰਾਤ ਕੱਟਣ ਕਿਹਨੇ ਆਉਣਾ, ਜੇ ਰਾਤ ਕੱਟਣ ਨਹੀਂ ਆਉਂਦੇ ਤਾਂ ਕਾਰਜ ਕਿਹਨੇ ਕਰਨਾ, ਜੇ ਕਾਰਜ ਨਹੀਂ ਕਰਦੇ ਤਾਂ ਫਿਰ ਸ਼ਾਇਦ ਸਾਨੂੰ ਉਹ ਦੇਸੀ ਕਿੱਥੋਂ ਮਿਲਣਾ। ਇਸੇ ਕਰਕੇ ਮਨਫੀ ਹੁੰਦਾ ਜਾਂਦਾ ਅਤੇ ਸਾਨੂੰ ਬਚਾਉਣਾ ਪਊ, ਸੋਚਣਾ ਪਊ। ਇੱਕ ਤਾਂ ਗੁੜ ਤੁਸੀਂ ਤਿਆਰ ਕਰਦੇ ਹੋ ਗੁੜ ਸ਼ੱਕਰ, ਤੁਹਾਡਾ ਗੁੜ ਰੇਟ ਕੀ ਹੈ, ਸ਼ੱਕਰ ਕੀ ਰੇਟ ਹੈ, ਜਿਹੜੀ ਦੋ ਤਰ੍ਹਾਂ ਦੀ ਸ਼ੱਕਰ ਹੈ ਜਾਂ 11-13 ਦਾ ਜਿਹੜਾ ਗੁੜ ਹੈ। ਦੂਜਾ, ਪਿੰਡਾਂ ਦੇ ਵਿੱਚ ਗਲੀਆਂ 'ਚ ਫਿਰਦੀਆਂ ਟਰਾਲੀਆਂ, ਉਹ ਖਰਚਾ ਨਹੀਂ ਕਰਦੇ ਤੁੰਦਰ ਨਹੀਂ ਆਮ ਤੌਰ, ਜਿਹੜੇ ਬੰਦੇ ਬਿਜ਼ਨਸਮੈਨ ਹੁੰਦੇ ਨੇ ਉਹ ਜਿਹੜਾ ਹੋਟਲ 'ਚ ਰਹਿੰਦੇ ਨੇ ਉਹ ਆਉਂਦੇ ਬੜੀ ਦੂਰੋਂ ਨੇ, ਉਹ ਰਹਿੰਦੇ ਸਾਡੇ ਗੁਰੂ ਘਰਾਂ 'ਚ ਆ ਕੇ ਨੇ। ਬਿਲਕੁਲ ਠੀਕ ਹੈ, ਕਿਉਂਕਿ ਮੈਂ ਜਾਣਦਾ ਜਿੱਥੇ ਇੱਕ ਟਰਾਲੀ ਖੜੀ ਹੁੰਦੀ ਹੈ, ਬਿਲਕੁਲ ਉਹ ਜਦੋਂ ਟਰਾਲੀ ਦੇਖਦੇ ਹਾਂ ਉਹ ਫਿਰ ਤੁਸੀਂ ਯਾਦ ਆ ਜਾਂਦੇ ਹੋ, ਇਹ ਤਾਂ ਗੁੜ ਲਈਏ ਨਾ ਲਈਏ। ਪੰਜਾਬ 'ਚ ਇੰਨਾ ਗੁੜ ਹੀ ਨਹੀਂ ਹੈਗਾ, ਉਹਨਾਂ ਦੀ ਆਉਣਾ ਮਜਬੂਰੀ ਹੈ, ਜਾਂ ਆਹ ਗੁੜ ਸ਼ੁੱਧ ਮੰਨੀਏ ਜਾਂ ਉਹ ਮੰਨੀਏ ਦਾ ਕੀ? ਪਹਿਲਾਂ ਤਾਂ ਜਿਹੜਾ ਉਹ ਗੁੜ ਆਉਂਦਾ ਜੀ ਉਹ ਗੁੜ ਨਹੀਂ ਹੈ, ਗੁੜ ਵਰਗਾ। ਦੂਜੇ ਨੰਬਰ 'ਤੇ ਉਹ ਕਿਸਾਨ ਨਹੀਂ ਹਨ, ਵਪਾਰੀ ਨੇ ਜੀ, ਕਿਉਂਕਿ ਪੰਜਾਬ ਦਾ ਕਿਸਾਨ ਜੇ 5 ਦਿਨ ਉਹਦੀ ਮੰਡੀ ਦੇ ਵਿੱਚ ਫਸਲ ਰਹਿ ਜਾਂਦੀ ਹੈ ਤਾਂ ਧਰਨੇ ਰੈਲੀਆਂ 'ਤੇ ਆ ਜਾਂਦਾ, ਤਾਂ ਫਿਰ ਯੂਪੀ ਦਾ ਬੰਦਾ ਟਰੈਕਟਰ 'ਤੇ ਆ ਕੇ 2 ਦਿਨ ਦਾ ਸਫ਼ਰ ਕਰਕੇ 7-8 ਦਿਨ ਇੱਥੇ ਕਿਵੇਂ ਗੁੜ ਵੇਚ ਸਕਦਾ? ਜੇ ਉਹ ਵੇਚਦਾ ਗੁੜ ਤਾਂ ਫਿਰ ਉਹਦਾ ਖੇਤ ਕੌਣ ਸਾਂਭਦਾ? ਪਰੰਤੂ ਉਹ ਬੰਦੇ ਮਾੜੇ ਵੀ ਨਹੀਂ ਹਨ, ਉਹ ਵੀ ਕਾਰੋਬਾਰ ਕਰਨ ਆਉਂਦੇ ਨੇ, ਰੋਟੀ ਲਈ ਆਉਂਦੇ ਨੇ, ਕਿਤੇ ਨਾ ਕਿਤੇ ਇੱਕ ਥਾਂ ਉਹ ਗਲਤ ਨੇ। ਕਿਉਂ ਉਹ ਕਿਉਂ ਨਹੀਂ ਮਾੜੇ? ਉਹ ਗੁੜ ਨਹੀਂ ਬਣਾਉਂਦੇ ਖੁਦ, ਉਹ ਵਪਾਰੀ ਨੇ। ਮਾੜੇ ਕੌਣ ਨੇ? ਜਿਹੜੇ ਗੁੜ ਬਣਵਾਉਂਦੇ ਨੇ, ਗੱਲ ਕਰ ਉਹ ਵੀ ਮਾੜੇ ਨਹੀਂ, ਉਹ ਗੁੜ ਨਹੀਂ ਬਣਾਉਂਦੇ। ਗੁੜ ਕੌਣ ਬਣਾਉਂਦੇ? ਉਹਨਾਂ ਦੀ ਲੇਬਰ ਬਣਾਉਂਦੀ ਆ। ਤੁਸੀਂ ਜੇ ਯੂਪੀ ਦੇ ਘਲਾੜੇ 'ਤੇ ਕਿਸੇ 'ਤੇ ਚਲੇ ਜਾਓ, ਤੁਹਾਡੇ ਦਸਤਾਰ ਸਜਾਈ ਹੋਵੇ, ਤੁਸੀਂ ਗੁੜ ਮੰਗੋ ਤਾਂ ਤੁਹਾਨੂੰ ਗੁੜ ਨਹੀਂ ਦਿੰਦੇ, ਉਹ ਕਹਿਣਗੇ ਸਰਦਾਰ ਜੀ ਆਪਕੇ ਖਾਣੇ ਕਾ ਨਹੀਂ ਆ। ਮੇਰਾ ਤਜਰਬਾ ਹੈ, ਮੈਂ ਹਰ ਸਾਲ ਜਾਂਦਾ, ਉਹ ਕਹਿੰਦੇ ਤੋਂ ਆਪਕੇ ਖਾਣੇ ਕਾ ਨਹੀਂ ਆ। ਮੈਂ ਕਿਹਾ ਫਿਰ ਇਹ ਕਿੱਥੇ ਜਾਊਗਾ? ਇਹ ਤੋਂ ਜੇ ਦਿੱਲੀ ਜਾਏਗਾ, ਹਰਿਆਣਾ ਜਾਏਗਾ, ਪੰਜਾਬ ਜਾਏਗਾ, ਰਾਜਸਥਾਨ ਜਾਏਗਾ। ਉਹ ਮੈਂ ਕਿਹਾ ਫਿਰ ਅਸੀਂ ਪੰਜਾਬ 'ਚੋਂ ਹੀ ਹਾਂ, ਪੰਜਾਬ 'ਚ ਤੁਹਾਡਾ ਗੁੜ ਪੰਜਾਬ ਜਾਏਗਾ ਤਾਂ ਫਿਰ ਖਾਏਗਾ ਕੌਣ? ਖਾਊਗਾ ਤਾਂ ਬੰਦਾ ਹੀ ਖਾਊਗਾ। ਅਸਲ ਦੇ ਵਿੱਚ ਉਹ ਜਿਹੜੇ ਗੁੜ ਬਣਾ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਗੁੜ ਕਿੱਥੇ ਜਾ ਰਿਹਾ। ਜਿਹੜੇ ਨੇ ਲੈ ਕੇ ਆਇਆ ਟਰੈਕਟਰ ਦੇ ਵਿੱਚ 50-60 ਕੁਆਟਲ ਗੁੜ ਲੱਦਿਆ, ਜਿਹੜਾ ਲੈ ਕੇ ਆਇਆ ਉਹਨੂੰ ਪਤਾ ਹੀ ਨਹੀਂ ਗੁੜ ਬਣਿਆ ਕਿਵੇਂ ਆ। ਉਹਨੂੰ ਲੱਗਿਆ ਵੀ ਸਸਤਾ ਮਿਲ ਗਿਆ ਯਾਰ, ਆਪਾਂ ਵੇਚੋ 10 ਰੁਪਏ ਕਮਾ ਲਓ।
ਜਿਹੜੇ ਨੇ ਖਾਧਾ ਉਹਨੂੰ ਵੀ ਨਹੀਂ ਪਤਾ ਵੀ ਯਾਰ ਗੁੜ ਕਿਹੋ ਜਿਹਾ ਸੀ, ਕਿਵੇਂ ਬਣਿਆ। ਉਹਨੂੰ ਗੁੜ ਲੱਗਿਆ, ਉਹ ਗੱਲ ਗੁੜ ਨਹੀਂ ਹੈ, ਗੁੜ ਵਰਗਾ ਹੈ। ਬਣਦਾ ਕਿਵੇਂ ਹੈ ਤੁਸੀਂ ਪਹਿਲਾਂ ਤਾਂ ਇਹ ਦੇਖੋ, ਪੰਜਾਬ ਦੇ ਵਿੱਚ 391 ਰੁਪਏ ਗੰਨੇ ਦਾ ਰੇਟ ਹੈ ਜੀ। 391 ਰੁਪਏ ਜੇ ਆਪਾਂ ਇਹਨੂੰ ਥੋੜ੍ਹਾ ਮੋਟਾ ਉਹ ਅੱਗੇ ਪਿੱਛੇ ਕਰਕੇ ਦੇਸੀ ਹਿਸਾਬ ਲਾ ਕੇ 400 ਰੁਪਇਆ ਲਾ ਲਈਏ, 4 ਅਤੇ 10 ਕਿਲੋ ਗੁੜ ਨਿਕਲਦਾ ਕੁਆਟਲ 'ਚੋਂ, 400 ਰੁਪਈਏ 'ਚੋਂ ਜੇ ਕੁਆਟਲ ਦੇ ਵਿੱਚੋਂ ਨਿਕਲੇ 10 ਕਿਲੋ ਤਾਂ 40 ਰੁਪਏ ਗੁੜ ਪੈ ਗਿਆ। 15 ਰੁਪਈਆਂ ਤੋਂ ਲੈ ਕੇ 20 ਰੁਪਏ ਤੱਕ ਉਹਦੀ ਬਣਵਾਈ ਹੈ, 5 ਰੁਪਏ ਉਹਦੀ ਲੇਬਰ ਸਾਂਭ ਸੰਭਾਲਦੀ ਅਤੇ ਉਹਦੀ ਪੈਕਿੰਗ ਦੀ ਹੈ, 60-65 65 ਹੋ ਗਿਆ ਜੀ। ਉਸ ਤੋਂ ਬਾਅਦ ਕੁਛ ਵੇਸਟੇਜ ਹੈ, ਇਹ ਪੁਰਾਣਾ ਰੇਟ ਸੀ। ਇਸ ਟਾਈਮ ਯੂਪੀ 'ਚੋਂ ਜਿਹੜਾ ਗੰਨਾ ਪੰਜਾਬ ਦੇ ਵਿੱਚ ਆ ਰਿਹਾ ਉਹ 550 ਆ ਰਿਹਾ ਗੰਨਾ ਕੁਇੰਟਲ। ਬਿਲਕੁਲ, ਪੰਜਾਬ ਦੇ ਵਿੱਚ ਗੰਨਾ ਨਹੀਂ, ਮੁੱਢਾ ਨਹੀਂ, ਪੁਰਾਣਾ ਨਹੀਂ। ਨਵੰਬਰ ਦੇ ਵਿੱਚ ਲੋਕ ਕਹਿੰਦੇ ਸਾਨੂੰ ਤਾਜ਼ਾ ਗੁੜ ਦਿਓ, ਤਾਂ ਫਿਰ ਗੁੜ ਆਉਂਦਾ ਕਿੱਥੋਂ ਹੈ, ਬਣਾਊ ਕੌਣ? ਫਿਰ ਆਪਣੇ ਤਾਂ ਜਿਹੜਾ ਬ੍ਰਿਕਸ ਲੈਵਲ ਹੈ ਉਹ 18 ਤੋਂ ਥੱਲੇ ਹੈ, ਗੁੜ ਬਣਦਾ 18 ਤੋਂ ਉੱਪਰ। 20-22 ਦਾ ਜੇ ਬ੍ਰਿਕਸ ਲੈਵਲ ਹੈ, ਮਿਠਾਸ ਦੀ ਮਾਤਰਾ ਚਾਹੀਦੀ ਹੈ ਤੁਹਾਨੂੰ, ਤਾਂ ਫਿਰ ਉਹ ਯੂਪੀ ਵਾਲੇ, ਕਰਨਾਲ ਵਾਲੇ, ਜਮਨਾ ਵਾਲੇ ਏਰੀਏ 'ਚੋਂ ਮਿਲੂਗਾ। ਅਤੇ ਉਹ ਫਿਰ ਲਿਆਉਣ ਵਾਸਤੇ ਤੁਹਾਨੂੰ 130 ਰੁਪਏ ਤੁਹਾਡਾ ਕਿਰਾਇਆ ਪੈਂਦਾ ਕੁਆਟਲ 'ਤੇ। ਤੁਸੀਂ ਦੇਖੋ ਕਿੱਥੇ ਵੱਗ ਗਿਆ, 400 ਰੁਪਏ ਉੱਥੋਂ ਮਿਲਿਆ, 130 ਰੁਪਏ ਤੁਹਾਨੂੰ ਕਿਰਾਇਆ ਪੈ ਗਿਆ, 10 ਰੁਪਏ ਉਹ ਲੋਡਿੰਗ ਦਾ ਲੈਂਦੇ ਨੇ ਅਤੇ 10 ਰੁਪਏ ਕਮਿਸ਼ਨ ਆ ਜਾਂਦਾ, 550 ਰੁਪਏ ਪਿਆ। 55 ਰੁਪਈਏ ਤਾਂ ਇਕੱਲਾ ਗੰਨਾ ਟਰਾਲੀ ਜਦੋਂ ਆ ਕੇ ਖੜ ਗਈ ਤੁਹਾਨੂੰ ਪੈ ਗਿਆ, ਜਿਹੜੀ ਉਤਰਾਈ ਹੈ ਤੁਹਾਡੀ ਲੇਬਰ ਵੱਖਰੀ ਹੈ, 55 ਤੇ 20 ਬਣਵਾਈ ਪੈ ਗਿਆ ਹਾਂਜੀ, ਤੇ ਲੇਬਰ ਤੁਹਾਡੀ ਉਤਰਾਈ ਦੀ ਵੱਖਰੀ ਆ ਗਈ ਜੀ 70, ਕਿਉਂਕਿ ਜਿਹੜੀ ਉਹਨਾਂ ਦੀ ਕੋਈ ਲਿਫਟ ਵਾਲੀਆਂ ਟਰਾਲੀਆਂ ਤਾਂ ਆਣ ਨਹੀਂ, 4 ਟਾਇਰ ਦੀਆਂ ਟਰਾਲੀਆਂ ਆਉਂਦੀਆਂ ਨੇ, ਇਕੱਲੇ ਇਕੱਲੇ ਗੱਠਾ ਜਿਹੜਾ ਚੱਕ ਕੇ ਲਾਉਣਾ ਪੈਂਦਾ। ਤੁਹਾਨੂੰ 80-85 ਰੁਪਇਆਂ ਤੋਂ ਘੱਟ ਗੁੜ ਨਹੀਂ ਪੈਂਦਾ। ਜੇ ਤੁਹਾਨੂੰ ਮੰਨ ਲਓ ਆਪਾਂ 70 ਰੁਪਏ ਵੀ ਲਾ ਲਓ, ਜੇ ਤੁਹਾਨੂੰ 40 ਰੁਪਏ ਕੋਈ ਗੁੜ ਹੋਕਾ ਵੇਚ ਕੇ ਤੁਹਾਡੀ ਗਲੀ 'ਚ ਵੇਚ ਕੇ ਜਾਂਦਾ, ਤਾਂ ਫਿਰ ਉਹ ਗੁੜ ਨਹੀਂ, ਕੋਈ ਹੋਰ ਚੀਜ਼ ਦੇ ਕੇ ਜਾਂਦਾ। ਸਾਨੂੰ ਉਹਨਾਂ ਨਾਲ ਇਹੀ ਰੰਜ ਹੈ। ਮੈਂ ਕਹਿੰਦਾ ਉਹ ਕਹਿਣ ਚਾਹੇ ਜ਼ਹਿਰ ਵੇਚ ਜਾਣ, ਗੱਲ ਕਰ ਲਿਖ ਕੇ ਤਾਂ ਲਾ ਲੈਣ ਵੀ ਸਾਡਾ ਇਹ ਗੁੜ ਨਹੀਂ ਹੈ ਜੀ, ਗੁੜ ਵਰਗਾ ਹੈ, ਇਹਦੇ ਵਿੱਚ ਕੀ ਰਲਿਆ, ਗਾਜਨੀ ਰਲੀ ਹੈ, ਜਿਪਸਮ ਰਲੀ ਹੈ, ਜਿਪਸਮ ਨੂੰ ਫਿੱਕੀ ਹੈ, ਉਹਨੂੰ ਮਿੱਠਾ ਕਰਨ ਵਾਸਤੇ ਅਸੀਂ ਰਾਵਖੰਡ ਰਲਾਈ ਹੈ, ਰਾਵਖੰਡ ਚਿੱਟੀ ਹੈ, ਉਹਨੂੰ ਗੁੜ ਵਰਗਾ ਬਣਾਉਣ ਵਾਸਤੇ ਅਸੀਂ ਰੰਗ ਰਲਾਇਆ, ਲਿਖ ਕੇ ਲਾ ਦੇਣਾ, ਕੋਈ ਗੁੱਸਾ ਨਹੀਂ। ਜੇ ਹਸਪਤਾਲਾਂ ਦੇ ਡਾਕਟਰ ਇਹ ਲਾ ਆਉਂਦੇ ਨੇ ਵੀ ਇੱਥੇ ਭਰੂਣ ਟੈਸਟ ਕਰਨਾ ਵਰਜਿਤ ਹੈ, ਅਸੀਂ ਨਹੀਂ ਕਰਦੇ, ਤਾਂ ਆਪਾਂ ਨੂੰ ਕੋਈ ਦੁੱਖ ਨਹੀਂ। ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ, ਸ਼ਰਾਬ ਪੀਣੀ ਬੋਤਲ 'ਤੇ ਵੀ ਲਿਖਿਆ ਹੁੰਦਾ, ਜਿਹਨੂੰ ਚੰਗਾ, ਹਾਂ ਜਿਹਨੂੰ ਮਾੜਾ ਹੈ ਚੰਗਾ ਲੱਗਦਾ ਵੀ ਯਾਰ ਪੀਣੀ ਕੋਈ ਖਾਸ ਗੱਲ ਨਹੀਂ, ਪੀਵੇ, ਮਾਫ਼ ਕਰਨਾ। ਅਤੇ ਉਹ ਗੁੜ ਜਿਹੜੇ ਨੂੰ ਲੱਗੂਗਾ ਯਾਰ ਕੋਈ ਗੱਲ ਨਹੀਂ ਆਪਾਂ ਖਾ ਲਾਂਗੇ, ਉਹ ਖਾਵੇ, ਗੱਲ ਕਰ ਉਹਨਾਂ ਨੂੰ ਲਾਉਣਾ ਚਾਹੀਦਾ। ਸਾਡਾ ਸਿਹਤ ਵਿਭਾਗ, ਸਾਡਾ ਫੂਡ ਸੇਫਟੀ ਵਿਭਾਗ ਫੂਡ ਦੀ ਸੇਫਟੀ ਤਾਂ ਕਰਦਾ, ਪਤਾ ਨਹੀਂ ਪੰਜਾਬ ਦੇ ਦੀ ਕਰਦਾ, ਬਾਹਰ ਦੇ ਦੀ ਨਹੀਂ ਕਰਦਾ। ਬਾਹਰੋਂ ਜਿਹੜਾ ਫੂਡ ਨਹੀਂ, ਉਹ ਦੇਖੋ ਜੀ ਉਹਨਾਂ ਕੋਲ ਨਹੀਂ ਹੁੰਦੀ, ਜਿਹੜੇ ਆਉਂਦੇ ਨੇ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਰੋਕਣ। ਮੈਂ ਕਹਿੰਦਾ ਉਹਨਾਂ ਨੂੰ, ਅਸੀਂ ਨਹੀਂ ਕਹਿੰਦੇ ਵੀ ਉਹਨਾਂ ਤੋਂ ਕੀ ਪਰਚਾ ਦਰਜ ਕਰੋ ਜਾਂ ਉਹਨਾਂ ਨੂੰ ਵਾਪਸ ਭੇਜ ਦਿਓ, ਉਹਨਾਂ ਨੂੰ ਵੀ ਜਿਹੜੀ ਚੀਜ਼ ਲੈ ਕੇ ਆਉਂਦੇ ਹੋ ਤੁਸੀਂ ਫੱਟਾ ਲਾ ਲਓ ਵੀ ਆਹ ਚੀਜ਼ ਵੇਚ ਰਹੇ ਹਾਂ। ਜੇ ਦਵਾਈਆਂ ਵਾਲੀਆਂ ਦੁਕਾਨਾਂ 'ਤੇ ਦਵਾਈਆਂ ਦਾ ਮੈਡੀਕਲ ਓਪਨ ਲੱਗਿਆ ਨਾਮ, ਅਤੇ ਆੜਤ ਦੀ ਦੁਕਾਨ 'ਤੇ ਆੜਤ ਦਾ ਲੱਗਿਆ, ਤਾਂ ਫਿਰ ਗੁੜ ਵੇਚਣ ਵਾਲਾ ਵੀ ਲਾ ਦੇ ਯਾਰ ਵੀ ਮੇਰੇ ਕੋਲ ਆਹ ਸਮਾਨ ਹੈ ਜਿਹੜਾ ਮੈਂ ਵੇਚਣ ਆ ਰਿਹਾ, ਵੇਚੋ, ਜੇ ਕਿਸੇ ਨੂੰ ਪਸੰਦ ਆਊ ਲੈ ਲਓ, ਨਹੀਂ ਆਊ ਤਾਂ ਅਗਲਾ ਮੁੜ ਜੂਗਾ। ਪਰੰਤੂ ਜਿਹੜਾ ਉਹ ਗੁੜ ਆ ਰਿਹਾ ਉਹਦੇ ਵਿੱਚ ਜਿਹੜਾ ਸਮਾਨ ਮਿਲਿਆ ਪੰਜਾਬੀ ਸਸਤੇ ਰੂਪ ਦੇ ਵਿੱਚ ਜਿਹੜਾ ਉਹ ਖਰੀਦ ਲੈਂਦੇ ਨੇ ਜਾਂ ਬਾਰਗਿਆਈ ਚੀਜ਼ ਖਰੀਦ ਲੈਂਦੇ ਨੇ, ਉਹਦਾ ਬਦਲ
ਉਦੋਂ ਬਾਅਦ ਸਾਰੀ ਉਮਰ ਉਹਨਾਂ ਨੂੰ ਲੁਧਿਆਣਾ, ਚੰਡੀਗੜ੍ਹ ਅਤੇ ਬਠਿੰਡੇ 'ਚ ਹੀ ਲੰਘਾਉਂਦੇ ਨੇ। ਇਹ ਸਾਡੀ ਤ੍ਰਾਸਦੀ ਹੈ। ਚੰਗਾ ਭੋਜਨ ਲੈਣ ਵਾਸਤੇ ਅਸੀਂ ਖੇਤ ਨਹੀਂ ਜਾਂਦੇ, ਘੋਲ ਕਰ ਜਾਂਦੇ ਹਾਂ, ਪਰੰਤੂ ਦਵਾਈਆਂ ਲੈਣ ਵਾਸਤੇ ਲੁਧਿਆਣੇ ਵਗ ਜਾਂਦੇ ਹਾਂ, ਤਿੰਨ ਤਿੰਨ ਚਾਰ ਚਾਰ ਦਿਨ ਬੈਠੇ ਰਹਿੰਦੇ ਹਾਂ ਉੱਥੇ। ਇਹ ਸਾਨੂੰ ਇਹ ਸੋਚ ਬਦਲਣੀ ਪਊ ਪੰਜਾਬ ਨੂੰ, ਫਿਰ ਕੋਈ ਗੱਲ ਹੋਵੇ। ਦਾਦੇ ਪੜਦਾਦਿਆਂ ਵਾਲੀ ਸੋਚ ਲੈ ਕੇ ਆਉਣੀ ਪਊ। ਜਦੋਂ ਗੀਜਿਆਂ ਦੇ ਵਿੱਚ ਬੇਰ, ਕਿਤੇ ਚਿੱਬੜ ਅਤੇ ਕਿਤੇ ਛੱਲੀਆਂ ਹੁੰਦੀਆਂ ਸੀ, ਉਹ ਵੀ ਬਣਨਾ ਪਊ। ਲਿਫਾਫਿਆਂ 'ਚ ਸਮਾਨ ਲਿਆ ਕੇ ਪੰਜਾਬ ਤੰਦਰੁਸਤ ਨਹੀਂ ਹੁੰਦਾ, ਗੀਜੇ ਵਰਤਣੇ ਪੈਣਗੇ। ਸੋਨੂੰ ਹੀ ਲੋੜ ਪੈਂਦੀ ਟਰਾਲੀਆਂ ਲੈ ਕੇ ਪਿੰਡਾਂ ਜਾਣ ਦੀ, ਅੱਜ ਭਰ ਲੈ ਕੇ ਟਰਾਲੀ ਤੋਂ ਦੁੱਧ ਗੁੜ ਦੀ ਲੈ ਜਾ ਕਰੋ ਵੇਚਣ, ਸਪੀਕਰ ਲਾ ਕੇ। ਹੈਂ, ਸਾਨੂੰ ਤਾਂ ਸਪੀਕਰ ਕੀ ਜੀ, ਸਾਨੂੰ ਤਾਂ ਬੋਰਡ ਲਾਉਣਾ ਪੈਂਦਾ ਇੱਥੇ ਹੀ ਵੀ ਸਾਡੇ ਕੋਲ ਗੁੜ ਚੱਕਰ ਹੈ ਨਹੀਂ, ਤੁਸੀਂ ਕਿਤੋਂ ਹੋਰ ਲਓ ਜੀ। ਸਾਡੇ ਜੇ ਮੈਂਬਰ ਨਹੀਂ ਤਾਂ ਅਸੀਂ ਗੁੜ ਚੱਕਰ ਨਹੀਂ ਦੇ ਸਕਦੇ। 5 ਮਹੀਨੇ ਅਸੀਂ ਗੁੜ ਚੱਕਰ ਦਿੰਦੇ ਹਾਂ ਜਦੋਂ ਸਾਡਾ ਘਲਾੜਾ ਚੱਲਦਾ, 7 ਮਹੀਨੇ ਤਾਂ ਅਸੀਂ ਲੋਕਾਂ ਨੂੰ ਜਵਾਬ ਹੀ ਦਿੰਦੇ ਹਾਂ। ਫਿਰ ਪੂਰਾ ਕਰੋ ਤੁਸੀਂ, ਗੰਨਾ ਵੱਧ ਬੀਜ ਲਓ ਵੀ 40 ਕਰ ਲਓ, ਫਿਰ ਸਾਡੀ ਸ਼ਾਂਤੀ ਭੰਗ ਹੋ ਜਾਓ। ਹੈਂ, ਕੋਲੂ ਚ ਬਾਂਹ ਤਾਂ ਸਾਡੀ ਹੁਣ ਆਈ ਹੋਈ ਹੈ, ਕਹਿੰਦੇ ਹੁੰਦੇ ਨੇ ਘਲਾੜੇ 'ਚ ਬਾਂਹ ਆ ਗਈ, ਸਾਡੀ ਹੁਣ ਘਲਾੜੇ 'ਚ ਹੀ ਬਾਂਹ ਹੈ। ਪੂਰਤੀ ਕਰਦੇ ਹਾਂ, ਕਦੇ ਸੌਂਫ ਵਾਲਾ ਗੁੜ ਮੁੱਕ ਜਾਂਦਾ ਹੈ, ਕਦੇ ਮੂੰਗਫਲੀ ਵਾਲਾ ਮੁੱਕ ਜਾਂਦਾ ਹੈ, ਕਦੇ ਤ੍ਰਿਫਲੇ ਵਾਲਾ ਮੁੱਕ ਜਾਂਦਾ ਹੈ, ਕਦੇ ਮੈਟੀਗੇਟਰ ਮੁੱਕ ਜਾਂਦਾ, ਕਦੇ ਸ਼ੱਕਰ ਨਹੀਂ ਹੁੰਦੀ, ਕਦੇ ਹਲਦੀ ਵਾਲੀ ਸ਼ੱਕਰ ਨਹੀਂ ਹੁੰਦੀ। ਪੂਰਾ ਕਰਨਾ ਬਹੁਤ ਮੁਸ਼ਕਲ ਹੈ ਜੀ। ਜਿਹੜੇ ਇੱਕ ਵਾਰੀ ਬੰਦਾ ਲੈ ਜਾਂਦਾ ਹੈ, ਉਹ ਅਗਲੀ ਵਾਰ ਉਹ ਚੇਨ ਰਿਐਕਸ਼ਨ ਵਾਂਗ, ਜਿਵੇਂ ਨਿਊਟਰਨ ਬੰਬ ਦਾ ਨਾ ਚੇਨ ਰਿਐਕਸ਼ਨ ਹੁੰਦਾ, ਉਸੇ ਤਰ੍ਹਾਂ ਹੀ ਜਿਹੜਾ ਇੱਕ ਬੰਦਾ ਲੈ ਜਾਂਦਾ, 5 ਬੰਦਿਆਂ ਨੂੰ ਲੈ ਕੇ ਆਉਂਦਾ, ਅਸੀਂ ਕਿੰਨੀਆਂ ਕਦਾ ਪੂਰਾ ਕਰਾਂਗੇ, ਨਹੀਂ ਕਰ ਸਕਦੇ। ਸ਼ੱਕਰ ਇੱਥੋਂ ਲੈ ਜਾਂਦੇ ਹਾਂ, ਤੁਹਾਡੇ ਤੋਂ ਗੁੜ ਲੈ ਜਾਂਦੇ ਹਾਂ ਕਈ ਵਾਰੀ। ਵੈਸੇ ਤਾਂ ਘਰੇ ਦੁੱਧ ਜਿੱਥੋਂ ਡੇਰੀ ਤੋਂ ਆਉਂਦਾ ਹੈ, ਹੈ ਨਾ, ਸੋਚੀ ਤਾਂ ਇਹੀ ਲਿਆਉਂਦੇ ਹਾਂ, ਦੁੱਧ ਮੱਝਾਂ ਰੱਖੀਆਂ ਨੇ ਬੰਦੇ ਨੇ, ਹਾਂਜੀ ਹਾਂਜੀ, ਉਹ ਦੁੱਧ ਲੈ ਕੇ ਆਈਦਾ, ਠੀਕ ਹੈ, ਕੋਈ ਆਮ ਡੇਰੀ ਤੋਂ ਦੁੱਧ ਨਹੀਂ ਲੈ ਕੇ ਆਉਂਦੇ ਹੈਗੇ, ਤਿਲਕੇ ਉਹ ਤਾਂ ਉਹ ਪਾਉਂਦੇ ਹੋ। ਕਈ ਵਾਰੀ ਕਿਸੇ ਨੂੰ ਕਹਿ ਦਿੰਦੇ ਵੀ ਐਂ ਕਰ ਯਾਰ, ਕੋਈ ਰਿਸ਼ਤੇਦਾਰ ਕੋਈ ਖਾਸ ਬੰਦਾ ਆ ਜਾਂਦਾ ਵੀ ਸ਼ੱਕਰ ਲੈ ਯਾਰ, ਉਹ ਕਹਿੰਦਾ ਕਿਵੇਂ, ਮੈਂ ਦੱਸਣ ਲੱਗਾ ਮੈਂ ਉੱਥੋਂ ਲੈ ਕੇ ਆਇਆ, ਕਹਿੰਦਾ ਸ਼ੱਕਰ ਲੈ ਜੀ, ਹੁਣ ਮੈਂ ਹੁਣ ਸ਼ੱਕਰ ਦੇਸੀ ਘਿਓ, ਕਹਿੰਦਾ ਦੇਸੀ ਘਿਓ ਨੂੰ ਸ਼ੁੱਧ ਹੈਗਾ ਕਰਾਂਗੀ ਨਹੀਂ। ਬਿਲਕੁਲ, ਇਹ ਤਾਂ ਦੇਖੋ, ਇਹ ਤਾਂ ਸਾਨੂੰ ਵਹਿਮ ਹੈ, ਕਦੇ ਕਦੇ ਮੈਨੂੰ ਵੀ ਵਹਿਮ ਹੈ ਵੀ ਮੈਂ ਗੁੜ ਸ਼ੁੱਧ ਪੈਦਾ ਕਰਦਾ। ਗੱਲ ਕਰ ਜਿਹਨੂੰ ਕੱਦੂ ਲੈ ਕੇ ਆਉਂਦਾ ਸੀ ਗੜਬੜ ਹੈ। ਹੁਣ ਜਿਵੇਂ ਦੇਖੋ ਤੁਸੀਂ, ਕਈ ਆਪਣੇ ਮਾਨਸਾ ਦੇ ਵਿੱਚ ਹੀ ਕਈ ਥਾਂ 'ਤੇ ਸ਼ਿਮਲਾ ਮਿਰਚ ਬੀਜਦੇ ਨੇ, ਵੱਡੇ ਪੱਧਰ 'ਤੇ ਹੁੰਦੀ ਹੈ। ਗੱਲ ਕਰ, ਹੈਰਾਨੀ ਹੈ, ਤੁਸੀਂ ਪਿੰਡ ਦੇ ਵਿੱਚ ਸਾਰੇ ਚੁੱਲ੍ਹਿਆਂ 'ਤੇ ਪਈਆਂ ਪਤੀਲੀਆਂ ਚੈੱਕ ਕਰ ਲਿਓ, ਸ਼ਿਮਲਾ ਮਿਰਚ ਦੀ ਸਬਜ਼ੀ ਨਹੀਂ ਮਿਲੂਗੀ ਤੁਹਾਨੂੰ। ਆਲੂ ਬੀਜਣ ਵਾਲਾ ਆਲੂ ਦੀ ਸਬਜ਼ੀ ਨਹੀਂ ਬਣਾਉਂਦਾ, ਭਿੰਡੀਆਂ ਬੀਜਣ ਵਾਲਾ ਭਿੰਡੀਆਂ ਦੀ ਸਬਜ਼ੀ ਨਹੀਂ ਬਣਾਉਂਦਾ, ਕੱਦੂ ਖਰੀਦਦਾ, ਅਤੇ ਕੱਦੂਆਂ ਵਾਲਾ ਕੱਦੂ ਦੀ ਸਬਜ਼ੀ ਨਹੀਂ ਬਣਾਉਂਦਾ, ਆਲੂ ਖਰੀਦਦਾ। ਆਲੂ ਵਾਲਾ ਉਹਨੂੰ ਐਵੇਂ ਮੈਂ ਜ਼ਹਿਰ ਪਾਈ ਹੈ, ਕੱਦੂ ਵਾਲੇ ਨੂੰ ਐਂ ਲੱਗਦਾ ਮੈਂ ਜ਼ਹਿਰ ਪਾਈ ਹੈ, ਭਿੰਡੀ ਵਾਲੇ ਨੂੰ ਲੱਗਦਾ ਮੈਂ ਜ਼ਹਿਰ ਪਾਈ ਹੈ, ਅਤੇ ਗੁੜ ਵਾਲੇ ਨੂੰ ਲੱਗਦਾ ਮੈਂ ਜ਼ਹਿਰ ਪਾਈ ਹੈ। ਆਹੀ ਸਮੱਸਿਆ, ਅਸੀਂ ਰੋਗ ਬਣ ਰਹੇ ਹਾਂ, ਨਾ ਕਿ ਸਮਾਨ, ਫੂਡ ਨਹੀਂ ਬਣ ਰਹੇ ਅਸੀਂ, ਵਹਿਮ ਦੇ ਵਿੱਚ ਹੀ ਅਸੀਂ ਇੱਕ ਦੂਜੇ ਨੂੰ ਰੋਗੀ ਕਰ ਰਹੇ ਹਾਂ। ਫਿਰ ਸਵਾਲ ਉੱਠਦਾ ਵੀ ਯਾਰ, ਮੈਂ ਤਾਂ ਚੰਗਾ ਖਾਂਦਾ ਹੁੰਦਾ ਸੀ, ਵੀ ਮੈਂ ਬਿਮਾਰ ਪਤਾ ਨਹੀਂ ਕਿਵੇਂ ਹੋ ਗਿਆ, ਆਹ ਸਮੱਸਿਆ ਮੈਨੂੰ ਪਤਾ ਨਹੀਂ ਕਿਵੇਂ ਆ ਗਈ। ਉਹ ਵਸਤ ਵਟਾਂਦਰਾ ਹੈ। ਪਹਿਲਾਂ ਅਸੀਂ ਚੰਗਾ ਸਮਾਨ ਬਣਦੇ ਸੀ, ਲੱਕੜ ਦਾ ਕਿਸ ਤੋਂ ਮੰਜਾ ਠੀਕ ਕਰਾਇਆ, ਉਹਨੂੰ ਸਰ੍ਹੋਂ ਦੇ ਤੀ, ਮੰਜਾ ਵੀ ਠੀਕ ਕਰਨ ਵਾਲਾ ਪੂਰਾ ਟੋਪ ਦੇ ਸੁਰਸੇ ਲਾ ਕੇ ਜਾਂਦਾ ਸੀ, ਪੂਰੇ ਟੋਪ ਦੀਆਂ ਜਿਹੜੀਆਂ ਫਾਨੇ ਠੋਕ ਕੇ ਜਾਂਦਾ ਸੀ, ਨਹੀਂ ਹਲਦਾ ਸੀ, ਚੂਕਦਾ ਵੀ ਨਹੀਂ ਸੀ, ਅਤੇ ਜਿਹੜੀ ਉਹਨੂੰ ਸਰ੍ਹੋਂ ਦਿੱਤੀ ਜਾਂਦੀ ਸੀ ਉਹ ਵੀ ਸ਼ੁੱਧ ਹੁੰਦੀ ਸੀ। ਹੁਣ ਦੋਨਾਂ 'ਚ ਹੀ ਗੜਬੜ ਹੋ ਗਈ, ਵਸਤ ਵਟਾਂਦਰਾ ਖਤਮ ਹੋ ਗਿਆ, ਪੈਸਿਆਂ ਦਾ ਮੁੱਲ ਹੋ ਗਿਆ, ਅੱਜ ਤਾਂ ਪੈਸੇ ਵੀ ਉਹ ਆ ਗਏ ਜਿਹੜੇ ਦਿੰਦੇ ਨਹੀਂ, ਔਨਲਾਈਨ ਇਕੱਲਾ ਟੁੰਗ ਟੁੰਗ ਹੀ ਸੁਣਦੀ ਹੈ, ਪੈਸੇ ਤਾਂ ਦਿੰਦੇ ਨਹੀਂ ਕਿਸੇ ਨੂੰ। ਉੱਥੇ ਜਾ ਕੇ ਗੜਬੜ ਹੋ ਗਈ, ਪੈਸੇ ਦੀ ਦੌੜ 'ਚ ਪੈ ਗਏ, ਗਿਣਤੀਆਂ ਮਿਣਤੀਆਂ 'ਚ ਹੋ ਗਿਆ, ਭੋਜਨ ਭੁੱਲ ਗਏ, ਬਿਮਾਰੀਆਂ ਗਲ ਪਾ ਲਈਆਂ, ਦਵਾਈਆਂ ਦੀਆਂ ਜੇਬਾਂ ਭਰ ਲਈਆਂ, ਅਤੇ
ਕਾਰਾਂ ਜੀਪਾਂ 'ਚ ਬੈਠ ਕੇ ਕੌਣ ਬੈਠੇ ਨੇ? ਬਿਮਾਰ ਲੋਕ ਬੈਠੇ ਨੇ, ਇਹੋ ਜਿਹੇ ਲੋਕ ਨੇ ਜਿਹੜੇ ਕਾਰ ਦੀ ਸੀਟ 'ਤੇ ਲੰਮੇ ਪੈਂਦੇ ਨੇ, ਜੇ ਘੋੜੇ 'ਤੇ ਬਾਹਦੇ ਹੋ ਮੈਨੂੰ ਲੱਗਦਾ ਥਾਂ ਡਿੱਗ ਪੜ, ਕਿਉਂਕਿ ਸਰੀਰਕ ਤੌਰ 'ਤੇ ਅਨਫਿੱਟ ਨੇ। ਘੋੜੇ 'ਤੇ ਕੌਣ ਬਹਿੰਦਾ? ਤੰਦਰੁਸਤ ਬੰਦਾ। ਅਤੇ ਜਿਹੜੇ ਉਹ ਸਾਡੇ ਗੁਰੂਆਂ ਪੀਰਾਂ ਦੇ ਯੋਧਿਆਂ ਦੇ ਜਿਹੜੇ ਘੋੜੇ ਨੇ, ਜਿਵੇਂ ਤਾਹਾਂ ਦੋਨੇ ਖੁਰ ਚੱਕੇ ਹੁੰਦੇ ਨੇ ਉਹਨਾਂ ਦੇ, ਜੇਤੂ ਨਿਸ਼ਾਨ ਨੇ, ਅਤੇ ਉਹਦੇ ਉੱਤੇ ਤਾਂ ਮੈਨੂੰ ਲੱਗਦਾ ਪੰਜਾਬ ਦਾ ਇੱਕ ਬੰਦਾ ਵੀ ਨਹੀਂ ਬੈਠ ਸਕਦਾ, ਥਾਂ ਹੀ ਡਿੱਗ ਪੂਗਾ। ਤੰਦਰੁਸਤੀ ਜ਼ਰੂਰੀ ਹੈ ਜੀ, ਤੰਦਰੁਸਤੀ ਵਾਸਤੇ ਫਿਰ ਸਾਈਕਲ 'ਤੇ ਵੀ ਉਹੀ ਚੜ੍ਹੋ ਜਿਹੜਾ ਤੰਦਰੁਸਤ ਹੈ, ਨਹੀਂ ਤਾਂ ਫਿਰ ਮੋਟਰਸਾਈਕਲਾਂ ਵੀ ਆਪ ਨਹੀਂ ਚੱਲਦੇ, ਮਗਰ ਬੈਠੇ ਰਹਿੰਦੇ ਨੇ, ਜਨਾਨੀਆਂ ਵਾਂਗ ਲੱਤਾਂ 'ਤੇ ਲੱਤਾਂ ਟੇਢੇ ਹੋ ਗਏ ਬੈਠੇ। ਇਹੀ ਪ੍ਰੋਬਲਮਾਂ ਨੇ, ਸੋਚ ਵਿਚਾਰ ਕਰਨਾ ਪਊ। ਇਕੱਲੇ ਲਿਫਾਫਿਆਂ ਨਾਲ ਲਿਫਾਫੇਬਾਜ਼ੀ, ਲਿਫਾਫੇਬਾਜ਼ੀ ਦਾ ਮਤਲਬ ਕਿ ਪੈਕਿੰਗ ਚਾਹੀਦੀ ਹੈ ਇਕੱਲੀ, ਵੀ ਸੋਹਣੀ ਲੱਗਦੀ ਹੈ। ਸਾਨੂੰ ਕਹਿੰਦੇ ਨੇ ਤੁਸੀਂ ਉੱਤੇ ਸਟਿੱਕਰ ਲਾ ਦਿਓ ਜੀ, ਮਗਰ ਫਿਰ ਕਿਹੜਾ ਗੁੜ ਮਿੱਠਾ ਹੋ ਜੂ? ਜਿਹੜਾ ਗੁੜ ਹੈ ਗੁੜ ਦੀ ਬਣਗੀ ਤਾਂ ਅੰਦਰ ਦੀ ਹੈ ਯਾਰ, ਲਿਫਾਫੇ 'ਤੇ ਸਟਿੱਕਰ ਲਾਉਣ ਦੇ, ਲਿਫਾਫੇ ਦੀ ਪੈਕਿੰਗ ਕਰਨ ਵਾਲਾ ਥੋੜ੍ਹੀ ਬਦਲ ਲਈ। ਆਹ 391 ਦਾ ਬਿਆਨ ਆਇਆ ਸੀ ਗੁੜ ਦਾ, ਵੀ ਐਮ ਐਸ ਪੀ ਕਰਤੀ 391 ਰੁਪਏ, ਠੀਕ ਹੈ। ਬਹੁਤ ਲੋਕ ਖੁਸ਼ੀ ਯਾਰ ਕਰ ਰਹੇ ਸੀ, ਉਦੋਂ ਮੇਰੇ ਵਰਗੇ ਇਹੀ ਸੋਚੀ ਗਏ ਵੀ ਸਾਡੇ ਗੰਨਾ ਕਿਤੇ ਨਜ਼ਰ ਆਉਂਦਾ ਨਹੀਂ ਯਾਰ, ਬਿਨਾਂ ਕੱਲ੍ਹ ਤੋਂ ਤਾੜੀਆਂ ਮਾਰੀ। ਐਮ ਐਸ ਪੀ 391 ਮੰਨ ਲਿਆ ਆਪਾਂ ਨੇ, ਤੁਸੀਂ ਗੁੜ ਦੀ ਗੰਨੇ ਦੀ ਖੇਤੀ ਕਰ ਰਹੇ ਹੋ, ਕੀ ਐਮ ਐਸ ਪੀ ਤੁਹਾਡੇ 'ਤੇ ਪ੍ਰੈਸ਼ਰਾਈਜ਼ ਹੁੰਦੀ ਹੈ ਵੀ ਗੰਨਾ 20 ਕਿੱਲੇ ਬੀਜ ਲਿਆ ਯਾਰ 391 ਰੁਪਈਏ ਦੀ ਐਮ ਐਸ ਪੀ ਘੱਟ ਹੈ, ਜਾਂ ਇਹ ਗੱਲ ਐਮ ਐਸ ਪੀ ਦੀ ਲੋੜ ਹੈ ਕਹਿ ਲਈਏ ਗੰਨੇ ਦੀ ਐਮ ਐਸ ਪੀ, ਜਾਂ ਕੀ ਵੀ ਸੋਚਦੇ ਹੋ? ਵੈਸੇ ਜਿਹੜਾ ਪੰਜਾਬ ਹੈ ਜੀ, ਪੰਜਾਬ ਦੇ ਵਿੱਚ ਤਾਂ ਹੁਣ ਤੱਕ ਗੰਨੇ ਦੀ ਐਮ ਐਸ ਪੀ ਦੀ ਮਾਲਵੇ ਦੀ ਲੋੜ ਨਹੀਂ, ਕਿਉਂਕਿ ਮਾਲਵੇ ਦੇ ਵਿੱਚ ਤਾਂ ਜੇ ਕਿਸਾਨ ਸਿਆਣਾ ਹੈ ਉਹ ਗੁੜ ਬਣਾ ਕੇ ਖਰਾ ਹੋ ਕੇ ਆਪਦੇ ਰਿਸ਼ਤੇਦਾਰਾਂ ਨੂੰ, ਆਪਦੇ ਦੋਸਤਾਂ ਮਿੱਤਰਾਂ ਨੂੰ ਖੁਦ ਲਈ ਵਰਤੇ, ਤਾਂ ਉਹਨੂੰ ਐਮ ਐਸ ਪੀ ਤੋਂ ਕਿਤੇ ਉੱਚਾ ਲੰਘ ਜੂਗਾ ਜੀ, ਕਿਤੇ ਉੱਚਾ ਲੰਘ ਜੂਗਾ। ਪਰ ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਯਾਰ ਨਹੀਂ, ਖੇਤੀ 'ਚ ਜੇ ਸਾਨੂੰ 6 ਮਹੀਨੇ ਲੱਗ ਜਾਣਾ, ਮੰਡੀ 'ਚ ਜਾਈਏ ਐਂ ਕਰਕੇ ਮੁੜ ਆਈਏ, ਝਟਕੇ ਨਾਲ ਹੀ ਮੁੜ ਆਈਏ, ਉੱਥੇ ਹੀ ਕਿਤੇ ਕਿਤੇ ਨਾ ਕਿਤੇ ਡਿਮਾਂਡ ਕਰਦਾ। ਹੁਣ ਤੁਸੀਂ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬੜੀ ਰੌਚਕ। ਮੈਂ ਮਾਨਸਾ ਦੇ 12 ਹੱਟਾਂ ਚੌਂਕ 'ਚ ਗਿਆ, ਅੱਜ ਸਵੇਰ ਦੀ ਗੱਲ ਹੈ, ਮੈਂ ਇੱਕ ਬੰਦੇ ਨੂੰ ਰੇਹੜੀ ਵਾਲੇ ਨੂੰ ਪੁੱਛਿਆ, ਮੈਂ ਕਿਹਾ ਆਲੂ ਕੀ ਰੇਟ ਨੇ? ਸਾਈਡ ਤੋਂ ਆਵਾਜ਼ ਆਈ ਮੈਨੂੰ, ਕਹਿੰਦਾ ਜੀ 40 ਰੁਪਏ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਰੇਹੜੀ ਤੇਰੀ ਆਵਾਜ਼ ਉੱਧਰੋਂ ਆਉਂਦੀ ਹੈ, ਮੈਂ ਕਿਹਾ ਉਹ ਕੌਣ? ਕਹਿੰਦਾ ਮੇਰਾ ਪੁੱਤ ਹੈ ਜੀ, ਬੇਟਾ ਹੈ ਮੇਰਾ। ਮੈਂ ਕਿਹਾ ਆਹਮਣੇ ਸਾਹਮਣੇ 2 ਰੇਹੜੀਆਂ ਲਾ ਛੱਡੀਆਂ ਨੇ? ਕਹਿੰਦਾ ਹੋਰ ਜੀ, ਪੰਜਾਬੀ ਬੋਲ ਰਿਹਾ ਸੀ ਉਹ, ਕਹਿੰਦਾ ਲਾ ਰੱਖੀਆਂ ਨੇ ਜੀ। ਮੈਂ ਕਿਹਾ ਯਾਰ ਸਾਡੇ ਤਾਂ ਪਿਓ ਪੁੱਤ ਦੋਨੇ ਖੇਤ ਕੰਮ ਨਹੀਂ ਕਰਦੇ, ਤੁਸੀਂ ਆਹਮਣੇ ਸਾਹਮਣੇ ਰੇਹੜੀਆਂ ਲਾ ਛੱਡੀਆਂ ਨੇ। ਹੁਣ ਦੇਖੋ, ਮੈਂ ਉਹਨੂੰ ਪੁੱਛਿਆ ਬਈ ਇਹਦਾ ਫਾਇਦਾ ਕੀ ਸਾਨੂੰ? ਕਹਿੰਦਾ ਜੀ ਦੋਨੇ ਰੇਹੜੀਆਂ ਦੀ ਰਾਖੀ ਕੋਈ ਬੰਦਾ ਕਰ ਸਕਦਾ? ਮੇਰਾ ਪੁੱਤ ਮੇਰੇ ਸਾਹਮਣੇ ਕੰਮ ਕਰ ਰਿਹਾ, ਕੋਈ ਗੜਬੜ ਕਰੂਗਾ ਮੈਂ ਤਾਂ ਉਹਨੂੰ ਦੱਸੂਗਾ, ਜੇ ਕੋਈ ਵੱਡੀ ਗੜਬੜ ਕਰੂਗਾ ਤਾਂ ਮੈਂ ਝਿੜਕੂੰਗਾ। ਕਿਆ ਬਾਤ! ਤੇ ਇੱਥੇ ਸਾਡੇ ਸਮੱਸਿਆ ਕੀ ਹੈ? ਸਾਡੇ ਜੇ ਪਿਓ ਖੇਤ ਵਗ ਗਿਆ ਪੁੱਤ ਨਹੀਂ ਜਾਂਦਾ, ਜੇ ਪੁੱਤ ਵਗ ਗਿਆ ਤਾਂ ਪਿਓ ਨਹੀਂ ਜਾਂਦਾ। ਅਸੀਂ ਨਾ ਤਾਂ ਭਰੱਪੇ 'ਚ ਕੰਮ, ਭਾਈਚਾਰੇ 'ਚ ਕੰਮ ਕਰਨਾ ਪਸੰਦ ਨਹੀਂ ਕਰਦੇ, ਬੀੜੀਆਂ ਦੌਰ ਗਿਆ, ਉਹ ਖਤਮ ਗਿਆ। ਉੱਥੇ ਹੁਣ ਦੇਖੋ ਸਾਡੇ ਯੂਪੀ ਬਿਹਾਰ ਦੇ ਬੰਦੇ ਬੀੜੀਆਂ ਚੜ੍ਹਾ ਰਹੇ ਨੇ। ਮੈਨੂੰ ਹੈਰਾਨੀ ਹੋਈ, ਮੈਂ ਉਹਨਾਂ ਦੀ ਫੋਟੋ ਖਿੱਚੀ, ਉਹ 5-6 ਰੇਹੜੀਆਂ ਉਹਨਾਂ ਦੀਆਂ ਇਕੱਠੀਆਂ ਸਕੇ ਸੰਬੰਧੀਆਂ ਦੀਆਂ। ਮੈਂ ਉਹਨਾਂ ਨੂੰ ਕਿਹਾ ਕੋਈ ਕੰਪੀਟੀਸ਼ਨ ਨਹੀਂ? ਕਹਿੰਦਾ ਨਹੀਂ, ਇੱਕੋ ਹੀ ਰੇਟ ਹੈ। ਮੈਂ ਕਿਹਾ ਫਾਇਦਾ ਸੋਨੂੰ ਇਕੱਠਿਆਂ ਦਾ? ਕਹਿੰਦਾ ਜਦੋਂ ਮੇਰੇ ਕੋਲ ਆਲੂ ਮੁੱਕ ਜਾਂਦੇ ਨੇ ਮੈਂ ਮੇਰੇ ਪੁੱਤ ਤੋਂ ਲੈ ਲੈਣਾ, ਜਦੋਂ ਉਹਦੇ ਕੋਲ ਗੋਭੀ ਮੁੱਕ ਜਾਂਦੀ ਹੈ ਮੈਂ ਦੇ ਦੇਣਾ, ਜੇ ਉਹ ਰੋਟੀ ਖਾਣ ਲੱਗਿਆ ਤਾਂ ਮੈਂ ਉਹਦੀ, ਕੋਈ ਗਾਹਕ ਆ ਜਾਂਦਾ ਮੈਂ ਉਹਦੀ ਰੇਹੜੀ 'ਤੇ ਜਾ ਕੇ ਤੋਲ ਆਉਣਾ। ਸਾਡਾ ਕੰਪੀਟੀਸ਼ਨ ਕੋਈ ਨਹੀਂ, ਅਤੇ ਸਾਡੇ ਕੋਲ ਤਾਂ ਪੂਛ ਖਿੱਚਣ ਤੋਂ ਅਤੇ ਲੱਤ ਖਿੱਚਣ ਤੋਂ ਬਿਨਾਂ ਕੋਈ ਕੰਮ ਹੀ ਨਹੀਂ। ਇਹ ਸਾਨੂੰ ਸਿੱਖਣਾ ਪਊ।
ਜੇ ਅਸੀਂ ਸੋਚੀਏ ਵੀ ਅਸੀਂ ਯੂਨੀਵਰਸਿਟੀ ਤੋਂ ਪੜ੍ਹਾਂਗੇ ਜਾਂ ਕਿਤਾਬਾਂ ਤੋਂ ਸਿੱਖਾਂਗੇ, ਨਹੀਂ, ਸਾਨੂੰ ਉਹ ਬੰਦਿਆਂ ਤੋਂ ਸਿੱਖਣਾ ਪਊ ਜਿਹੜੇ ਯੂਪੀ ਬਿਹਾਰ ਤੋਂ ਖਾਲੀ ਹੱਥ ਗੱਡੀ ਚੜ੍ਹੇ, ਨਿੱਕਾ ਜਿਹਾ ਝੋਲਾ ਸੀ ਅਤੇ ਅੱਜ ਕੋਠੀਆਂ ਕਾਰਾਂ ਦੇ ਮਾਲਕ ਕਿਵੇਂ ਬਣ ਗਏ, ਜ਼ਮੀਨਾਂ ਦੇ ਮਾਲਕ ਕਿਵੇਂ ਬਣ ਗਏ, ਸਰਕਾਰੀ ਥਾਵਾਂ 'ਤੇ ਸੜਕਾਂ ਕਿਨਾਰੇ ਮੁੱਲ ਦਾ ਸਮਾਨ ਲੈ ਕੇ ਨਿੱਕੀ ਜਿਹੀ ਰੇਹੜੀ 'ਚ ਵੇਚ ਕੇ ਇਸ ਤਰ੍ਹਾਂ ਸੈੱਟ ਕਿਵੇਂ ਹੋ ਗਏ, ਪੰਜਾਬ ਦੇ ਵਿੱਚ ਆਵਾਜ਼ ਕਿਵੇਂ ਉੱਠਣ ਲੱਗ ਗਈ ਵੀ ਬਿਹਾਰੀ ਅਤੇ 100 ਬਿਮਾਰੀ, ਪ੍ਰਵਾਸੀਆਂ ਦਾ ਵਿਰੋਧ ਕਿਉਂ ਹੋਣ ਲੱਗ ਗਿਆ, ਕਿਹਨੇ ਉਹਨਾਂ ਨੂੰ ਪਲੀਹ ਦਿੱਤੀ, ਵਸਾਇਆ ਕਿਹਨੇ, ਥਾਂ ਕਿਹਨੇ ਦਿੱਤੀ, ਉਹਨਾਂ ਨੂੰ ਕਾਮਯਾਬ ਕਰਨ ਵਾਸਤੇ ਸਮਾਨ ਕਿਹਨੇ ਖਰੀਦਿਆ, ਸਾਨੂੰ ਕਾਹਦੀ ਸੰਗ ਆਉਂਦੀ ਸੀ, ਉੱਥੇ ਆਵਾਂਗੇ ਤਾਂ ਪੰਜਾਬ ਨੂੰ ਕਿਸੇ ਕਿਤਾਬ 'ਚੋਂ ਕਿਸੇ ਤੋਂ ਟ੍ਰੇਨਿੰਗ ਲੈਣ ਦੀ, ਕਿਸੇ ਤੋਂ ਸਿੱਖਿਆ ਲੈਣ ਦੀ ਲੋੜ ਨਹੀਂ, ਸਾਰਾ ਕੁਛ ਆ ਸਾਡੇ ਕੋਲ, ਤਾਂ ਬੜੇ ਵੱਡੇ ਤਜਰਬੇ ਨੇ। ਰੰਗਲੇ ਪੰਜਾਬ ਦੀ ਕੀ ਪਰਿਭਾਸ਼ਾ ਹੈ? ਰੰਗਲਾ ਪੰਜਾਬ ਦਾ ਫਿਰ ਪੰਜਾਬ 'ਚ ਰੰਗ ਹੁੰਦੇ ਸੀ ਪਹਿਲਾਂ, ਹੁਣ ਤਾਂ ਸਾਰਾ ਹੀ ਫਿੱਕਾ ਪੰਜਾਬ ਕਹੂੰਗਾ ਮੈਂ ਤਾਂ। ਰੰਗਲਾ ਤਾਂ ਪਹਿਲਾਂ ਸੀ, ਹੁਣ ਰੰਗੜਾ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਆਪਦੇ ਰੰਗ ਬਿਖਰ ਜਾਂਦੇ ਨੇ। ਜੇ ਹੁਣ ਪੰਜਾਬ ਨੂੰ ਤੁਸੀਂ ਇਹ ਕਹੋ ਵੀ ਇੱਥੇ ਖਾਂਦੇ ਨੇ, ਬੈਠਦੇ ਨੇ, ਕੰਮ ਕਰਾਉਂਦੇ ਨੇ ਪੰਜਾਬ ਵਾਲੇ, ਕਰਦੇ ਨੇ ਯੂਪੀ ਬਿਹਾਰ ਹਿਮਾਚਲ ਨੇਪਾਲ ਅਤੇ ਜੰਮੂ ਵਾਲੇ, ਤਾਂ ਫਿਰ ਤਾਂ ਰੰਗਲਾ ਹੀ ਆਉਣ, 7-8 ਰੰਗ ਹੋ ਗਏ ਪੰਜਾਬ 'ਚ, ਫਿਰ ਤਾਂ ਰੰਗਲਾ ਹੀ ਕਹਾਂਗੇ। ਜੇ ਪੰਜਾਬ ਵਾਲੇ ਬਾਹਰ ਚਲੇ ਗਏ ਅਤੇ ਬਾਹਰਲੇ ਕੁਛ ਰੰਗ ਬੰਨ ਲਾ ਕੇ ਵਾਪਸ ਆ ਜਾਂਦੇ ਨੇ ਕਦੇ ਕਦੇ, ਤਾਂ ਵੀ ਰੰਗਲਾ ਬਣ ਜਾਂਦਾ। ਗੱਲ ਕਰ ਜੇ ਸੱਭਿਆਚਾਰਕ ਤੌਰ 'ਤੇ, ਵਿਰਾਸਤੀ ਤੌਰ 'ਤੇ, ਸਮਾਜਿਕ ਤੌਰ 'ਤੇ, ਭਾਈਚਾਰਕ ਤੌਰ 'ਤੇ ਜੇ ਪੰਜਾਬ ਨੂੰ ਰੰਗਲਾ ਕਹੀਏ ਤਾਂ ਰੰਗ ਹੁਣ ਫਿੱਕੇ ਨੇ। ਲੇਬਰ ਕਰਕੇ ਤੁਸੀਂ ਇੱਥੋਂ ਗੰਨਾ ਲਾਉਣਾ ਛੱਡਤਾ, ਲੇਬਰ ਕਰਕੇ ਤੁਸੀਂ ਧੂਰੀ ਚਲੇ ਗਏ। ਸਾਡੇ ਪੰਜਾਬੀ ਬੜੇ ਜਨੂੰਨ ਦੇ ਨਾਲ 18-18 ਘੰਟੇ, 20-20 ਘੰਟੇ ਵਿਦੇਸ਼ ਜਾ ਕੇ ਕੰਮ ਕਰ ਰਹੇ ਨੇ। ਜਦੋਂ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ, ਉਦੋਂ ਜਦੋਂ ਜਾਂ ਇਹ ਸੋਚਦੇ ਹਾਂ ਵੀ ਹਾਂ ਉਹ ਜਿਵੇਂ ਤੁਸੀਂ ਕਹਿਤਾ ਵੀ ਉੱਧਰ ਲਿਆ ਕੇ ਇੱਧਰ ਖਾਲੀ ਝੋਲੇ ਤੋਂ ਬੰਗਲੇ ਤੱਕ ਪਹੁੰਚ ਗਏ ਉਹ ਲੋਕ, ਹੱਲ ਕੀ ਹੈ? ਹੁਣ ਜੇ ਇਹਨੂੰ ਲੱਗਦੇ ਫਿਰ ਕਹਿੰਦੇ ਨੇ ਇਹ ਪ੍ਰਵਾਸੀਆਂ ਦੇ ਹੱਕ 'ਚ ਭੁਗਤਦੇ ਨੇ, ਇਹ ਜਿਹੜੇ ਉੱਧਰ ਗਏ ਨੇ ਪੰਜਾਬੀ ਉਹ ਕਹਿਣ ਲੱਗ ਪੈਂਦੇ ਨੇ ਵੀ ਕਿਉਂ ਗੱਲ ਕਰਦੇ ਹੋ, ਕਿਉਂ ਮਾੜੇ ਪੱਖੋਂ ਉਜਾਗਰ ਕਰਦੇ ਹੋ, ਹੱਲ ਕੀ ਹੈ? ਹੱਲ ਤਾਂ ਜਾਗਰੂਕਤਾ ਜੀ, ਪਹਿਲੀ ਸਹਿਣਸ਼ੀਲਤਾ, ਜਿਹੜੀ ਮਰ ਗਈ ਕਦੋਂ ਮਰੀ, ਜਦੋਂ ਸਕੂਲਾਂ ਦੇ ਵਿੱਚ ਜਵਾਕਾਂ ਦੇ ਬੱਚਿਆਂ ਦੇ ਕੰਨ ਫੜਾਉਣੇ ਬੰਦ ਕਰਤੇ, ਸਹਿਣਸ਼ੀਲਤਾ ਮਰ ਗਈ। ਦੂਜੇ ਨੰਬਰ 'ਤੇ ਸਹਿਣਸ਼ੀਲਤਾ ਉਦੋਂ ਮਰੀ ਜਦੋਂ ਚਾਚੇ ਤਾਏ ਬੱਚਿਆਂ ਨੂੰ ਕੁੱਟਣਾ ਬੰਦ ਕਰ ਗਏ। ਸਹਿਣਸ਼ੀਲਤਾ ਉਦੋਂ ਮਰ ਗਈ ਜਦੋਂ ਪਿੰਡ ਦਾ ਕੋਈ ਬਜ਼ੁਰਗ ਗਲਤੀ ਕਰਦੇ ਬੱਚੇ ਦੇ ਮਗਰ ਫਿੱਡਾ ਛਿੱਤਰ ਮਾਰਨਾ ਬੰਦ ਕਰਤਾ ਉਹਨੇ, ਉਦੋਂ ਸਹਿਣਸ਼ੀਲਤਾ ਮਰ ਗਈ। ਜਦੋਂ ਸਹਿਣਸ਼ੀਲਤਾ ਮਰ ਗਈ ਤਾਂ ਪੰਜਾਬ ਦੇ ਲੋਕਾਂ ਨੂੰ ਆਪਦੇ ਪਿਤਾ ਪੁਰਖੀ ਬਜ਼ੁਰਗਾਂ ਵਾਲੇ ਕੰਮ ਆ ਉਹਨਾਂ ਤੋਂ ਸੰਗ ਆਉਣ ਲੱਗ ਗਈ। ਇਦੋਂ ਡੀਗ੍ਰੇਡ ਮਾੜੇ ਕੰਮ ਉਹ ਬਾਹਰ ਜਾ ਕੇ ਕਰਨਾ ਤਾਂ ਪਸੰਦ ਕਰ ਲਿਆ ਉਹਨਾਂ ਨੇ, ਗੱਲ ਕਰ ਇੱਥੇ ਉਹ ਕੰਮ ਕਰਨੇ ਉਹਨਾਂ ਨੂੰ 12 ਨਹੀਂ ਖਾਂਦੇ, ਚੰਗੇ ਨਹੀਂ ਲੱਗੇ, ਅਤੇ ਅਸੀਂ ਵੀ ਉਹਨਾਂ ਦੇ ਮਨ 'ਚੋਂ ਸੰਗ ਕੱਢਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਬਸ ਇੱਥੇ ਹੀ ਗੜਬੜ ਹੋ ਗਈ। ਸਹਿਣ ਸ਼ਕਤੀ ਪੈਦਾ ਕਰਨੀ ਪਊ, ਸਹਿਣਸ਼ੀਲਤਾ ਪੈਦਾ ਕਰਨੀ ਪਊ, ਇਹਦਾ ਪਾਠ ਕਰਮ ਵਿਸ਼ੇਸ਼ ਤੌਰ 'ਤੇ ਲਿਆਉਣਾ ਪਊ, ਅਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਉਹੀ ਕੰਨ ਫੜਾਉਣ ਵਾਲੀ, ਉਹੀ ਝਿੜਕਣ ਵਾਲੀ ਰਵਾਇਤ ਆ ਜਿਹੜੀ ਇੰਗਲੈਂਡ ਹੁਣ ਮੰਨਿਆ। ਉਹ ਕਹਿੰਦੇ ਵੀ ਜਿਹੜਾ ਸਾਡਾ UK ਦੇ ਵਿੱਚ ਪੜ੍ਹਾਉਣ ਦਾ ਸਿਸਟਮ ਹੈ, ਬੱਚਿਆਂ ਨੂੰ ਸਜ਼ਾ ਨਾ ਦੇਣਾ, ਇਹ ਸਾਡੀ ਬਹੁਤ ਵੱਡੀ ਗਲਤੀ ਸੀ। ਬੱਚਿਆਂ ਨੂੰ ਕਿਸੇ ਵੀ ਚੀਜ਼ ਨੂੰ ਸਿਖਾਉਣਾ, ਚਾਹੇ ਉਹ ਘੋੜਾ ਹੈ, ਚਾਹੇ ਉਹ ਸ਼ੇਰ ਹੈ, ਚਾਹੇ ਉਹ ਰਿੱਛ ਹੈ, ਤਾਂ ਉਹਨੂੰ ਕਿਸੇ ਨਾ ਕਿਸੇ ਨਾਲ ਜੇ ਸਿੱਖਿਅਤ ਕਰਨਾ ਤਾਂ ਉਹਨੂੰ ਉਹਦੀ ਸਿਹਤ ਦੇ ਉਲਟ ਕਦੇ ਨਾ ਕਦੇ ਕੁਝ ਟਾਈਮ ਲਈ ਉਹਨੂੰ ਤੰਦਰੁਸਤ ਕਰਨ ਲਈ
ਸਾਨੂੰ ਹਥਿਆਰ ਵਰਤਣੇ ਪੈਣਗੇ। ਜਿਹੜੇ ਬੱਚਿਆਂ ਨੂੰ ਚੇਤੇ ਰੱਖਿਓ, ਜਿਹੜੇ ਬੱਚਿਆਂ ਨੂੰ ਅੱਜ ਸਕੂਲਾਂ ਦੇ ਵਿੱਚ ਸਜ਼ਾ ਨਹੀਂ ਮਿਲਦੀ, ਉਹਨਾਂ ਦੇ ਵਿੱਚੋਂ ਬਹੁਤੇ ਬੱਚੇ 20-20 ਸਾਲ ਦੀ ਸਜ਼ਾ ਭੁਗਤਾਂਗੇ। ਤੇ ਉਹ ਤਾਂ ਕੰਨਾਂ ਦੀ ਸਜ਼ਾ ਸੀ, ਨਿੱਕਾ ਜਿਹਾ ਕੰਨ ਫੜਿਆ ਇੱਥੋਂ, ਆਕੂਪ੍ਰੈਸ਼ਰ ਪੁਆਇੰਟ ਹੈ ਕੰਨ ਅਸਲ ਦੇ ਵਿੱਚ। ਔਰਤਾਂ ਕੰਨਾਂ ਦੇ ਵਿੱਚ ਜਿਹੜੇ ਤੁੰਗਲ ਜਾਂ ਮੁਰਕੀਆਂ ਪਾਉਂਦੀਆਂ ਨੇ, ਉਹ ਆਕੂਪ੍ਰੈਸ਼ਰ ਪੁਆਇੰਟ ਹੈ। ਤੇ ਜੇ ਬੱਚਿਆਂ ਦੇ ਅਸੀਂ ਕੰਨ ਫੜਾ ਲੈਂਦੇ ਸੀ ਅਧਿਆਪਕ, ਤਾਂ ਫਿਰ ਐਡਾ ਕਿੱਡੀ ਕੁ ਖਨਾਮੀ ਸੀ। ਤੇ ਉਹ ਜਿਹੜੇ ਬੱਚਿਆਂ ਦੇ ਕੰਨ ਨਹੀਂ ਫੜੇ ਆ ਸਕੂਲਾਂ ਦੇ ਵਿੱਚ, ਜਿਨ੍ਹਾਂ ਨੂੰ ਘੂਰ ਘੱਪ ਨਹੀਂ ਹੋਈ, ਵਰਜਿਆ ਨਹੀਂ ਗਿਆ, ਤਾਂ ਉਹ ਸੜਕਾਂ 'ਤੇ ਨੇ ਇਸ ਟਾਈਮ, ਚਾਹੇ ਨਸ਼ੇ ਦੇ ਰੂਪ 'ਚ ਨੇ, ਚਾਹੇ ਚੋਰੀਆਂ ਠੱਗੀਆਂ ਦੇ ਰੂਪ 'ਚ ਨੇ। ਜੇਲ੍ਹਾਂ ਦੇ ਵਿੱਚ ਚਲੇ ਜਾਓ, ਛੋਟੀ ਉਮਰ ਦੇ ਬੱਚੇ ਵੀ ਤੁਹਾਨੂੰ, ਛੋਟੀ ਉਮਰ ਦੇ ਬੱਚਿਆਂ ਲਈ ਸਪੈਸ਼ਲ ਜੇਲ੍ਹਾਂ ਬਣਾਉਣੀਆਂ ਪੈ ਗਈਆਂ ਉਸ ਤੋਂ ਬਾਅਦ, ਜਦੋਂ ਤੋਂ ਅਸੀਂ ਇਹ ਚੀਜ਼ਾਂ ਦੀ ਖਾਨਾ ਪੂਰਤੀ ਕਰਨ ਲੱਗੇ, ਬਿਨਾਂ ਗੱਲ ਤੋਂ ਵਿਖਾਵਾ ਕਰਨ ਲੱਗੇ। ਗੁੜ ਸ਼ੱਕਰ ਦੀ ਗੱਲ ਕੀਤੀ ਅਸੀਂ ਨੇ, ਰਸੋਈ 'ਚ ਪਈ ਹਰ ਚੀਜ਼ ਜਿਹੜੀ ਤੁਸੀਂ ਖੇਤਾਂ 'ਚ ਪੈਦਾ ਕਰਨ ਦੀ ਕੋਸ਼ 'ਚ ਲੱਗੇ ਹੋਏ ਹਾਂ, ਗੱਲ ਕਰਦੇ ਹਾਂ ਉਹ ਝਲਾਨੀ ਦੀ, ਜਿਹੜਾ ਬੋਰਡ ਪਿੱਛੇ ਲਾਇਆ ਹੋਇਆ ਕਾੜਨੇ ਵਾਲਾ ਦੁੱਧ, ਨਾ ਹੀ ਉਹ ਰਿੜਕਣੇ ਰਹੇ, ਨਾ ਹੀ ਉਹ ਮਧਾਣੀਆਂ ਰਹੀਆਂ, ਜਿਵੇਂ ਤੁਸੀਂ ਦਿਨੇ ਜਿਵੇਂ ਕਹਿ ਰਹੇ ਸੀ, ਮੈਂ ਤਾਂ ਕਹਿੰਦਾ ਕਹਿੰਦੇ ਉਹ ਦੇਖਿਆ ਕੁੜੀਆਂ ਨੂੰ ਸਾਗ ਬਣਾ ਲੈਂਦੀਆਂ ਨੇ। ਬਿਲਕੁਲ, ਇਹਦਾ ਇਸ ਕੰਸੈਪਟ 'ਤੇ ਕੀ ਕਰ ਰਹੇ ਹੋ, ਸਰਦੀਆਂ ਜਿਹੜਾ ਸਾਗ ਵਾਲਾ ਕੰਸੈਪਟ ਹੈ ਉਹ ਕੀ ਹੈ? ਸਾਗ ਤਾਂ ਸਾਡਾ ਹੁਣ ਵੀ ਬਣਿਆ ਪਿਆ, ਕੱਲ ਹੀ ਬਣਾਇਆ, ਜਿਹੜਾ ਤੁਹਾਨੂੰ ਗੱਲ ਦੱਸੀ ਸੀ। ਮੈਂ ਉਹ ਕੁੜੀ ਨੂੰ ਕਿਹਾ, ਮੈਂ ਕਿਹਾ ਵੀ ਬੀਬਾ ਜਦੋਂ ਘੋਟੇਂਗੀ ਸਾਗ ਆਲਣ ਲਾਏਗੀ ਤਾਂ ਖਿਆਲ ਰੱਖੀ। ਕਹਿੰਦੀ ਜੀ ਮੈਨੂੰ ਸਾਰਾ ਕੁਛ ਆਉਂਦਾ। ਮੜਾ ਆਲਣ, ਇਹ ਸ਼ਬਦ ਵੀ ਦੱਸਣੇ ਹੁੰਦੇ ਨੇ, ਮੈਂ ਦੱਸ ਆਲਣ ਦੱਸ ਦੋ। ਆਲਣ ਜਦੋਂ ਉਹਨੂੰ, ਇਹਦੇ ਵਿੱਚ ਅਸਲ ਦੇ ਵਿੱਚ ਜਦੋਂ ਸਾਗ ਬਣਦਾ, ਬਿਨਾਂ ਪਾਣੀ ਤੋਂ ਤਾਂ ਬਣਦਾ ਨਹੀਂ, ਪਾਣੀ ਤਾਂ ਇਹਨੂੰ ਪਾਉਣਾ ਹੀ ਪੈਂਦਾ ਨਿਕਲਦਾ ਚੋਂ, ਤੇ ਫਿਰ ਕਿਤੇ ਨਾ ਕਿਤੇ ਤੇਜ਼ਾਬੀ ਮਾਦਾ ਵੀ ਨਿਕਲਦਾ ਜਿਹੜਾ ਬਾਹਰ ਕੱਢਣਾ ਪੈਂਦਾ। ਉਸ ਤੋਂ ਬਾਅਦ ਉਹਨੂੰ ਖੁਸ਼ਕ ਕਰਨ ਵਾਸਤੇ ਮੱਕੀ ਦਾ ਆਟਾ, ਬਹੁਤੇ ਲੋਕ ਨਹੀਂ ਮਿਲਦਾ ਤਾਂ ਬਾਜਰੇ ਦਾ ਆਟਾ ਹੀ ਵਰਤ ਲੈਂਦੇ ਨੇ ਉਹਨੂੰ ਖੁਸ਼ਕ ਕਰਨ ਵਾਸਤੇ, ਤਾਂ ਕਿ ਜਦੋਂ ਚੱਬਦੇ ਹੋ ਤੁਸੀਂ ਉਦੋਂ ਪਾਣੀ ਦੀ ਮਾਤਰਾ ਤੁਹਾਨੂੰ ਮਹਿਸੂਸ ਨਾ ਹੋਵੇ, ਉਹਨੂੰ ਖੁਸ਼ਕ ਕਰਨ ਵਾਸਤੇ ਵਰਤਿਆ ਜਾਂਦਾ। ਤੇ ਉਹਨੂੰ ਮਧੀਏ ਨਾਲ ਘੋਟਣਾ ਵੀ ਪੈਂਦਾ, ਤੇ ਘੋਟਣਾ ਫਿਰ ਆਮ ਜਣੇ ਖਣੇ ਦਾ ਕੰਮ ਨਹੀਂ। ਜਿਵੇਂ ਮੈਂ ਉਹ ਕੁੜੀ ਨੂੰ ਕਿਹਾ, ਮੈਂ ਕਿਹਾ ਬੀਬਾ ਗੜਬੜ ਨਾ ਕਰਦੀ ਕਿਤੇ ਤੌੜੀ ਜਿਹੜੀ ਮਿੱਟੀ ਦੀ ਹੈ, ਕਹਿੰਦੀ ਨਹੀਂ ਜੀ ਮੈਨੂੰ ਆਉਂਦਾ। ਉਸ ਤੋਂ ਬਾਅਦ ਉਹਨੇ ਮੈਨੂੰ ਕਹਿੰਦੇ ਵੀ ਲੂਣ ਮਿਰਚ ਚੈੱਕ ਕਰ ਜਾਓ। ਮੈਂ ਜਦੋਂ ਲੂਣ ਮਿਰਚ ਚੈੱਕ ਕਰਨ ਗਿਆ ਤੇ ਮੈਥੋਂ ਕਿਹਾ ਗਿਆ ਵੀ ਬਹੁਤ ਵਧੀਆ ਬਣ ਗਿਆ, ਉਹਨੇ ਥੋੜ੍ਹਾ ਜਿਹਾ ਦਾਬ ਦੇਤੀ ਤੇ ਵਧੀਆ ਜਿਹੜਾ ਸੀ ਤੌੜੀ ਦੇ ਪਾਰ ਹੋ ਗਿਆ। ਬਸ ਚੰਗਾ ਇਹ ਰਿਹਾ ਵੀ ਉਹਨੇ ਜਿਹੜਾ ਸੀ ਵਧੀਆ ਸੀ ਉਹਦਾ ਐਂਗਲ ਸੀ, ਉਹ ਉੱਪਰਲੇ ਪਾਰਟ ਦੇ ਵਿੱਚ ਸੀ, ਸਾਗ ਥੋੜ੍ਹੇ ਡੁੱਲਿਆ, ਬਾਕੀ ਜਿਹੜਾ ਠੀਕਰਾ ਬਣਿਆ ਤੌੜੀ ਦਾ, ਉਹਨੂੰ ਠੀਕਰਾ ਕਹਿੰਦੇ ਨੇ, ਕੁੱਜਾ ਜਿਹਾ ਬਣ ਗਿਆ, ਉਹਦੇ ਵਿੱਚ ਸਾਗ ਬਚਤ ਰਹਿ ਗਈ। ਫਿਰ ਮੈਂ ਉਹਨੂੰ ਕਿਹਾ, ਉਹਨੇ ਮਾੜਾ ਮਹਿਸੂਸ ਕੀਤਾ, ਮੈਂ ਕਿਹਾ ਬੀਬਾ ਚੁੱਲ੍ਹੇ ਦੀ ਸਵਾਹ ਦੀ ਇੱਕ ਢੇਰੀ ਲਾ ਲਾ, ਢੋਰੀ ਦੇ ਉੱਪਰ ਤੌੜੀ ਰੱਖ ਲਾ, ਜੇ ਸਵਾਹ ਨਹੀਂ ਮਿਲਦੀ ਤੈਨੂੰ ਤਾਂ ਬਰੇਤੀ ਰੱਖ ਲਾ, ਉਹਦੇ ਉੱਤੇ ਤੂੰ ਤੌੜੀ ਰੱਖ ਕੇ ਫਿਰ ਉਹਦਾ ਜਿਹੜਾ ਕੋਣ ਹੈ ਉਹ ਸਹੀ ਹੋ ਜਾਊਗਾ, ਦਾਬ ਹੈ ਜਿਹੜੀ ਉਹ ਮਿੱਟੀ 'ਤੇ ਨਹੀਂ ਪਊਗੀ, ਥੱਲੇ ਬਰੇਤੀ 'ਤੇ ਪਊਗੀ ਜਾ ਕੇ, ਤੇਰੀ ਤੌੜੀ ਬਚ ਰਹੂਗੀ। ਫਿਰ ਉਦੋਂ ਬਾਅਦ ਉਹਨੇ ਘੋਟਿਆ, ਫਿਰ ਉਹਨੂੰ ਸ਼ਰਮਿੰਦਗੀ ਵੀ ਲੱਗੀ ਵੀ ਮੈਂ ਗਲਤੀ ਕਰ ਲਈ। ਇਹ ਐਂ ਹੁੰਦਾ ਜੀ ਕਦੇ ਕਦੇ, ਕਦੇ ਕਦੇ ਕਾਹਲ ਜਾਂ ਵਿਖਾਵਾ ਜਾਂ ਤਜਰਬੇ ਤੋਂ ਬਿਨਾਂ ਜਿਹੜੇ ਕੀਤੇ ਗਏ ਕੰਮ ਨੇ ਤਾਂ ਫਿਰ ਉਹ ਤੌੜੀਆਂ 'ਚ ਮੋਰੀ ਕਰ ਹੀ ਦਿੰਦੇ ਨੇ। ਬਾਕੀ ਰਹੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਝਲਾਨੀ ਦੇ ਵਿੱਚ ਜਿਹੜੇ ਸਮਾਨ ਲਿਆਉਣ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਕਿਹੜੇ ਕਿਹੜੇ? ਸਭ ਤੋਂ ਵੱਡੀ ਸਮੱਸਿਆ ਉੱਥੇ ਫਿਰ ਮੈਨੂੰ ਅਨਟ੍ਰੇਨਡ ਲੋਕ ਮਿਲਦੇ ਨੇ। ਟ੍ਰੇਨਡ ਜਿਹੜੇ ਰਸੋਈ ਦੇ ਮਾਹਰ ਨੇ, ਭੋਜਨ ਵਿਰਾਸਤੀ ਭੋਜਨ ਦੇਸੀ ਭੋਜਨ ਬਣਾਉਣ ਦੇ ਜਿਹੜੇ, ਖਾਸ ਕਰਕੇ ਔਰਤਾਂ, ਉਹ ਨਹੀਂ ਮਿਲਦੀਆਂ। ਜੇ ਮਿਲਦੀਆਂ ਨੇ ਤਾਂ ਉਹਨਾਂ ਨੂੰ ਉਹ ਕੰਮ ਨਹੀਂ ਆਉਂਦਾ, ਜੇ ਆਉਂਦਾ ਹੈ ਤਾਂ ਕਿਤੇ ਨਾ ਕਿਤੇ ਅਣਗਹਿਲੀ ਹੋ ਜਾਂਦੀ ਹੈ। ਉਹ 'ਤੇ ਕੰਮ ਚੱਲ ਰਿਹਾ ਸਾਡਾ ਅਤੇ ਕੋਸ਼ਿਸ਼ਾਂ ਪੂਰੀਆਂ ਜਾਰੀ ਨੇ ਜੀ, ਸਾਗ ਤੱਕ ਪਹੁੰਚ ਗਏ ਹਾਂ, ਤੌੜੀ ਵਾਲੇ ਦੁੱਧ ਦੀ ਤਿਆਰੀ ਹੈ।
ਅਤੇ ਅੱਗੇ ਖੋਆ ਅੱਜ ਅਸੀਂ ਕੱਢ ਲਿਆ ਸੀ ਅਤੇ ਮਰੂੰਡੇ ਮਰਾਂਡੇ ਅੱਗੇ ਬਣਾਉਂਦੇ ਰਹਾਂਗੇ, ਬਸ ਦੱਸਦੇ ਰਹਾਂਗੇ ਸਾਰਾ ਉਸ ਤਰ੍ਹਾਂ ਵੀ ਜਿਸ ਤਰ੍ਹਾਂ ਮਲਵਈਆਂ ਦੀ ਝਲਾਨੀ ਜਿਹੜਾ ਬਣ ਰਿਹਾ, ਇਸ ਤੋਂ ਪਹਿਲਾਂ ਜਿਹੜਾ ਕੁਛ ਮਾਲਵੇ 'ਚ ਬਣਦਾ ਸੀ ਉਹ ਸਾਰਾ ਕੁਛ ਜੀਵਤ ਕਰਨ ਦਾ ਮੂਡ ਹੈ। ਸਹਿਯੋਗ ਦੀ ਘਾਟ ਹੈ ਅੱਜ ਤੱਕ, ਕੋਈ ਵੀ ਪੰਜਾਬ ਦੇ ਵਿੱਚੋਂ ਕਿਸੇ ਕਲੱਬ ਵਾਲੇ ਨੇ ਜਾਂ ਕਿਸੇ ਨੇ ਵਿਰਾਸਤੀ ਭੋਜਨ ਨਾਲ ਜਿਹੜੇ ਜੁੜੇ ਨੇ, ਮੈਨੂੰ ਕਦੇ ਤਸੱਲੀ ਦੇਣ ਵਾਸਤੇ ਜਾਂ ਮੇਰਾ ਸਮਾਨ ਦੇਖਣ ਵਾਸਤੇ, ਖਾਣ ਜ਼ਰੂਰ ਆ ਜਾਂਦੇ ਨੇ ਮੇਰੇ ਕੋਲ, ਵੈਸੇ ਨਹੀਂ ਆਏ ਵੀ ਬਾਈ ਦੱਸ ਕਿਹੜੀ ਚੀਜ਼ ਦੀ ਮਦਦ ਕਰੀਏ, ਪਿੰਨੀਆਂ ਵਟਾਈਏ ਤੇਰੇ ਨਾਲ, ਮਰੂੰਡਿਆਂ ਬਣਾਈਏ ਤਿਲਾਂ ਦੀਆਂ ਜਾਂ ਮੇਥਿਆਂ ਦੀਆਂ ਪਿੰਨੀਆਂ ਬਣਾਈਏ ਜਾਂ ਖੋਏ ਦਾ ਕੋਈ ਬਰਫੀ ਕੱਟ ਦਈਏ ਜਾਂ ਪਿੰਨੀਆਂ ਬਣਾ ਦਈਏ, ਨਹੀਂ ਆਏ। ਇਹ ਘਾਟ ਮੈਨੂੰ ਮਹਿਸੂਸ ਹੁੰਦੀ ਹੈ, ਚੁਭਦੀ ਵੀ ਹੈ। ਅਸੀਂ ਤਾਂ ਲਾਂਬਾ ਲਾ ਲਾਂਗੇ, ਸਰੀ ਲਾ ਲਾਂਗੇ ਤਾਂ ਵੀ ਸਿਰਲੇਖ ਤਾਂ ਸ਼ੁਰੂ ਤੋਂ ਜਦੋਂ ਅਸੀਂ ਕੁਝ ਬੰਦੇ ਚੁਣੇ ਹੋਏ ਨੇ ਪੰਜਾਬ ਦੇ, ਸਾਨੂੰ ਲੱਗਦਾ ਹੁੰਦਾ ਵੀ ਯਾਰ ਕਮਲਜੀਤ ਦੂਰ ਬੈਠਾ, ਨਹੀਂ ਤਾਂ ਕਮਲਜੀਤ ਨੂੰ ਕਈ ਰੱਖਿਆ ਕਰੀਏ, ਬੁਲਾਵਾਂਗੇ ਉਹਨਾਂ ਨੂੰ। ਬਹੁਤ ਬੰਦੇ ਨੇ, ਸਾਨੂੰ ਲੱਗਦਾ ਹੁੰਦਾ ਵੀ ਨਹੀਂ ਯਾਰ ਇਹ ਗੱਲਾਂ ਨਾ ਹੋ, ਮੈਂ ਇਹ ਸੋਚ ਕੇ ਤਾਂ ਆਉਂਦੀ ਨਹੀਂ ਹੁੰਦਾ ਵੀ ਮੈਂ ਹਰਦੀਪ ਜਟਾਣ ਨੂੰ ਕਿਸੇ ਨੂੰ ਸੁਣਾਉਣ ਵਾਸਤੇ ਚੱਲਾ ਜਾਂ, ਇਹੀ ਸੋਚ ਕੇ ਆਉਂਦਾ ਵੀ ਚੱਲ ਯਾਰ ਘਰੇ ਦੱਸਣ ਜੋਗੇ ਕੁਛ ਤਾਂ ਹੋ ਜਾਵਾਂਗੇ। ਕਾੜਨੀ ਵਾਲਾ ਦੁੱਧ ਜਿਵੇਂ ਇੱਕ ਬੰਦਾ ਬਣਨ ਦਾ ਇੱਕ ਪ੍ਰੋਸੈਸ ਹੈ, ਜਿਵੇਂ ਤੁਸੀਂ ਕਿਹਾ ਵੀ ਕੰਨ ਮਰੋੜਨਾ, ਉਹ ਕੰਨ ਮਰੋੜਨਾ ਨਹੀਂ ਸੀ ਅਸਲ ਦੇ ਵਿੱਚ, ਉਹ ਬੰਦਾ ਬਣਾਉਣਾ ਸੀ, ਉਹਦਾ ਇੱਕ ਪ੍ਰੋਸੈਸ ਸੀਗਾ ਜਿਹਦੇ ਬੰਦਾ ਗੁਜ਼ਰਦਾ ਗਾ। ਘਿਓ ਬਣਾਉਣਾ, ਲੱਸੀ ਬਣਾਉਣਾ, ਦਹੀਂ ਬਣਾਉਣਾ ਇੱਕ ਪ੍ਰੋਸੈਸ ਹੈ ਜਿਹੜਾ ਇਹ ਪਿਆ। ਇਹ ਚੀਜ਼ ਅਸੀਂ ਮਨਫੀ ਕਰ ਬੈਠੇ, ਖਤਮ ਕਰ ਬੈਠੇ, ਉਹ ਵੀ ਸਹੀ ਹੈ ਪ੍ਰੋਸੈਸ ਜਾਂ ਉਹ ਵੀ ਅਸੀਂ ਗਲਤ ਕਰ ਰਹੇ ਹਾਂ? ਜਿਹੜਾ ਮਸ਼ੀਨਾਂ ਰਾਹੀਂ ਹੋ ਗਿਆ, ਜਿਵੇਂ ਹੁਣ ਸਾਡੇ ਘਰਾਂ 'ਚ ਹੁੰਦਾ ਹੈ ਸਿਲੰਡਰ ਵਾਲੇ ਚੁੱਲ੍ਹੇ 'ਤੇ ਰੱਖ ਲਿਆ, ਤਾਂ ਸਾਨੂੰ ਆਹੀ ਕਰਨਾ ਚਾਹੀਦਾ। ਦੇਖੋ ਜੀ, ਹੁਣ ਤਾਂ ਅਸਲ ਦੇ ਵਿੱਚ ਤਾਂ ਹੈ ਭੁੱਖ ਮਿਟਾਉਣ ਦਾ ਮਸਲਾ, ਪਹਿਲਾਂ ਇਧਰ ਚੱਲਿਆ ਹੋਇਆ ਸਾਰਾ ਸਿਸਟਮ, ਇਹ ਉੱਥੇ ਕਾਲ ਹੋ ਜਾਂਦੀ ਹੈ ਤਾਂ ਫਿਰ ਥੁੱਕ ਨਾਲ ਹੀ ਬੜੇ ਪੱਕਦੇ ਨੇ ਬੜੇ। ਭੋਜਨ ਸਮੱਸਿਆ ਹੀ ਉਦੋਂ ਆਈ ਹੈ, ਉਦੋਂ ਹੀ ਕਾਲ ਹੋਈ ਹੈ ਜਦੋਂ 20 ਦਿਨਾਂ ਵਾਲੀ ਚੀਜ਼ ਨੂੰ 10 ਦਿਨਾਂ ਵਿੱਚ ਹੋਣ ਲੱਗ ਗਿਆ, ਜਦੋਂ ਕਾੜਨੀ ਵਾਲਾ ਜਿਹੜਾ ਦੁੱਧ ਹੈ, ਜਦੋਂ ਮੱਖਣ ਦੀ ਜਾਂ ਘਿਓ ਬਣਨ ਦੀ ਜਿਹੜੀ ਪ੍ਰਕਿਰਿਆ, ਇਹ 24 ਤੋਂ ਉੱਪਰ ਘੰਟੇ ਲੱਗਦੇ ਨੇ। ਪਹਿਲਾਂ ਤਾਂ ਦੇਖੋ ਦੁੱਧ ਨੂੰ ਗਰਮ ਕਰਿਆ, ਤੌੜੀ ਦੇ ਵਿੱਚ ਪਾਉਣਾ, ਉਹਦੇ ਵਿੱਚ ਪਾਣੀ ਦੀ ਮਾਤਰਾ ਵੀ ਰਲਾਉਣੀ ਆ, ਕਾੜਨੀ ਦੇ ਵਿੱਚ ਅੱਗ ਵੀ ਇਸ ਤਰ੍ਹਾਂ ਦੇ ਪਾਉਣੇ ਨੇ ਤੁਸੀਂ ਪਾਥੀਆਂ, ਜਿਹੜਾ ਉਹਨਾਂ ਜਿੰਨਾ ਦੁੱਧ ਪਾਇਆ ਉਹੀ ਕੜੇ, ਨਾ ਤਾਂ ਬਾਹਰ ਨਿਕਲੇ ਅਤੇ ਨਾ ਹੀ ਮੱਚੇ, ਨਾ ਹੀ ਉਹਨੂੰ ਚੱਕ ਕੇ ਦੁਬਾਰੇ ਤੁਸੀਂ ਉਹਦੇ ਥੱਲੇ ਝੋਕਾ ਲਾ ਸਕਦੇ ਹੋ। ਇਹ ਵੀ ਵੱਡੀ ਕਲਾਕਾਰੀ ਹੈ, ਤੁਸੀਂ ਕਿੰਨਾ ਸਮਾਨ ਉਹਦੇ ਥੱਲੇ ਪਾਉਣਾ। ਇਹ ਤੁਸੀਂ ਜੇ ਤਾਂ ਉਹ 'ਤੇ ਖੜ ਕੇ ਕਾਂ ਅੱਖ ਰੱਖਦੇ ਹੋ, ਤੁਹਾਡਾ ਕੰਨ ਅਤੇ ਨਿਗਾਹ ਅਤੇ ਦਿਮਾਗ ਉੱਧਰ ਹੈ, ਫਿਰ ਤਾਂ ਤੁਸੀਂ ਖਲੋਂਗੇ, ਅਤੇ ਨਹੀਂ ਤੁਹਾਨੂੰ ਕਦੇ ਤੁਹਾਡਾ ਦੁੱਧ ਉੱਬਲ ਜੂਗਾ, ਹਾਰੇ 'ਚ ਪੈ ਗਿਆ, ਜਦੋਂ ਦੁੱਧ ਉੱਬਲ ਕੇ ਹਾਰੇ 'ਚ ਪੈਣਾ ਤਾਂ ਹਾਰਾ ਠੰਡਾ ਹੋ ਜਾਣਾ, ਉਸ ਤੋਂ ਬਾਅਦ ਉਹਨੇ ਕੱਢਣਾ ਨਹੀਂ। ਜੇ ਤੁਸੀਂ ਵੱਧ ਪਾਤਾ ਤਾਂ ਹੋ ਸਕਦਾ ਤੁਹਾਡਾ ਦੁੱਧ ਥੱਲੇ ਲੱਗ ਜੇ, ਜਿਹਦੇ ਵੀ ਦੀ ਅੱਗ ਨਿਕਲੀ ਕਹਿੰਦੇ ਨੇ, ਤਾਂ ਫਿਰ ਜਦੋਂ ਵੀ ਦੁੱਧ ਪੀਓਗੇ ਨੱਕ ਫੜ ਕੇ ਤਾਂ ਚਾਹੇ ਪੀ ਲਿਓ, ਊਂ ਦੁੱਧ ਨਹੀਂ ਪੀ ਸਕਦੇ, ਤੁਹਾਨੂੰ ਔਖਾ ਲੱਗੂਗਾ, ਤੁਹਾਡੇ ਉਹ ਘਿਓ ਦੇ ਵਿੱਚ ਵੀ ਵਾਸ਼ਨਾ ਰਹਿਣੀ ਹੈ। ਜਦੋਂ ਕਾੜਨੀ ਵਾਲਾ ਦੁੱਧ ਬਣ ਜਾਂਦਾ ਹੈ, ਪੂਰਾ ਕੱਢ ਜਾਂਦਾ ਹੈ, ਤਾਂ ਉਹਦੇ ਉੱਪਰ ਇੱਕ ਮਲਾਈ ਦੀ ਪਰਤ ਆਉਣੀ ਹੈ, ਲਾਲ ਰੰਗ ਹੋ ਜਾਣਾ, ਉਹਨੂੰ ਮਲਾਈ ਨੂੰ ਕਿਵੇਂ ਲਾਉਣਾ ਹੈ, ਕਿਵੇਂ ਰਿੜਕਣੇ 'ਚ ਪਾਉਣਾ ਜੰਮਣ ਵਾਸਤੇ, ਜੰਮਣ ਤੋਂ ਬਾਅਦ ਉਹਨੂੰ ਕਿੰਨਾ ਟੈਂਪਰੇਚਰ ਦੇਣਾ, ਕਿੰਨੀ ਨਿੱਘ ਦੇਣੀ ਹੈ, ਸਿਆਲ ਹੈ, ਠੰਡ ਹੈ, ਗਰਮੀ ਹੈ, ਹਵਾ ਦੇਣੀ ਹੈ,
ਤੇ ਉਹ ਦੁੱਧ ਨੂੰ ਢਕੇ ਹੋਏ ਨੂੰ ਬਿੱਲੀ ਤੋਂ ਵੀ ਚਾ ਕੇ ਰੱਖਣਾ ਤੇ ਜਿਹੜੇ ਤੌੜੀ ਵਾਲੇ ਦੁੱਧ ਦੇ ਸ਼ੌਕੀਨ ਨੇ ਉਹਨਾਂ ਤੋਂ ਵੀ ਬਚਾ ਕੇ ਰੱਖਣਾ ਉਹਨੂੰ ਵੀ ਢੱਕਣਾ ਉਸ ਤੋਂ ਬਾਅਦ ਸਵੇਰੇ ਜਿਹੜਾ ਉਹ ਦਹੀਂ ਜੰਮਦਾ ਉਹਨੂੰ ਜਦੋਂ ਰਿੜਕਣਾ ਤਾਂ ਫਿਰ ਪਹਿਲੀ ਜਿਹੜੀ ਉਹਦੇ ਵਿੱਚ ਮਧਾਣੀ ਪੈਂਦੀ ਹੈ ਤਾਂ ਉਹਨੂੰ ਅਧ ਰਿੜਕਿਆ ਕਹਿੰਦੇ ਨੇ ਅਧ ਰਿੜਕਿਆ ਵੀ ਕੁਛ ਵਿਸ਼ੇਸ਼ ਕਾਰਜ ਵਾਲੇ ਘਰ ਦੇ ਜਿਹੜੇ ਮਿਹਨਤੀ ਬੰਦੇ ਹੁੰਦੇ ਨੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਜਿਹੜੇ ਸੀ ਹੁਣ ਨਹੀਂ ਪਹਿਲਾਂ ਹੁਣ ਤਾਂ ਘੱਟ ਗਏ ਜਿਨ੍ਹਾਂ ਨੇ ਕਹੀ ਕਹਾੜੀ ਕਸੌਲੀ ਕਸੀ ਦਾਤੀਆਂ ਦਾ ਕੰਮ ਕਰਨਾ ਹੁੰਦਾ ਸੀ ਉਹਨਾਂ ਵਾਸਤੇ ਅਧ ਰਿੜਕਿਆ ਵਿਸ਼ੇਸ਼ ਤੌਰ 'ਤੇ ਜਾਂਦਾ ਸੀ ਉਸ ਤੋਂ ਬਾਅਦ ਜਦੋਂ ਦੁੱਧ ਨੂੰ ਰਿੜਕਿਆ ਜਾਂਦਾ ਤਾਂ ਫਿਰ ਮੱਖਣ ਆਉਂਦਾ ਮੱਖਣ ਦੇ ਵਿੱਚ ਤਿੰਨ ਚੀਜ਼ਾਂ ਆਉਂਦੀਆਂ ਨੇ ਮੱਖਣ ਵੀ ਹੈ ਜਿਹਦੇ ਵਿੱਚ ਘਿਓ ਛੁਪਿਆ ਹੋਇਆ ਹੈ ਮੱਖਣ ਦੇ ਵਿੱਚ ਹੀ ਲੱਸੀ ਵੀ ਹੈ ਅਤੇ ਮੱਖਣ ਦੇ ਵਿੱਚ ਛਿੱਦੀਆਂ ਵੀ ਨੇ ਉਹਨੂੰ ਫਿਰ ਵੱਖਰਾ ਕਰਨਾ ਫਿਰ ਉਹਨੂੰ ਜਦੋਂ ਗਰਮ ਕਰਦੇ ਹਾਂ ਮੱਖਣ ਵਰਤਿਆ ਦਹੀਂ ਵਰਤੀ ਅਧ ਰਿੜਕਿਆ ਵਰਤਿਆ ਤੌੜੀ ਵਾਲਾ ਦੁੱਧ ਵਰਤਿਆ ਇਕੱਲਾ ਦੁੱਧ ਵਰਤਿਆ ਉਦੋਂ ਬਾਅਦ ਜਿਹੜਾ ਜਦੋਂ ਅਸੀਂ ਮੱਖਣ ਨੂੰ ਗਰਮ ਕਰਦੇ ਹਾਂ ਉਹਦੇ ਵਿੱਚ ਗਰਮ ਕਰਨ ਦੇ ਵਿੱਚ ਘਿਓ ਆਇਆ ਨਤਾਰਿਆ ਘਿਓ ਦੇ ਅਗਲੇ ਪਰਤ ਦੇ ਵਿੱਚ ਛਿੱਦੀਆਂ ਆਈਆਂ ਮੋਟੀਆਂ ਮੋਟੀਆਂ ਜਿਵੇਂ ਕਿ ਤੁਹਾਨੂੰ ਜਿਵੇਂ ਕੋਈ ਫੋਮ ਦੇ ਡੋਟ ਜੇ ਹੁੰਦੇ ਨੇ ਇਸ ਤਰ੍ਹਾਂ ਦਾ ਉਹ ਆਉਂਦੀਆਂ ਨੇ ਉਹਨਾਂ ਨੂੰ ਵੀ ਨਤਾਰਨਾ ਜਾਂ ਪਿੱਛੇ ਛੱਡ ਦੇਣਾ ਕਲਾਕਾਰੀ ਹੈ ਫਿਰ ਉਹਦੇ ਵਿੱਚੋਂ ਜਿਹੜੀ ਇੱਕ ਚੀਜ਼ ਵੱਜ ਜਾਂਦੀ ਉਹਨੂੰ ਝੇੜੂ ਕਹਿੰਦੇ ਨੇ ਮੇਰਾ ਜਿਹੜਾ ਚਿਹਰਾ ਇਹ ਝੇੜੂ ਦੀ ਦੇਣ ਹੈ ਮੈਂ ਤਾਂ ਕਦੇ ਕਰੀਮ ਨਹੀਂ ਲਾਈ ਕੋਈ ਸਾਬਣ ਨਹੀਂ ਲਾਈ ਚਿਹਰੇ 'ਤੇ ਮੇਰੇ ਕਦੇ ਫੁਣਸੀ ਨਹੀਂ ਹੋਈ ਕਿਉਂਕਿ ਮੈਂ ਮੇਰੀ ਦਾਦੀ ਜਦੋਂ ਘਿਓ ਕੱਢਦੀ ਸੀ ਮੈਂ ਉਹਦੀ ਬੁੱਕਲ ਦੇ ਵਿੱਚ ਹੁੰਦਾ ਸੀ ਮੇਰੀ ਲਿਹਾਜ਼ ਬਹੁਤ ਸੀ ਬਹੁਤ ਮੋਹ ਸੀ ਦਾਦੀ ਨਾਲ ਅਤੇ ਉਹਨੇ ਮੇਰਾ ਜਿਹੜਾ ਮੂੰਹ ਧੋਣਾ ਹੁੰਦਾ ਸੀ ਉਹ ਥੰਦੇ ਪਾਣੀ ਨਾਲ ਝੇੜੂ ਵਾਲੇ ਪਾਣੀ ਨਾਲ ਮੇਰਾ ਮੂੰਹ ਧੋਂਦੀ ਸੀ ਉਹ ਉਦੋਂ ਦਾ ਘਿਓ ਰਸਿਆ ਹੁਣ 52-53 ਸਾਲ ਤੱਕ ਉਹ ਕਰੀਮਾਂ ਹੀ ਚੱਲੀ ਜਾਂਦੀਆਂ ਨੇ ਚਿਹਰੇ 'ਤੇ ਉਹ ਝੇੜੂ ਸੀ ਜਿਹੜਾ ਥੰਦਾ ਉਹਦੇ ਵਿੱਚੋਂ ਵੀ ਜਿਹੜਾ ਤਿਰਮਰਾ ਕਹਿੰਦੇ ਸੀ ਉਹਦੇ ਉੱਪਰ ਜਿਹੜਾ ਘਿਓ ਦਾ ਬਾੜੇ ਮਾੜੇ ਬਰੀਕ ਬਰੀਕ ਡੋਟ ਆਉਂਦੇ ਸੀ ਤੁਪਕੇ ਆਉਂਦੇ ਸੀ ਉਹਨੂੰ ਤਿਰਮਰਾ ਕਹਿੰਦੇ ਸੀ ਉਹ ਤਿਰਮਰਾ ਪਾਣੀ ਦੇ ਵਿੱਚੋਂ ਝੇੜੂ ਦੇ ਵਿੱਚੋਂ ਲੱਸੀ ਦੇ ਵਿੱਚੋਂ ਨਤਾਰ ਲੈਣਾ ਆਮ ਬੰਦੇ ਦੇ ਬਸ ਦਾ ਰੋਗ ਹੈ ਅਤੇ ਫਿਰ ਜਿਹੜੀਆਂ ਛਿੱਦੀਆਂ ਸੀ ਉਹਨਾਂ ਨੂੰ ਗਟਾਰਾਂ ਖਾਣ ਆਉਂਦੀਆਂ ਸੀ ਜਾਂ ਕਾਂ ਖਾਣ ਆਉਂਦੇ ਸੀ ਅਤੇ ਫਿਰ ਜਿਹੜਾ ਉਹ ਲੱਸੀ ਦੇ ਵਿੱਚ ਇੱਕ ਦੋ ਤੁਪਕੇ ਘਿਓ ਦੇ ਜਾਂ ਛਿੱਦੀਆਂ ਵੱਜ ਜਾਂਦੀਆਂ ਸੀ ਤਾਂ ਉਹ ਵਿਸ਼ੇਸ਼ ਤੌਰ 'ਤੇ ਆਪਦੇ ਜਾਨਵਰਾਂ ਨੂੰ ਆਪਦੇ ਪਾਲਤੂ ਕੁੱਤਿਆਂ ਨੂੰ ਪਿਲਾਇਆ ਜਾਂਦਾ ਸੀ ਫਿਰ ਹੀ ਉਹਨਾਂ ਦਾ ਮੋਹ ਪੈਂਦਾ ਸੀ ਫਿਰ ਹੀ ਸਾਰੀ ਸਾਰੀ ਰਾਤ ਉਹ ਡਿਊਟੀ ਦਿੰਦੇ ਸੀ ਐਡਾ ਵੱਡਾ ਪ੍ਰੋਸੈਸ ਸੀ ਫਿਰ ਘਿਓ ਦੇ ਵਿੱਚ ਕੁਝ ਨਾ ਕੁਝ ਫੀਸਦੀ ਲੱਸੀ ਚਲੀ ਜਾਂਦੀ ਹੈ ਜੇ ਤੁਸੀਂ ਉਹਨੂੰ ਗਰਮ ਕਰਕੇ ਉਬਾਲਾ ਦੇ ਕੇ ਨਹੀਂ ਰੱਖਦੇ ਤਾਂ ਤੁਹਾਡੇ ਘਿਓ ਦੇ ਵਿੱਚੋਂ ਖੱਟੇ ਦੀ ਮੁਸ਼ਕ ਆਉਣੀ ਆਉਣੀ ਹੈ ਇਹ ਵੀ ਵੱਡੀ ਕਲਾਕਾਰੀ ਹੈ ਦੇਸੀ ਘਿਓ ਕੱਢ ਲੈਣਾ ਮਸਲਾ ਨਹੀਂ ਹੈ ਦੇਸੀ ਘਿਓ ਨੂੰ ਸੰਭਾਲ ਲੈਣਾ ਵੱਡਾ ਮਸਲਾ ਹੈ ਉਹਨੂੰ ਫਿਰ ਉਬਾਲ ਕੇ ਫਿਰ ਉਹਨੂੰ ਕਿਸੇ ਕੱਪੜੇ ਨਾਲ ਕਿਸੇ ਚਾਹ ਪਾਉਣੀ ਨਾਲ ਛਾਨਣੀ ਨਾਲ ਉਹ ਮਲਾਈ ਨੂੰ ਉੱਪਰੋਂ ਮਲਾਈ ਨਹੀਂ ਝੱਗ ਜਿਹੜੀ ਲੱਸੀ ਦੀ ਘਿਓ ਦੇ ਵਾਲੇ ਦੇ ਰੂਪ ਦੇ ਵਿੱਚ ਆਉਂਦੀ ਹੈ ਉਹਨੂੰ ਪਾਸੇ ਕਰਨਾ ਉਸ ਤੋਂ ਬਾਅਦ ਜਿਹੜਾ ਘਿਓ ਆਉਂਦਾ ਉਹਨੂੰ ਚਾਹੇ 1 ਸਾਲ ਰੱਖੋ ਚਾਹੇ 2 ਸਾਲ ਰੱਖੋ ਦੁੱਧ ਕਿੱਥੋਂ ਲੈ ਕੇ ਆਉਣਾ ਫਿਰ ਜਿਹੜਾ ਅਸੀਂ ਦੁੱਧ ਲੈ ਕੇ ਆਉਂਦੇ ਹਾਂ ਇਹ ਜਿਹੜੇ ਸਾਡੇ ਸਾਬਕਾ ਵਿਦਿਆਰਥੀ ਨੇ ਜਿਨ੍ਹਾਂ ਨੇ ਬੜੇ ਵਧੀਆ ਪੱਧਰ 'ਤੇ ਡੇਅਰੀ ਫਾਰਮਿੰਗ ਕਰਦੇ ਨੇ ਮੱਝਾਂ ਰੱਖਦੇ ਨੇ ਖੁਦ ਹੀ ਆਪਦਾ ਧਾਰਾਂ ਕੱਢਦੇ ਨੇ ਅਤੇ ਖੁਦ ਹੀ ਜਿਹੜਾ ਦੁੱਧ ਹੈ ਉਹ ਕਸਟਮਰਾਂ ਤੱਕ ਗਾਹਕਾਂ ਤੱਕ ਪਹੁੰਚਦਾ ਕਰਦੇ ਉਹਨਾਂ ਤੋਂ ਲੈਂਦੇ ਹਾਂ ਜਿਨ੍ਹਾਂ 'ਤੇ ਸਾਨੂੰ ਪੂਰਨ ਵਿਸ਼ਵਾਸ ਹੈ ਜੇ ਤੁਸੀਂ ਅੱਜ ਉਹਨਾਂ ਨੂੰ ਕਹੋ ਵੀ ਮੈਨੂੰ 5 ਕਿਲੋ ਦੁੱਧ ਚਾਹੀਦਾ ਨਹੀਂ ਦਿੰਦੇ ਕਿਉਂਕਿ ਉਹਨਾਂ ਦੀ ਡਿਮਾਂਡ ਹੀ ਇੰਨੀ ਹੁੰਦੀ ਹੈ ਸਾਡਾ ਉਹ ਸਤਿਕਾਰ ਕਰਦੇ ਨੇ ਜਿੰਨਾ ਕੁ ਅਸੀਂ ਡਿਮਾਂਡ ਕਰਦੇ ਹਾਂ ਸਾਨੂੰ
ਦੇਰੀ ਤਾਂ ਹੋ ਜਾਂਦੀ ਇੱਕ ਅੱਧਾ ਦਿਨ, ਗੱਲ ਕਰਦੇ ਜ਼ਰੂਰ ਦਿੰਦੇ ਨੇ। ਫਿਰ ਦਾਤੀਆਂ ਕਿੱਥੇ ਲਿਆਉਣੀ ਜੀ? ਅੱਗ ਪੈਦਾ ਕਰਨੀ ਵੀ ਆ, ਅੱਗ ਐਂ ਰੱਖੀ ਹੁੰਦੀ ਹੈ, ਪਾਥੀਆਂ ਅਸੀਂ ਰੱਖੀਆਂ ਹੋਈਆਂ ਨੇ ਜੀ, ਹਾਂ ਗਹਾਰੇ ਬਣਵਾ ਕੇ, ਅਤੇ ਦੋ ਕੁੜੀਆਂ ਰੱਖੀਆਂ ਹੋਈਆਂ ਨੇ, ਔਰਤਾਂ ਰੱਖੀਆਂ ਨੇ ਜਿਨ੍ਹਾਂ ਦੀ ਉਮਰ 45 ਪਲੱਸ ਹੈ, ਉਹ ਤਿਆਰ ਕਰਦੀਆਂ ਨੇ, ਅਤੇ ਬਾਕੀ ਨਿਗਰਾਨੀ ਤਾਂ ਅਸੀਂ ਹਰ ਵਕਤ ਕਰਦੇ ਹਾਂ ਜੀ, ਉਹਨਾਂ ਦੀਆਂ ਅਸੀਂ ਸੇਵਾਵਾਂ ਹੀ ਲੈਂਦੇ ਹਾਂ, ਜਿਹੜਾ ਉਹਨਾਂ ਨੂੰ ਅਗਵਾਈ ਦਿੰਦੇ ਹਾਂ ਵੀ ਇਹਨੂੰ ਐਂ ਕਰਨਾ, ਉਹ ਤਾਂ ਸਾਡਾ ਪੁਰਾਣਾ ਤਜਰਬੇ ਵਾਲੀ ਕਿਤਾਬ ਲਿਆ ਕੇ ਖੋਲਦੇ ਹਾਂ, ਉਹ ਜੋ ਦਿੰਦੇ ਹਾਂ। ਮੈਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਉੱਤਮ ਖੇਤੀ, ਜਿਹੜੇ ਲੋਕ ਜਦੋਂ ਅਸੀਂ ਆਹ ਤੁਹਾਡੀ ਨਾ ਇਹੋ ਜਿਹੀ ਮੁਲਾਕਾਤਾਂ ਕਰਦੇ ਹਾਂ ਅਸੀਂ ਕਿਸੇ ਔਰਗੈਨਿਕ ਵਾਲੇ, ਮੰਨ ਲਓ ਹੁਣ ਕੰਬਲਜੀਤ ਦਾ ਪ੍ਰੋਜੈਕਟ ਜੇ ਕਿਸੇ ਨੇ ਦੇਖਿਆ ਨਹੀਂ, ਅਗਲਾ ਕਹਿੰਦਾ ਗੱਲਾਂ ਹੀ ਕਰਦੇ ਨੇ ਯਾਰ। ਬਿਲਕੁਲ, ਤੁਹਾਡੇ ਦੇ ਨੀਚੇ ਵੀ ਦੋ ਚਾਰ ਇਹੋ ਜਿਹੇ ਮੰਦ ਬੁੱਧੀ ਨੇ, ਉਹ ਅਸਲ ਦੇ ਵਿੱਚ ਸਮੱਸਿਆ ਉਹਨਾਂ ਲੋਕਾਂ ਨੇ ਹੁੰਦਾ ਜੀ, ਹੁੰਦਾ ਹੁੰਦੇ ਆ ਦੋ ਚਾਰ ਬੰਦੇ ਇਹੋ ਜਿਹੇ, ਠੀਕ ਹੈ, ਅਤੇ ਇਹ ਗੱਲਾਂ ਕਰਨ ਆਏ ਨੇ ਜੀ, ਹੈ ਨਾ, ਦੇਖਿਆ ਕੁਛ ਹੁੰਦਾ ਨਹੀਂ ਗਾ। ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ ਨੂੰ ਭੱਜ ਰਹੇ ਨੇ, ਸਬਜ਼ੀ ਲੋਕ ਲਾਉਂਦੇ ਹੈ, ਜਦੋਂ ਛੇਤੀ ਅੱਕ ਜਾਂਦੇ ਨੇ, ਥੱਕ ਜਾਂਦੇ ਨੇ, ਛੱਡੋ ਪਰਾਂ ਯਾਰ, ਇਹ ਸਰਕਾਰਾਂ ਨੂੰ ਕੁਝ ਕਰਨਾ ਪਊਗਾ, MSP ਦਾ ਰੂਪ ਦੇਣਾ ਪਊਗਾ ਜਾਂ ਹੋਰ ਚੀਜ਼ਾਂ ਰੂਪ ਦੇਣਾ ਪਊਗਾ, ਜਾਂ ਇਹੋ ਜਿਹੀ ਗੱਲ ਨਹੀਂ ਹੈ ਵੀ ਜੇ ਅਸੀਂ ਵੀ ਕੁਝ ਕਰਾਂਗੇ, ਹੁਣ ਜੇ ਤੁਸੀਂ ਕਹਿੰਦੇ ਵੀ ਮੈਨੂੰ ਤਾਂ ਤੁਹਾਨੂੰ ਤਾਂ ਮੰਡੀ ਜਾਣ ਦੀ ਲੋੜ ਹੀ ਨਹੀਂ ਪੈਂਦੀ, ਹੱਲ ਕੀ ਹੈ ਖੇਤੀ ਨੂੰ ਉੱਤਮ ਖੇਤੀ ਵਾਲਾ ਜਾਂ ਸਾਡੀ ਰਸੋਈ ਨਾਲ ਜੋੜਨ ਦਾ ਹੱਲ ਕੀ ਹੈ? ਪਹਿਲਾਂ ਤਾਂ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਵੀ ਕਈ ਵਾਰੀ ਸਵਾਲ ਖੜਾ ਕਰਦੇ ਨੇ ਵੀ ਯਾਰ ਇਹ ਪੈਂਟਾਂ ਜੀਆਂ ਪਾ ਕੇ ਇੱਥੇ ਬਹਿ ਜਾਂਦੇ ਨੇ, ਇਹਨਾਂ ਨੂੰ ਤਾਂ ਬੇਊਆਂ ਦਾ ਹੀ ਚੱਕਰ ਹੈ, ਇਹਨਾਂ ਨੂੰ ਤਾਂ ਇਹ 'ਚੋਂ ਪੈਸੇ ਆਉਂਦੇ ਨੇ ਜੀ। ਮੈਂ ਮੇਰੇ ਨਾਲ ਕੋਈ ਇੱਕ ਦਿਨ ਬੰਦਾ ਜਿਹੜਾ ਇਹ ਸਵਾਲ ਕਰਦਾ, ਉਹ ਸਵਾਲ ਕਰਨ ਤੋਂ ਪਹਿਲਾਂ ਮੇਰੇ ਨਾਲ ਇੱਕ ਦਿਨ ਰਹੇ, ਮੈਂ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਮੈਂ ਕੀ ਕਰਦਾ ਉਹਨਾਂ ਨੂੰ ਪਤਾ ਲੱਗ ਜੂਗਾ। ਉਹ ਮੈਂ ਨਹੀਂ ਕਹਿੰਦਾ ਵੀ ਮੇਰੇ ਬਰਾਬਰ ਕੰਮ ਕਰੇ, ਸਿਰਫ ਤੋਰਾ ਫੇਰਾ ਕਰੇ, ਤੇ ਮੈਂ ਕਹਿੰਦਾ ਵੀ ਮੈਂ ਨੀ ਖਾਣਾ ਪੀਣਾ ਵੀ ਕੁਛ, ਨਾ ਚਾਹ ਪੀਣੀ ਹੈ, ਉਹ ਘੱਟੋ ਘੱਟ 5 ਵਾਰੀ ਚਾਹ ਮੰਗੂਗਾ, ਅਗਲਾ ਪਾਣੀ ਮੰਗੂਗਾ। ਕਾਰਨ ਦੂਜਾ ਵੀ ਮੈਂ ਕੀ ਕਰਦਾ, ਮੈਂ ਦੇਖੋ ਜਦੋਂ ਮੈਂ 6ਵੀਂ ਕਲਾਸ 'ਚ ਪੜ੍ਹਦਾ ਸੀ ਉਦੋਂ ਮੈਂ 2500 ਮਣ ਕਣਕ ਬੱਠਲਾਂ ਨਾਲ ਚੱਕ ਕੇ ਟਰਾਲੀ 'ਚ ਭਰਦਾ ਰਿਹਾ, ਮੇਰਾ ਢਿੱਡ ਇਕੱਠਾ ਹੋ ਜਾਂਦਾ ਸੀ, ਛੋਲੇ ਵੜਦੇ ਸੀ ਕੋਟੇ, ਉਹ ਕੰਢੀ ਹੁੰਦੀ ਸੀ ਸਾਡੇ ਬਹੁਤ ਜ਼ਿਆਦਾ, ਪੋਲੀ ਕਹਿੰਦਾ ਜੀ ਜਿਹਨੂੰ, ਅਤੇ ਮੈਨੂੰ ਮਿਹਣੇ ਵੀ ਮਾਰਦੇ ਹੁੰਦੇ ਸੀ, ਉਦੋਂ ਸਾਡੇ ਏਰੀਏ ਦੇ ਵਿੱਚ ਫੀਮ ਖਾਂਦੇ ਹੁੰਦੇ ਸੀ, ਅਤੇ ਹਾੜੀ ਦੀਆਂ ਵਾਢੀਆਂ ਦੌਰਾਨ ਤਾਂ ਪੱਕਾ ਹੀ ਹੁੰਦਾ ਸੀ, ਮੈਨੂੰ ਕਹਿੰਦੇ ਤੂੰ ਥੱਕ ਜਾਂਦਾ ਯਾਰ, ਤੂੰ ਜੇ ਭੋਰਾ ਖਾ ਲਿਆ ਕਰੇ ਤਾਂ ਤੂੰ ਕਾਇਮ ਹੋ ਜਾਇਆ ਕਰੇ, ਮੈਨੂੰ ਪਰਮਾਤਮਾ ਨੇ ਪਤਾ ਨਹੀਂ ਕਿਉਂ ਬਖਸ਼ਿਸ਼ ਸੀ, ਬਲ ਦਿੱਤਾ ਸੀ, ਮੈਂ ਕਿਹਾ ਵੀ ਨਹੀਂ ਮੈਂ ਤਾਂ ਜਿੰਨਾ ਹੁੰਦਾ ਉਹਨੇ ਕਰ ਲਿਆ। ਉਸ ਤੋਂ ਬਾਅਦ ਕਾਲਜ ਦੀ ਪੜ੍ਹਾਈ, ਯੂਨੀਵਰਸਿਟੀ ਦੀ ਪੜ੍ਹਾਈ ਸਾਰਾ ਕੁਛ ਛੁੱਟਿਆ, ਰੂਟੀਨ ਦੇ ਵਿੱਚ ਬਾਜ਼ਾਰ 'ਚੋਂ ਜਿਹੜਾ ਸਮਾਨ ਲਿਆ ਖਾਧਾ, ਨਿਬੜਿਆ ਕੰਮ, ਫਿਰ ਕਿਤੇ ਨਾ ਕਿਤੇ ਹਲਾਰਾ ਆਉਂਦਾ। 2001 ਦੇ ਵਿੱਚ ਅਸੀਂ ਸਕੂਲ ਸ਼ੁਰੂ ਕਰਦੇ ਹਾਂ, ਉਹਦੇ ਦੌਰਾਨ ਅਸੀਂ ਜਿੰਨਾ ਕਿਸਾਨ ਸਾਡੇ ਕੋਲ ਸੀ ਸਬਜ਼ੀ ਭਾਜੀ ਅਸੀਂ ਆਪਦੀ ਸ਼ੁਰੂ ਕਰ ਦਿੰਦੇ ਹਾਂ, ਫਿਰ ਲੋਕਡਾਊਨ ਦਾ ਟਾਈਮ ਆਉਂਦਾ। ਲੋਕਡਾਊਨ ਦੇ ਟਾਈਮ ਦੇ ਦੌਰਾਨ ਪਹਿਲਾਂ ਹੀ ਅਸੀਂ ਉਦੋਂ 2 ਸਾਲ ਪਹਿਲਾਂ 18 ਦੇ ਵਿੱਚ ਘਲਾੜਾ ਸ਼ੁਰੂ ਕਰਤਾ, ਗੁੜ ਬਣਵਾਈ ਸ਼ੁਰੂ ਕਰਤੀ, ਉਹਨੂੰ ਸ਼ਬਦ ਔਰਗੈਨਿਕ ਵਾਲੇ ਪਾਸੇ ਲਿਆਏ, ਇਹ ਵਰਤਣਾ ਸ਼ੁਰੂ ਕੀਤਾ, ਫਿਰ ਲੱਗਿਆ ਵੀ ਯਾਰ ਔਰਗੈਨਿਕ ਪੂਰਨ ਨਹੀਂ ਹੋ ਸਕਦਾ ਵੀ ਆਪਾਂ ਇਹਨੂੰ ਸ਼ੁੱਧਤਾ ਵਾਲੇ ਪਾਸੇ ਜਾਈਏ, ਕੂੜ ਕਵਾੜ ਤੋਂ ਪਾਸੇ ਹਟ ਗਏ, ਬਿਨਾਂ ਗੱਲ ਤੋਂ ਫਾਲਤੂ ਦੇ ਕੀਟਨਾਸ਼ਕ ਜਿਨ੍ਹਾਂ ਦੀ ਜ਼ਰੂਰਤ ਨਹੀਂ ਉਹ ਲਈਏ, ਨਹੀਂ ਗੋਲੀ ਖਾਣੀ, ਬਿਨਾਂ ਗੱਲ ਤੋਂ ਜੇਬਾਂ ਤੁੰਨੀ ਫਿਰੋ, ਉਹ ਚੀਜ਼ਾਂ ਤੋਂ ਪਾਸੇ ਹਟ ਕੇ ਫਿਰ ਅਸੀਂ ਇੱਧਰ ਆਏ। ਹੁਣ ਵੀ ਮੈਂ ਜਿੰਨੀ ਵੀ ਖੇਤੀ ਹੈ
ਚਾਹੇ ਗੰਨੇ ਦੀ ਹੈ, ਚਾਹੇ ਕੋਧਰੇ ਦੀ ਹੈ, ਚਾਹੇ ਕੁਟਕੀ ਦੀ ਹੈ, ਚਾਹੇ ਝੀਂਗਾ ਫਾਰਮਿੰਗ ਹੈ ਸਾਡੀ, ਜੋ ਵੀ ਕਰਦੇ ਹਾਂ, ਚਾਹੇ ਸਬਜ਼ੀਆਂ ਨੇ, ਕੁਛ ਵੀ ਹੈ, ਹਾਈਡਰੋਪੋਨਿਕ ਸਿਸਟਮ ਵੀ ਅਸੀਂ ਡਿਵੈਲਪ ਕਰ ਰਹੇ ਹਾਂ, ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਮੈਂ ਖੁਦ ਕਰਦਾ, ਚਾਹੇ ਮਲਵਈਆਂ ਦੀ ਝਲਾਨੀ ਹੈ ਇੱਥੇ ਵੀ, ਚਾਹੇ ਚਿੱਬੜਾਂ ਦੀ ਚਟਣੀ ਕੁੱਟਣੀ ਹੈ, ਚਾਹੇ ਅਚਾਰ ਪਾਉਣਾ, ਕੁਛ ਵੀ ਹੈ ਮੈਂ ਆਪ ਕਰਦਾ। ਮੈਂ ਕੋਈ ਇਹ ਨਹੀਂ ਹੈ ਵੀ ਮੈਂ ਹਰੇਕ ਚੀਜ਼ 'ਚ ਸਫਲ ਹੋ ਜਾਂਦਾ, ਪਹਿਲੀ ਵਾਰ ਨਹੀਂ ਹੁੰਦੇ, ਦੂਜੀ ਵਾਰ ਹੋ ਜਾਂਦੇ ਹਾਂ, ਦੂਜੀ ਵਾਰ ਨਹੀਂ ਹੁੰਦੇ, ਤੀਜੀ ਵਾਰ ਹੋ ਜਾਂਦੇ ਹਾਂ। ਗੱਲ ਕਰ ਇਹ ਨਹੀਂ ਹੈ ਵੀ ਕਿਸੇ ਚੀਜ਼ 'ਚ ਸਫਲ ਹੋਏ ਅਤੇ ਉਹਨੂੰ ਛੱਡਤਾ। ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਇਹਦਾ ਹੱਲ ਕੀ ਹੋ ਸਕਦਾ, ਹੱਲ ਤਾਂ ਸਾਨੂੰ ਇਤਿਹਾਸ ਪੜ੍ਹਦੇ ਹਾਂ ਅਸੀਂ, ਨਾ ਤਾਂ ਅਸੀਂ ਅਕਬਰ ਨਾਲ ਤੁਰੇ ਹਾਂ, ਨਾ ਅਸੀਂ ਸਿਕੰਦਰ ਨਾਲ ਤੁਰੇ ਹਾਂ, ਨਾ ਪੋਰਸ ਨਾਲ ਤੁਰੇ ਹਾਂ, ਨਾ ਅਸੀਂ ਔਰੰਗਜ਼ੇਬ ਨਾਲ ਤੁਰੇ ਹਾਂ, ਨਾ ਹੀ ਅਸੀਂ ਗੁਰੂ ਗੋਬਿੰਦ ਸਿੰਘ ਜੀਆਂ ਦੀ ਸੰਗਤ ਮਾਣੀ ਹੈ, ਫਿਰ ਵੀ ਇਤਿਹਾਸ ਪੜ੍ਹਦੇ ਹਾਂ। ਉਦੋਂ ਥੋੜ੍ਹਾ ਦੂਰ ਜਾ ਕੇ ਜੇ ਸਾਡੇ ਦਾਦੇ ਪੜਦਾਦਿਆਂ ਵਾਲੀ ਖੇਤੀ ਵੱਲ ਆ ਜਾਈਏ, ਅਸੀਂ ਉਹਨਾਂ ਦੇ ਰਹਿਣ ਸਹਿਣ ਵੱਲ ਆ ਜਾਈਏ, ਉਹਨਾਂ ਦੀ ਆਰਥਿਕਤਾ ਵੱਲ ਆ ਜਾਈਏ, ਵੀ ਯਾਰ ਉਹਨਾਂ ਨੂੰ ਕੋਈ ਪਰੇਸ਼ਾਨੀ ਵੀ ਨਹੀਂ ਸੀ, ਕਦੇ ਕੋਈ ਲੜਿਆ ਨਹੀਂ ਸੀ, ਕਦੇ ਕੋਈ ਮਰਿਆ ਨਹੀਂ ਸੀ, ਕਿਸੇ ਨੇ ਫਾਹਾ ਨਹੀਂ ਲੈਤਾ ਸੀ, ਕਦੇ ਕਦੇ ਕਿਸੇ ਦੇ ਬਿਜਲੀ ਡਿੱਗਦੀ ਸੀ, ਅਚਾਨਕ ਘਟਨਾ ਵਾਪਰ ਜਾਂਦੀ ਸੀ, ਇਹੀ ਆਣ ਆਈ ਮੌਤ ਹੁੰਦੀ ਸੀ ਪਿੰਡਾਂ ਦੇ ਵਿੱਚ। ਅਤੇ ਹੁਣ ਤਾਂ ਫਾਹੇ ਵੀ ਨੇ, ਨਹਿਰਾਂ ਵੀ ਨੇ, ਖੂਹ ਵੀ ਨੇ, ਰੇਲ ਗੱਡੀਆਂ ਵੀ ਨੇ, ਕੀਟਨਾਸ਼ਕ ਵੀ ਨੇ, ਇੱਕ ਦੂਜੇ 'ਤੇ ਗੋਲੀ ਮਾਰਨੀ ਵੀ ਹੈ, ਇੱਕ ਦੂਜੇ ਦਾ ਸਿਰ ਪਾੜਨਾ ਵੀ, ਕਿੰਨੀਆਂ ਆਈਆਂ ਮੌਤਾਂ ਹੋ ਗਈਆਂ, ਬੇਵਕਤੀ ਮੌਤਾਂ ਹੋ ਗਈਆਂ। ਅਸੀਂ ਸਿਰਫ ਉੱਥੇ ਹੀ ਚਲੇ ਜਾਈਏ, ਸਾਨੂੰ ਕਿਸੇ ਯੂਨੀਵਰਸਿਟੀ ਜਾਣ ਦੀ ਲੋੜ ਨਹੀਂ, ਸਾਨੂੰ ਵਿਸ਼ੇਸ਼ ਕਮਾਈ ਦੀ ਲੋੜ ਨਹੀਂ, ਇਕੱਲਾ ਉਹਨਾਂ ਵਾਲਾ ਕਨਸੈਪਟ ਜੀ, ਕੀ ਖਾਂਦੇ ਸੀ, ਕੀ ਪੀਂਦੇ ਸੀ। ਮੇਰੇ ਕੋਲ ਇੱਕ ਦਿੱਲੀ ਤੋਂ ਬਜ਼ੁਰਗ ਔਰਤ ਆਈ, ਜਿਹੜਾ ਪਰਿਵਾਰ ਉਹਨੂੰ ਲੈ ਕੇ ਆਇਆ ਮੇਰਾ ਪੱਕਾ ਮੈਂਬਰ ਹੈ, ਉਹਨਾਂ ਨੇ ਗੁੜ ਦਿਖਾਇਆ, ਉਹਨੇ ਗੁੜ ਖਾਧਾ, ਜਦੋਂ ਕੀਮਤ ਦੀ ਗੱਲ ਆਈ ਮੈਂ ਉਹਨਾਂ ਨੂੰ ਦੱਸਿਆ ਵੀ 90 ਰੁਪਏ ਕਿਲੋ, ਉਹਨਾਂ ਨੂੰ ਕਿਹਾ ਹੈ ਇੰਨਾ ਮਹਿੰਗਾ। ਉਹ ਪਰਿਵਾਰ ਜਿਹੜਾ ਲੈ ਕੇ ਆਇਆ ਸੀ ਉਹਨਾਂ ਨੂੰ ਆਪਣੇ ਆਪ 'ਚ ਸ਼ਰਮ ਮਹਿਸੂਸ ਹੋਈ ਵੀ ਯਾਰ ਅਸੀਂ ਤਾਂ ਇੱਥੋਂ ਗੁੜ ਇੰਨੇ ਚਿਰ ਦੇ ਖਾਂਦੇ ਹਾਂ, ਇਹਨੇ ਰੇਟ ਮਹਿੰਗਾ ਕਹਿਤਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਗੁੱਸਾ ਨਾ ਕਰੋ ਇਹਨਾਂ ਦੀ ਗੱਲ ਦਾ। ਕਹਿੰਦੇ ਕਿਉਂ? ਮੈਂ ਕਿਹਾ ਜਦੋਂ ਇਹ ਗੁੜ ਖਾਂਦੇ ਹੁੰਦੇ ਸੀ ਨਾ, 70 ਸਾਲ ਦੀ ਔਰਤ ਹੈ, ਜਦੋਂ ਇਹ ਗੁੜ ਖਾਂਦੇ ਹੁੰਦੇ ਸੀ ਉਦੋਂ ਗੁੜ ਹੀ ਬਾਜ਼ਾਰ 'ਚ ਇੱਕ ਕਿਸਮ ਦਾ ਸੀ, ਜਿੱਥੇ ਮਰਜ਼ੀ ਜਾਓ ਸ਼ੁੱਧ ਹੀ ਹੁੰਦਾ ਸੀ, ਹੁਣ ਤਾਂ ਗੁੜ 5 ਕਿਸਮ ਦਾ, ਸਸਤਾ, ਥੋੜ੍ਹਾ ਜਿਹਾ ਉਦੋਂ ਮਹਿੰਗਾ ਘੱਟ ਮਿਲਾਵਟ ਵਾਲਾ, ਥੋੜ੍ਹਾ ਜਿਹਾ ਉਦੋਂ ਮਹਿੰਗਾ ਹੋਰ ਘੱਟ ਮਿਲਾਵਟ ਵਾਲਾ, ਉਦੋਂ ਮਹਿੰਗਾ ਅਤੇ ਬਿਲਕੁਲ ਸ਼ੁੱਧ ਜਿਹੜਾ ਪੂਰਨ ਰੂਪ 'ਚ ਹੈ। ਇਹਨਾਂ ਦੇ ਮੈਂ ਕਿਹਾ ਸਾਰੇ ਨਹੀਂ, ਇਹਨਾਂ ਦੇ ਵੇਲੇ ਚੁਆਇਸ ਹੋ ਗਈ, ਬਨਗੀਆਂ ਭਾਂਤ ਭਾਂਤ ਦੀਆਂ ਆਉਣ ਲੱਗ ਗਈਆਂ, ਭਾਂਤ ਭਾਂਤ ਦੀਆਂ ਉਹਨਾਂ ਦੇ ਵਿੱਚ ਮਿਲਾਵਟਾਂ ਨੇ, ਭਾਂਤ ਭਾਂਤ ਦੀਆਂ ਕੀਮਤਾਂ ਨੇ। ਸਾਨੂੰ ਬਚਣ ਵਾਸਤੇ ਕਿਸੇ ਬੰਦੂਕ ਦੀ ਲੋੜ ਨਹੀਂ, ਕਿਸੇ ਬੁਲਟ ਪਰੂਫ ਜੌਕਟ ਦੀ ਲੋੜ ਨਹੀਂ, ਕਿਸੇ ਬੋਡੀਗਾਰਡ ਦੀ ਲੋੜ ਨਹੀਂ ਅਤੇ ਕਿਸੇ ਬਾਉਂਸਰ ਦੀ ਲੋੜ ਨਹੀਂ। ਜੇ ਬਚਣਾ ਹੈ ਤਾਂ ਸਾਨੂੰ ਦਾਦੇ ਪੜਦਾਦਿਆਂ ਵਾਲੀ ਖੇਤੀ, ਉਹਨਾਂ ਵਾਲਾ ਜੀਵਨ, ਜੇ ਉਦੋਂ ਸ਼ਾਂਤੀ ਸੀ ਤਾਂ ਫਿਰ ਹੁਣ ਵੀ ਆ ਜਾਊ ਜੀ ਜੀ ਜੀ, ਉਹ ਅਪਣਾਉਣਾ ਪਊ, ਉਹ ਸਿੱਖਿਆ ਸਾਡੇ ਦਾਦੇ ਪੜਦਾਦੇ ਜਿਨ੍ਹਾਂ ਦੇ ਜਿਉਂਦੇ ਨੇ ਉਹਨਾਂ ਕੋਲ ਆਖਰੀ ਮੌਕਾ ਹੁਣ ਉਹਨਾਂ ਤੋਂ ਸਿੱਖ ਲੈਣ ਦਾ, ਉਹਨਾਂ ਤੋਂ ਪੁੱਛ ਲੈਣ ਦਾ, ਉਹਨਾਂ ਨੂੰ ਕਿਤੇ ਨਾ ਕਿਤੇ ਕਿਤਾਬ 'ਤੇ ਲੀਕ ਲੈਣ ਦਾ, ਕੋਈ ਨਾ ਕੋਈ ਖਰੜਾ ਬਣਾ ਲੈਣ ਦਾ ਜੀ ਜੀ। ਤੁਸੀਂ ਸੁਣਿਆ ਹਰਦੀਪ ਸਿੰਘ ਜਟਾਣਾ ਨੂੰ, ਵੈਸੇ ਤਾਂ ਸੋਸ਼ਲ ਮੀਡੀਆ ਵਾਲੇ ਜੇ ਕਹਿ ਲਈਏ ਫੇਸਬੁੱਕ ਯੂਟਿਊਬ ਇਹ ਪਲੇਟਫਾਰਮ ਆ ਜਿਨ੍ਹਾਂ ਨੇ ਤਿਆਰ ਕੀਤੇ, ਉਹਨਾਂ ਨੂੰ ਪਤਾ ਸੀ ਕਿ ਲੋਕ ਨੈਗੇਟਿਵ ਕਮੈਂਟ ਵਾਲੇ ਵੀ ਬਹੁਤ ਮਿਲਣਗੇ, ਪਰ ਜਿਹੜੇ ਲੋਕ ਇਹ ਕਹਿੰਦੇ ਨੇ ਗੱਲਾਂ ਕਰਨੀਆਂ ਸੌਖੀਆਂ ਨੇ, ਉਹਨਾਂ ਲਈ ਇਹ ਹੈ ਕਿ ਕਮੈਂਟ ਕਰਨਾ ਵੀ ਬੜਾ ਸੌਖਾ ਹੈ। ਹਾਂ, ਜਿਹੜੇ ਲੋਕਾਂ ਨੇ ਦੇਖਣਾ ਕਿ ਵਾਕਈ ਕੰਮ ਆਇਆ ਹੁੰਦਾ, ਵਾਕਈ ਗੁੜ ਸ਼ੱਕਰ ਇੰਜ ਤਿਆਰ ਹੋ ਸਕਦਾ, ਝਲਾਨੀਆਂ ਇੰਜ ਚੱਲਦੀਆਂ ਨੇ,
ਖੇਤੀਬਾੜੀ ਉੱਤਮ ਕਿਵੇਂ ਬਣਦੀ ਹੈ, ਖੇਤੀਬਾੜੀ ਕਿਵੇਂ ਕੀਤੀ ਜਾ ਸਕਦੀ ਹੈ, ਉਹ ਸਭ ਕੁਝ ਭੀਖੀ ਤੋਂ ਮਾਨਸਾ, ਮਾਨਸਾ ਤੋਂ ਭੀਖੀ ਜਾਂਦਿਆਂ, ਮਾਨਸਾ ਤੋਂ ਭੀਖੀ ਜਾਂਦਾ ਖੱਬੇ ਹੱਥ ਮਲਵਈ ਸਟੋਰ ਪੈਂਦਾ। ਸਕਰੀਨ ਦੇ ਉੱਤੇ ਨੰਬਰ ਵੀ ਚੱਲ ਰਿਹਾ, ਤੁਸੀਂ ਸਿੱਧਾ ਸੰਪਰਕ ਵੀ ਕਰ ਸਕਦੇ ਹੋ। ਜੁੜੇ ਰਹੋ ਸਿਰਲੇਖ ਦੇ ਨਾਲ।